ਸ਼੍ਰੀ ਪੰਜਾਬੀ ਰੇਡੀਓ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਦੀਪ ਸਿੰਘ ਵੱਲੋਂ ਸਾਹਿਬੇ ਕਮਾਲ ਸਰਬੰਸ ਦਾਨੀ ਅੰਮ੍ਰਿਤ ਕੇ ਦਾਤੇ ਸ਼ਹੀਦ ਪਿਤਾ ਦੇ ਪੁੱਤਰ ਸ਼ਹੀਦ ਪੁੱਤਰਾਂ ਦੇ ਪਿਤਾ ਦਸ਼ਮੇਸ਼ ਪਿਤਾ ਵੱਲੋਂ ਬਖਸ਼ੀ ਫਤਿਹ ਕਰੋ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਤੂਬਰ ਮਹੀਨੇ ਦੀ 20 ਤਰੀਕ ਹੈ, ਐਤਵਾਰ ਦਾ ਦਿਨ ਹੈ। ਨਾਨਕ ਸ਼ਾਹੀ ਸੰਮਤ ਕੱਤਕ ਮਹੀਨੇ ਦੀ 6, ਨਾਨਕ ਸ਼ਾਹੀ ਸੰਮਤ 545। ਅੱਜ ਦਾ ਬੜਾ ਅਹਿਮ ਪ੍ਰੋਗਰਾਮ ਲੈ ਕੇ ਮੈਂ ਤੁਹਾਡੇ ਲਈ ਹਾਜ਼ਰ ਹੋ ਰਿਹਾ। ਇਹਨਾਂ ਪ੍ਰੋਗਰਾਮਾਂ ਦੇ ਵਿੱਚ ਅੱਜ ਵਿਸ਼ੇਸ਼ ਤੌਰ ਦੇ ਉੱਤੇ, ਕਿਉਂਕਿ ਜਿਹੜਾ ਉਪਰਾਲਾ ਨੌਰਥ ਅਮਰੀਕਾ ਦੀਆਂ ਸਿੱਖ ਸੁਸਾਇਟੀਆਂ ਨੇ, ਜਥੇਬੰਦੀਆਂ ਨੇ ਕੀਤਾ, ਬਠਿੰਡਾ ਦੇ ਵਿੱਚ ਜਿਹੜਾ ਮਾਰਕਾ ਮਾਰਿਆ ਗਿਆ ਕਿ ਬਠਿੰਡਾ ਦੀਆਂ ਸਮੂਹ ਸੰਗਤਾਂ ਨੇ, ਸਾਰੀਆਂ ਜਥੇਬੰਦੀਆਂ ਨੇ ਇਕੱਠੇ ਹੋ ਕੇ ਖਾਲਸੇ ਦੀ ਇੱਕ ਅਲੱਗ ਪਹਿਚਾਣ, ਖਾਲਸੇ ਦੀ ਅਲੱਗ ਵਿਲੱਖਣਤਾ, ਨਾਨਕ ਸ਼ਾਹੀ ਕੈਲੰਡਰ 2003 ਜਿਹਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਪੰਜੇ ਸਿੰਘ ਸਾਹਿਬਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਹੁਤ ਜ਼ਿਆਦਾ ਮਿਹਨਤ ਕਰਨ ਤੋਂ ਬਾਅਦ ਅਪਰੂਵ ਕੀਤਾ ਗਿਆ ਔਰ ਉਹਨੂੰ ਸਾਰਿਆਂ ਵੱਲੋਂ ਪ੍ਰਵਾਨ ਕੀਤਾ ਗਿਆ, ਵਿਦੇਸ਼ਾਂ ਦੇ ਵਿੱਚ ਪੂਰਨ ਤੌਰ 'ਤੇ ਲਾਗੂ ਹੋ ਗਿਆ। ਪਰੰਤੂ ਇਸ ਅਲੱਗ ਪਹਿਚਾਣ ਨੂੰ ਕੁਝ ਤਾਕਤਾਂ ਬਰਦਾਸ਼ਤ ਨਾ ਕਰ ਸਕੀਆਂ ਕਿ ਇਹਦੇ ਨਾਲ ਸਿੱਖਾਂ ਦੀ ਆਪਣੀ ਅਲੱਗ ਆਈਡੈਂਟੀ ਬਣ ਜਾਏਗੀ। ਚਾਈਨੀਜ਼ ਦਾ ਆਪਣਾ ਕੈਲੰਡਰ ਹੈ, ਮੁਸਲਮਾਨ ਭਰਾਵਾਂ ਦਾ ਅਲੱਗ ਕੈਲੰਡਰ ਹੈ, ਕ੍ਰਿਸਚੀਅਨ ਦਾ ਅਲੱਗ ਕੈਲੰਡਰ ਹੈ, ਹੋਰ ਧਰਮਾਂ ਦਾ ਅਲੱਗ ਕੈਲੰਡਰ ਹੈ। ਪਰੰਤੂ ਸਿੱਖ ਧਰਮ ਦਾ ਕੈਲੰਡਰ ਜਦੋਂ ਹੋਣ ਦੇ ਵਿੱਚ ਆਇਆ ਤੇ ਸ਼ਕਤੀਆਂ ਨੇ ਕੰਮ ਕਰਨਾ ਸ਼ੁਰੂ ਕੀਤਾ ਔਰ ਉਹਦੇ ਵਿੱਚ ਸਭ ਤੋਂ ਵੱਡਾ ਦੁਖਾਂਤ ਇਹ ਹੋਇਆ ਕਿ ਉਹਨਾਂ ਸ਼ਕਤੀਆਂ ਨੇ ਵਰਤਿਆ ਕਿਹਨੂੰ, ਉਹ ਲੋਕ ਜਿਹੜੇ ਕੋਰੇ ਵਿਦਵਤਾ ਤੋਂ ਹੀਣੇ ਸਨ ਉਹਨਾਂ ਨੂੰ ਵਰਤਿਆ ਗਿਆ ਔਰ ਉਹਨਾਂ ਨੇ ਉਸੇ ਵੇਲੇ ਹੀ ਵਾਵ ਵੇਲਾ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਨਾਨਕ ਸ਼ਾਹੀ ਕੈਲੰਡਰ ਜਿਹੜਾ ਇਹ ਬਣਿਆ, ਇਹ ਸੂਰਜੀ ਕੈਲੰਡਰ ਤੇ ਚੰਦਰਮਾ ਕੈਲੰਡਰ ਨਾਲ ਕੁਝ ਅਲੱਗ ਹੈ, ਕਿਉਂਕਿ ਇਹਨਾਂ ਦੀ ਰੋਜ਼ੀ ਰੋਟੀ ਮੱਸਿਆ ਪੁੰਨਿਆ ਸੰਗਰਾਂਦ ਦਸਵੀਂ ਤੇ ਅੱਠਵੀਂ ਨੂੰ ਇਹਨਾਂ ਹਿਸਾਬਾਂ ਦੇ ਨਾਲ ਬਣਦੀ ਹੈ। ਸੋ ਇਸ ਕਰਕੇ ਸਾਡਾ ਇਹ ਰੌਲਾ, ਅਸੀਂ ਇਹਨੂੰ ਪ੍ਰਵਾਨ ਨਹੀਂ ਕਰਦੇ। ਹੋਇਆ ਕਿ 2003 ਤੋਂ ਲੈ ਕੇ 2010 ਤੱਕ ਜਿਸ ਵੇਲੇ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਸਨ, ਇਹਨੂੰ ਪੂਰਨ ਤੌਰ ਦੇ ਉੱਤੇ ਲਾਗੂ ਕੀਤਾ ਗਿਆ ਔਰ ਜਿਹਦੇ ਵਿੱਚ ਤਿੰਨ ਤਰੀਕਾਂ ਸਨ ਜਿਹੜੀਆਂ ਸਰਦਾਰ ਪਾਲ ਸਿੰਘ ਪੁਰੇਵਾਲ ਮੰਨੇ ਉਸ ਵੇਲੇ ਕਿ ਇਹਨਾਂ ਦੀ ਤਬਦੀਲੀ ਆਉਣ ਵਾਲੇ ਸਮੇਂ ਦੇ ਵਿੱਚ ਵਿਦਵਾਨਾਂ ਨਾਲ ਵਿਚਾਰ ਕਰਕੇ ਕਰਾਂਗੇ। ਉਹ ਅਜੇ ਹੋਣੀ ਸੀ, ਪਰੰਤੂ ਉਸ ਤੋਂ ਪਹਿਲਾਂ ਹੀ 2010 ਦੇ ਵਿੱਚ ਜਦੋਂ ਕੁਝ ਪ੍ਰੈਸ਼ਰ ਕੁਝ ਐਸੀ ਸੰਸਥਾ ਵੱਲੋਂ ਪਿਆ ਜਿਨ੍ਹਾਂ ਦੇ ਵਿੱਚੋਂ ਇੱਕ ਵੀ ਵਿਦਵਾਨ ਨਹੀਂ, ਕਿਉਂਕਿ ਜਿਹੜੇ ਵਿਦਵਾਨਾਂ ਨੇ ਇਸ ਨਾਨਕ ਸ਼ਾਹੀ ਕੈਲੰਡਰ ਨੂੰ ਮਤੇ ਨੂੰ ਪਾਸ ਕੀਤਾ, ਪੜ੍ਹਿਆ, ਵਿਚਾਰਿਆ, ਮੀਟਿੰਗਾਂ ਹੋਈਆਂ, ਬਹੁਤ ਵਾਰੀ ਰੇਡੀਓ ਸ਼ੇਰੇ ਪੰਜਾਬ ਤੇ ਇਹਨਾਂ ਦੀ ਗੱਲਬਾਤ ਹੋਈ ਹੈ। ਮੈਂ ਰਾਤ ਵੀ ਸਰਦਾਰ ਪਾਲ ਸਿੰਘ ਪੁਰੇਵਾਲ ਜਿਹੜੇ ਨਾਨਕ ਸ਼ਾਹੀ ਕੈਲੰਡਰ ਦੇ ਰਚਾਇਤਾ ਨੇ, ਜਿਨ੍ਹਾਂ ਨੇ 20 ਵਰ੍ਹਿਆਂ ਤੋਂ ਵੱਧ ਮਿਹਨਤ ਕੀਤੀ ਹੈ, ਹੁਣ ਬਜ਼ੁਰਗੀ ਦੇ ਲਾਗੇ ਪਹੁੰਚ ਚੁੱਕੇ ਨੇ ਔਰ ਉਹਨਾਂ ਨੇ ਜਦੋਂ ਗੱਲ ਕੀਤੀ ਕਿ ਇਹਦੇ ਵਿੱਚ 14 ਨਵੰਬਰ 1995 ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਫਾਰ ਮੈਨ ਚੰਡੀਗੜ੍ਹ ਦੇ ਵਿੱਚ ਜਦੋਂ ਇਹ ਮੀਟਿੰਗ ਹੋਈ, ਉਹਦੀ ਚੇਅਰ ਡਾਕਟਰ ਕੁਲਦੀਪ ਸਿੰਘ ਹੁਣੀ ਕਰ ਰਹੇ ਸਨ। ਇਹਦੇ ਵਿੱਚ ਸਾਰੀ ਡਿਸਕਸ਼ਨ ਤੋਂ ਬਾਅਦ ਸਾਰੇ ਵਿਦਵਾਨ ਪੜ੍ਹੇ ਲਿਖੇ ਵੈਲ ਐਜੂਕੇਟਡ ਸਰਦਾਰ ਦਵਿੰਦਰ ਸਿੰਘ ਵਿਦਿਆਰਥੀ, ਜਿਹੜੇ ਕਿ ਡਾਕਟਰ ਦਰਸ਼ਨ ਸਿੰਘ ਹੈੱਡ ਸਨ ਜਿਹੜੇ ਗੁਰੂ ਨਾਨਕ ਚੇਅਰ ਦੇ, ਡਾਕਟਰ ਕਿਰਪਾਲ ਸਿੰਘ ਫਾਰਮਰ ਜਿਹੜੇ ਹੈੱਡ ਨੇ ਡਿਪਾਰਟਮੈਂਟ ਆਫ ਹਿਸਟਰੀ ਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ, ਗਿਆਨੀ ਗੁਰਦਿੱਤ ਸਿੰਘ ਜਿਹੜੇ ਕਿ ਪ੍ਰੈਜੀਡੈਂਟ ਕੇਂਦਰੀ ਸਿੰਘ ਸਭਾ ਦੇ, ਡਾਕਟਰ ਮਦਨਜੀਤ ਕੌਰ ਹੈੱਡ ਸਨ ਡਿਪਾਰਟਮੈਂਟ ਦੇ ਗੁਰੂ ਨਾਨਕ ਸਟੱਡੀਜ਼ GNDU ਅੰਮ੍ਰਿਤਸਰ ਦੇ, ਪ੍ਰਿੰਸੀਪਲ ਸੁਰਜੀਤ ਸਿੰਘ ਭਾਟੀਆ ਡਾਇਰੈਕਟਰ ਨੇ ਰਿਸਰਚ ਦੇ, ਸਰਦਾਰ ਸਤਨਾਮ ਸਿੰਘ ਐਡਵੋਕੇਟ ਨੇ ਰਿਸਰਚ ਸਕਾਲਰ SGPC ਦੇ, ਕਰਨਲ ਪ੍ਰਤਾਪ ਸਿੰਘ ਅੰਮ੍ਰਿਤਸਰ ਵਾਲੇ, ਸਰਦਾਰ ਗੁਰਬਖਸ਼ ਸਿੰਘ ਕਾਲੋਂ, ਡਾਕਟਰ ਬਲਵੰਤ ਸਿੰਘ ਢਿੱਲੋਂ ਜਿਹੜੇ ਕਿ ਗੁਰੂ ਨਾਨਕ ਸਟੱਡੀ ਡਿਪਾਰਟਮੈਂਟ ਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਿੱਚ ਨੇ, ਗਿਆਨੀ ਜਸਵਿੰਦਰ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸਾਹਿਬ ਤੇ ਨਾਲ ਸਰਦਾਰ ਜੋਗਿੰਦਰ ਸਿੰਘ ਸਾਹਨੀ ਆਡੀਟਰ ਨੇ ਜਿਹੜੇ, ਤੇ ਉਹਦੇ ਨਾਲ ਸਰਦਾਰ ਗੁਰਤੇਜ ਸਿੰਘ ਫਾਰਮਰ IAS ਆਫੀਸਰ, ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਜਿਹੜੇ ਕਿ ਹਿਸਟੋਰੀਅਨ ਨੇ, ਤੇ ਇਹਨਾਂ ਸਾਰਿਆਂ ਨੇ ਬੜੀ ਮਿਹਨਤ ਕਰਕੇ ਇਸ ਨਾਨਕ ਸ਼ਾਹੀ
ਕੈਲੰਡਰ ਨੂੰ ਲਾਗੂ ਕਰਾਉਣ ਦੇ ਲਈ ਰੈਜੂਲੇਸ਼ਨ ਪਾਸ ਕੀਤਾ। ਲੈਫਟੀਨੈਂਟ ਜਨਰਲ ਕਰਤਾਰ ਸਿੰਘ ਗਿੱਲ, ਅਸ਼ੋਕ ਸਿੰਘ ਬਾਗੜੀਆ, ਡਾਕਟਰ ਖੜਕ ਸਿੰਘ ਮਾਨ, ਡਾਕਟਰ ਕਿਰਪਾਲ ਸਿੰਘ ਹਿਸਟੋਰੀਅਨ, ਐਸੀਆਂ ਵਿਦਵਤਾ ਭਰਪੂਰ ਸ਼ਖਸੀਅਤਾਂ ਸਨ ਜਿਨ੍ਹਾਂ ਨੇ ਵਿਚਾਰ ਕਰਕੇ, ਬਹੁਤ ਮੀਟਿੰਗਾਂ ਕਰਕੇ ਨਾਨਕ ਸ਼ਾਹੀ ਕੈਲੰਡਰ ਨੂੰ ਪ੍ਰਵਾਨਗੀ ਦਿੱਤੀ ਕਿ ਗੁਰਪੁਰਬ ਸਿੱਖਾਂ ਦੇ ਕਿਵੇਂ ਮਨਾਉਣੇ ਆ, ਸੰਗਰਾਂਦਾਂ ਕਿਵੇਂ ਮਨਾਉਣੀਆਂ ਨੇ, ਕਿਹੜੇ ਕਿਹੜੇ ਦਿਨ ਹੋਣੇ ਚਾਹੀਦੇ ਨੇ। ਤੇ ਇਹਦੇ ਵਿੱਚ ਜਿਹੜੀ ਪ੍ਰਵਾਨਗੀ ਸਾਰਿਆਂ ਨੇ ਕੀਤੀ, ਡਾਕਟਰ ਜੀ ਐਸ ਨਾਇਰ, ਡਾਕਟਰ ਜੀ ਐਸ ਢਿੱਲੋਂ, ਡਾਕਟਰ ਕਿਰਪਾਲ ਸਿੰਘ, ਮਦਨਜੀਤ ਕੌਰ, ਡਾਕਟਰ ਦਰਸ਼ਨ ਸਿੰਘ, ਡਾਕਟਰ ਡੀ ਐਸ ਵਿਦਿਆਰਥੀ, ਸੁਰਜੀਤ ਸਿੰਘ ਭਾਟੀਆ, ਡਾਕਟਰ ਬਲਵਿੰਦਰ ਸਿੰਘ ਢਿੱਲੋਂ, ਡਾਕਟਰ ਖੜਕ ਸਿੰਘ ਜਿਹੜੇ ਕਨਵੀਨਰ ਸਨ। ਤੇ ਇਸ ਤੋਂ ਬਾਅਦ ਜਿਹੜੇ ਲੋਕਾਂ ਨੇ ਪਾਰਟੀਸਪੇਟ ਕੀਤਾ, ਸਾਈਨ ਕੀਤਾ, ਉਹਦੇ ਚ ਮਿਸ ਅਨੰਤ ਕੌਰ, ਪ੍ਰਿੰਸੀਪਲ ਪੀ ਐਸ ਸੰਘਾ, ਕਰਤਾਰ ਸਿੰਘ ਗੋਸ਼ਟੀ, ਸੁਖਮਨੀ ਰਾਏ, ਇਹ ਸਾਰੇ ਵਿਅਕਤੀ, ਹਰਪ੍ਰੀਤ ਕੌਰ ਸੰਘਾ, ਜਸਵਿੰਦਰ ਕੌਰ ਢਿੱਲੋਂ, ਕਰਨਲ ਪ੍ਰਤਾਪ ਸਿੰਘ, ਪ੍ਰਿੰਸੀਪਲ ਸੁਰਜੀਤ ਸਿੰਘ, ਗੁਰਬਖਸ਼ ਸਿੰਘ ਕਾਲੋਂ, ਅਜਮੇਰ ਸਿੰਘ, ਦੇਵਿੰਦਰ ਸਿੰਘ, ਯਾਨੀ ਕਿ ਇਹਨਾਂ ਦੇ ਵਿੱਚੋਂ ਕੋਈ ਵੀ ਐਸਾ ਵਿਅਕਤੀ ਨਹੀਂ ਜਿਹੜਾ ਵਿਦਵਾਨ, ਖੋਜੀ ਔਰ ਵਿਦਵਤਾ ਨਾਲ ਭਰਪੂਰ ਨਾ ਹੋਵੇ। ਇਹਨਾਂ ਸਾਰਿਆਂ ਦੀ ਪ੍ਰਵਾਨਗੀ ਤੋਂ ਬਾਅਦ 2003 ਦੇ ਵਿੱਚ ਨਾਨਕਸ਼ਾਹੀ ਕੈਲੰਡਰ ਲਾਗੂ ਹੋ ਗਿਆ ਤੇ ਸਿੱਖਾਂ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਹੋਇਆ ਕਿ ਇਹਨੂੰ ਨਾਕਾਮ ਕਰਨ ਦੇ ਲਈ ਤਾਕਤਾਂ ਨੇ ਕੰਮ ਕਰਨਾ ਸ਼ੁਰੂ ਕੀਤਾ ਔਰ ਜਿਹਦੇ ਵਿੱਚ ਕੁਝ ਹੱਦ ਤੱਕ ਅਕਾਲ ਤਖ਼ਤ ਸਾਹਿਬ ਤੋਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਹ ਫਰਮਾਨ ਜਾਰੀ ਕਰਾਇਆ ਗਿਆ ਕਿ ਇਹਦੇ ਵਿੱਚ ਸੋਧਾਂ ਹੋ ਰਹੀਆਂ ਨੇ। ਸੋਧਾਂ ਦੇ ਰੂਪ ਦੇ ਵਿੱਚ ਨਵਾਂ ਨਾਨਕ ਸ਼ਾਹੀ ਕੈਲੰਡਰ 2010 ਦੇ ਵਿੱਚ ਸ਼ੁਰੂ ਕਰ ਦਿੱਤਾ, ਜਿਹੜਾ ਕਿ ਨਾਨਕ ਸ਼ਾਹੀ ਨਹੀਂ ਬਲਕਿ ਉਹਨੂੰ ਦੋ ਵਿਅਕਤੀਆਂ ਦੀ ਅਪਰੂਵਲ ਦੇ ਨਾਲ, ਧੁੰਮਾ ਸਾਹਿਬ ਤੇ ਮੱਕਰ ਸਾਹਿਬ, ਜਿਹਨੂੰ ਅੱਜ ਕੱਲ੍ਹ ਧੁਮੱਕਰ ਸ਼ਾਹੀ ਕੈਲੰਡਰ ਵੀ ਆਮ ਕਰਕੇ ਮੀਡੀਆ ਦੇ ਵਿੱਚ ਪ੍ਰਚਾਰਿਆ ਜਾਂਦਾ। ਇਹਨਾਂ ਦੋ ਵਿਅਕਤੀਆਂ ਨੇ ਦੋ ਦਰਜਨ ਤੋਂ ਵੱਧ ਪੜ੍ਹੇ ਲਿਖੇ ਵਿਦਵਾਨਾਂ ਦੀ ਵਿਦਵਤਾ ਨੂੰ ਖੁੰਝੇ ਲਾ ਦਿੱਤਾ ਕਿ ਫੈਸਲਾ ਅਸੀਂ ਕਰਾਂਗੇ ਕਿਉਂਕਿ ਸਾਡੇ ਕੋਲ ਵੱਡੀ ਕੁਰਸੀ ਹੈ, ਸਾਡੇ ਕੋਲ ਵੋਟਾਂ ਨੇ, ਅਸੀਂ ਫੈਸਲਾ ਕਰਾਂਗੇ ਕਿ ਕੌਮ ਨੇ ਕਿੱਥੇ ਜਾਣਾ। ਪਰੰਤੂ ਹਾਹਾਕਾਰ ਸਾਰੇ ਪਾਸੇ ਮੱਚ ਗਈ। ਬਠਿੰਡੇ ਦੇ ਸਿੱਖਾਂ ਨੇ ਫੈਸਲਾ ਲਿਆ ਜਿੱਥੇ ਭਾਈ ਪੰਨਪ੍ਰੀਤ ਸਿੰਘ ਖਾਲਸਾ, ਕਰਨਲ ਲੈਫਟੀਨੈਂਟ ਜਨਰਲ ਕਰਤਾਰ ਸਿੰਘ ਗਿੱਲ, ਸਰਦਾਰਪਾਲ ਸਿੰਘ ਪੁਰੇਵਾਲ, ਹੋਰ ਬਹੁਤ ਵੱਡੀਆਂ ਸ਼ਖਸੀਅਤਾਂ ਨੇ ਉੱਥੇ ਪਹੁੰਚ ਕੇ ਸ਼ਮੂਲੀਅਤ ਕੀਤੀ, ਸਰਦਾਰ ਅਸ਼ੋਕ ਸਿੰਘ ਬਾਗੜੀਆ। ਤੇ ਬਾਅਦ ਦੇ ਵਿੱਚ ਇਹਨੂੰ ਪ੍ਰਵਾਨਗੀ ਦੇਣ ਵਾਸਤੇ ਬਠਿੰਡੇ ਦੀਆਂ ਸੰਗਤਾਂ ਨੇ ਇਹ ਗੱਲ ਪ੍ਰਵਾਨ ਕਰ ਲਈ ਕਿ ਨਾਨਕ ਸ਼ਾਹੀ ਕੈਲੰਡਰ ਮੁਤਾਬਕ ਹੀ ਅਸੀਂ ਦਿਨ ਦਿਹਾੜੇ ਮਨਾਉਣੇ ਆ। ਜੇ ਸਾਡੇ ਬੱਚਿਆਂ ਦਾ ਦਿਨ ਉਸੇ ਦਿਨ ਹਰ ਵਰੇ ਆਉਂਦਾ ਤੇ ਸਾਡੇ ਵੱਡੇ ਬਾਪੂ ਦਾ ਦਿਨ ਸਾਲ ਦੇ ਵਿੱਚ ਇੱਕ ਵਾਰੀ, ਦੋ ਵਾਰੀ ਤੇ ਇੱਕ ਵਾਰੀ ਆਵੇ ਨਾ, ਅਸੀਂ ਪ੍ਰਵਾਨ ਨਹੀਂ ਕਰਨਾ। ਨਾਰਥ ਅਮਰੀਕਾ ਦੀਆਂ ਸਿੱਖ ਸੰਗਤਾਂ ਨੇ ਉਪਰਾਲਾ ਕੀਤਾ ਕਿ ਇਹਦੇ ਨਾਲ ਆਸਟ੍ਰੇਲੀਆ ਤੇ ਹੋਰ ਯੂਰਪ ਦੇ ਬਹੁਤ ਸੰਸਥਾਵਾਂ ਨੇ ਇਹਨੂੰ ਗੁਰਦੁਆਰਿਆਂ ਦੇ ਵਿੱਚ ਲਾਗੂ ਕਰ ਦਿੱਤਾ। ਕੁਝ ਸੰਸਥਾਵਾਂ ਜਿਹੜੀਆਂ ਟਕਸਾਲਾਂ ਜਾਂ ਡੇਰਿਆਂ ਨਾਲ ਸੰਬੰਧਿਤ ਸਨ, ਉਹਨਾਂ ਨੇ ਆਪਣੇ ਡੇਰੇਦਾਰਾਂ ਦੀ ਮੰਨੀ, ਬਲਕਿ ਅਕਾਲ ਤਖ਼ਤ ਦਾ ਜੋ ਹੁਕਮ ਸੀ ਉਸ ਵੇਲੇ 2003 ਦਾ ਉਹਨੂੰ ਨਹੀਂ ਮੰਨਿਆ। ਖੈਰ, ਇਹ ਉਹਨਾਂ ਦੀ ਆਪਦੀ ਮਰਜ਼ੀ ਹੈ। ਪਰ ਹੋਇਆ ਕੀ ਕਿ ਅੱਜ 26 ਅਕਤੂਬਰ ਵਾਲੇ ਦਿਨ ਸਿਆਟਲ ਦੇ ਵਿੱਚ ਗੁਰਦੁਆਰਾ ਸੱਚਾ ਮਾਰਗ ਦੇ ਵਿੱਚ ਸਾਰੇ ਕੈਨੇਡਾ ਤੇ ਅਮਰੀਕਾ ਦੀਆਂ ਸਿੱਖ ਜਥੇਬੰਦੀਆਂ ਇਕੱਠੀਆਂ ਹੋ ਕੇ ਇਸ ਗੱਲ ਦਾ ਫੈਸਲਾ ਲੈਣ ਜਾ ਰਹੀਆਂ ਨੇ ਕਿ ਸਾਨੂੰ ਨਾਨਕ ਸ਼ਾਹੀ ਕੈਲੰਡਰ ਦੇ ਉੱਤੇ ਘੱਟੋ ਘੱਟ ਇਕੱਠੇ ਹੋ ਕੇ ਪੰਥ ਦੇ ਵਿੱਚ ਜਿਹੜੇ ਪਏ ਵਿਵਾਦ ਨੇ ਉਹਨਾਂ ਨੂੰ ਖਤਮ ਕਰਕੇ ਇੱਕ ਫੈਸਲਾ ਲੈਣਾ ਚਾਹੀਦਾ ਕਿ ਅਸੀਂ ਘੱਟੋ ਘੱਟ ਜਾਈਏ ਤੇ ਜਾਈਏ ਕਿੱਧਰ। ਜੇ ਹੁਕਮ ਸਾਨੂੰ ਅਕਾਲ ਤਖ਼ਤ ਤੋਂ ਮਿਲਣਾ ਚਾਹੀਦਾ ਸੀ ਉਸ ਥਾਂ ਦੇ ਉੱਤੋਂ, ਅੱਜ ਮੁਸ਼ਕਲ ਇਹ ਹੋ ਗਈ ਹੈ ਕਿ ਉਹੀ ਕੁਛ ਹੋ ਰਿਹਾ ਜੇ ਉਹ ਦੋ ਵਿਅਕਤੀ ਕਹਿ ਰਹੇ ਨੇ ਜਿਨ੍ਹਾਂ ਨੇ ਨਾਨਕ ਸ਼ਾਹੀ ਕੈਲੰਡਰ ਦੀ ਥਾਂ ਦੇ ਉੱਤੇ ਇੱਕ ਆਪਣਾ ਕੈਲੰਡਰ ਤਿਆਰ ਕਰਕੇ ਜਿਹਦੇ ਨਾਲ ਸਿੱਖਾਂ ਦਾ ਕੋਈ ਵਾਹ ਵਾਸਤਾ ਨਹੀਂ। ਅੱਜ ਨਾਨਕ ਸ਼ਾਹੀ ਕੈਲੰਡਰ ਮੁਤਾਬਕ ਜੇ ਸੋਚਿਆ ਜਾਏ ਤੇ ਅੱਜ 6 ਕੱਤਕ ਹੈ, ਪਰੰਤੂ ਦਰਬਾਰ ਸਾਹਿਬ ਸੱਚਖੰਡ ਤੋਂ ਜਿਹੜੇ ਹੁਕਮਨਾਮਾ ਸਾਹਿਬ ਨੇ ਉੱਤੇ 4 ਕੱਤਕ ਲਿਖੇ ਆ, ਬੜੀ ਵੱਡੀ ਮੁਸ਼ਕਲ ਪੈਦਾ ਹੋ ਗਈ। ਇਸ ਬਾਬਤ ਅੱਜ ਮੈਂ ਸਾਰੇ ਵਿਦਵਾਨਾਂ ਨਾਲ ਲਗਾਤਾਰ ਪਿਛਲੇ ਹਫ਼ਤੇ ਤੋਂ ਸੰਪਰਕ ਬਣਾ ਕੇ ਰੱਖਿਆ ਵਿਦਵਾਨਾਂ ਨਾਲ ਗੱਲਬਾਤ ਕਰਨ ਦੇ ਲਈ। ਜਿਹੜਾ ਮੇਰਾ ਉਪਰਾਲਾ ਹੈ, ਭਾਈ ਪੰਨਪ੍ਰੀਤ ਸਿੰਘ ਖਾਲਸਾ, ਜੈਦਰ ਬਲਵੰਤ ਸਿੰਘ ਆਨੰਦਗੜ੍ਹ, ਸਰਦਾਰ ਪਰਮਜੀਤ ਸਿੰਘ ਸਰਨਾ, ਪਾਲ ਸਿੰਘ ਪੁਰੇਵਾਲ, ਸਰਬਜੀਤ ਸਿੰਘ ਸੈਕਰਾਮੈਂਟੋ ਤੇ ਸਾਬਕਾ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਤੇ ਨਾਲ ਦੀ ਨਾਲ ਸਰਦਾਰ ਸਰਬਜੀਤ ਸਿੰਘ ਸੈਕਰਾਮੈਂਟੋ,
ਇਹਨਾਂ ਪੰਥਕ ਵਿਦਵਾਨਾਂ ਨਾਲ ਮੇਰੀ ਗੱਲਬਾਤ ਹੋਈ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਰਿਆਂ ਨੂੰ ਸ਼ਾਮਲ ਕਰਾਂਗੇ। ਸਭ ਤੋਂ ਪਹਿਲਾਂ ਸਰਦਾਰ ਪਰਮਜੀਤ ਸਿੰਘ ਸਰਨਾ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਸਾਬਕਾ ਪ੍ਰਧਾਨ, ਤਕਰੀਬਨ 13 ਵਰੇ ਰਹੇ ਨੇ, ਔਰ ਉਹਨਾਂ ਦੇ ਵਿਚਾਰ ਨਾਨਕਸ਼ਾਹੀ ਕੈਲੰਡਰ ਦੇ ਬਾਬਤ ਉਹਨਾਂ ਤੋਂ ਪੁੱਛਦੇ ਹਾਂ। ਸਰਨਾ ਸਾਹਿਬ, ਸਭ ਤੋਂ ਪਹਿਲਾਂ ਰੇਡੀਓ ਸ਼ੇਰੇ ਪੰਜਾਬ ਪ੍ਰੋਗਰਾਮ ਦਿਲਾਂ ਦੀ ਸਾਂਝ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਨਾ ਸਾਹਿਬ, ਅੱਜ ਵਿਸ਼ੇਸ਼ ਗੱਲਬਾਤ ਹੋ ਰਹੀ ਹੈ ਨਾਨਕਸ਼ਾਹੀ ਕੈਲੰਡਰ, ਜਿਹਦਾ ਇੱਕ ਸੈਮੀਨਾਰ 26 ਤਰੀਕ ਨੂੰ ਸਿਆਟਲ ਦੇ ਵਿੱਚ ਕਰਵਾਇਆ ਜਾ ਰਿਹਾ ਜੀ। ਉਸ ਸੰਬੰਧ ਵਿੱਚ ਪੰਥਕ ਸ਼ਖਸੀਅਤਾਂ ਤੇ ਨੌਰਕ ਅਮਰੀਕਾ ਦੀਆਂ ਸਾਰੀਆਂ ਸਿੱਖ ਸੰਗਤਾਂ ਇਕੱਠੀਆਂ ਹੋ ਕੇ ਨਾਨਕਸ਼ਾਹੀ ਕੈਲੰਡਰ 2003 ਨੂੰ ਲਾਗੂ ਕਰਾਉਣ ਦੇ ਲਈ ਉਪਰਾਲਾ ਸਿੱਖਾਂ ਨੂੰ ਇਕੱਠੇ ਕਰਨ ਦਾ ਇੱਕ ਯਤਨ ਹੈ। ਇਸ ਬਾਬਤ ਤੁਸੀਂ ਤਕਰੀਬਨ ਬਹੁਤ ਲੰਮਾ ਸਮਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਅਦ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਇੱਕ ਸ਼੍ਰੋਮਣੀ ਕਮੇਟੀ ਹੈ, ਜਿੱਥੇ ਤੁਸੀਂ ਬਹੁਤ ਲੰਮਾ ਸਮਾਂ ਇਸ ਸੰਸਥਾ ਦੇ ਉੱਤੇ ਐਜ ਮੁੱਖ ਸੇਵਾਦਾਰ ਪ੍ਰਧਾਨ ਰਹੇ ਹੋ। ਨਾਨਕਸ਼ਾਹੀ ਕੈਲੰਡਰ ਮੁਤਾਬਕ ਤੁਸੀਂ ਕੀ ਕਹਿਣਾ ਚਾਹੋਗੇ? ਕੀ ਉਹ ਫੈਸਲਾ 2003 ਵਾਲਾ ਠੀਕ ਸੀ ਜਾਂ ਫਿਰ 2010 ਵਾਲਾ ਹੀ ਸਿੱਖਾਂ ਨੂੰ ਮੰਨ ਲੈਣਾ ਚਾਹੀਦਾ ਜੀ? ਦੇਖੋ, ਗੱਲ ਹੈਗੀ ਜੀ ਕਿ ਇਸ ਗੱਲ ਦਾ ਫੈਸਲਾ ਤੇ ਵਿਦਵਾਨਾਂ ਨੂੰ ਕਰਨਾ ਚਾਹੀਦਾ, ਪੂਰੇ ਵਾਲ ਸਾਹਿਬ ਨਾਲ ਜਾਂ ਹਿੰਦੁਸਤਾਨ ਜਿਹੜੇ ਵਿਦਵਾਨ ਰਹਿੰਦੇ ਨੇ। ਮੈਂ ਤੇ ਸਿਰਫ ਇਹ ਗੱਲ ਕਹਿਣੀ ਚਾਹੁੰਦਾ ਵਾ ਕਿ 2003 ਦੇ ਵਿੱਚ ਜਿਹੜਾ ਨਾਨਕਸ਼ਾਹੀ ਕੈਲੰਡਰ ਲਾਗੂ ਕੀਤਾ ਗਿਆ ਸੀ, ਉਹ ਅਕਾਲ ਤਖ਼ਤ ਸਾਹਿਬ ਤੋਂ ਲਾਗੂ ਕੀਤਾ ਗਿਆ ਸੀ ਜੀ। ਔਰ ਅਕਾਲ ਤਖ਼ਤ ਸਾਹਿਬ ਦੇ ਉੱਤੇ ਸੰਸਾਰ ਭਰ ਦੇ ਵਿਦਵਾਨਾਂ ਨੂੰ, ਇਨਕਲੂਡਿੰਗ ਪੂਰੇ ਵਾਲ ਸਾਹਿਬ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕਈ ਸੀਨੀਅਰ ਪ੍ਰੋਫੈਸਰ ਸਨ, ਹੋਰ ਬੁੱਧੀਜੀਵੀ ਸਨ, ਔਰ ਤਕਰੀਬਨ 150-200 ਬੰਦਾ ਹੋਰ ਵੀ, ਜਿਹਦੇ ਸੰਤ ਸਮਾਜ ਦੇ ਮੁਖੀ ਬਾਬਾ ਰਾਮ ਸਿੰਘ ਸੀ, ਭਾਈ ਜਸਬੀਰ ਸਿੰਘ ਰੋਡੇ ਐਂਡ ਕੰਪਨੀ ਸਾਰੇ ਸਨ, ਜਿਨ੍ਹਾਂ ਦੀ ਪ੍ਰਵਾਨਗੀ ਤੋਂ ਬਾਅਦ ਇਹ ਫਿਰ ਵਿਸਾਖੀ ਵਾਲੇ ਦਿਨ ਇਸ ਨੂੰ ਲਾਗੂ ਕੀਤਾ ਗਿਆ ਸੀ। ਪਰ ਅਚਨਚੇਤ ਨਵੰਬਰ 2009 ਦੇ ਵਿੱਚ ਜਿਹੜੀਆਂ ਚੋਣਾਂ ਹੋਈਆਂ, ਉਹਦੇ ਵਿੱਚ ਨਵੰਬਰ ਜਿਹੜੀਆਂ ਚੋਣਾਂ ਹੋਈਆਂ ਸਨ, ਉਹਦੇ ਵਿੱਚ ਉਹਨਾਂ ਨੇ ਨਵੰਬਰ ਵਿੱਚ ਇੱਕ ਗੱਲ ਕੱਢੀ ਕਿ ਅਸੀਂ ਇਸ ਨੂੰ ਬਦਲਣ ਜਾ ਰਿਹਾ, ਔਰ ਬਦਲਣ ਵੀ ਜਿਹੜਾ ਸੀ ਉਹ ਇਸ ਤਰੀਕੇ ਨਾਲ ਬਦਲਿਆ ਗਿਆ ਕਿ ਜਿਸ ਤਰੀਕੇ ਨਾਲ ਅੱਜ ਤੱਕ ਅਕਾਲ ਤਖ਼ਤ ਸਾਹਿਬ ਤੋਂ ਕੋਈ ਹੁਕਮਨਾਮਾ ਜਾਂ ਅਗਰ ਕੋਈ ਚੀਜ਼ ਜਾਰੀ ਹੋਈ ਹੈ, ਉਸਦਾ ਅੱਜ ਤੱਕ ਜੋ ਅਸੀਂ ਪੜਿਆ ਹੋਵੇ, ਜੋ ਅਸੀਂ ਸੁਣਿਆ, ਉਹ ਹੈਗਾ ਕਿ ਸੰਸਾਰ ਭਰ ਦੇ ਸਿੱਖਾਂ ਦਾ ਸਰਬਤ ਖਾਲਸਾ ਬੁਲਾਇਆ ਜਾਂਦਾ ਤੇ ਉਸ ਤੋਂ ਬਾਅਦ ਉਹਦੇ ਚੇਂਜ ਕੀਤੀ ਜਾਂਦੀ ਹੈ। ਮੈਂ ਇਹ ਕਰਨੀ ਚਾਹੁੰਦਾ ਵੀ ਘੱਟੋ ਘੱਟ ਇਹਨਾਂ ਨੂੰ ਪੂਰੇਵਾਲ ਸਾਹਿਬ ਨੂੰ ਤੇ ਬੁਲਾ ਲੈਣਾ ਚਾਹੀਦਾ ਸੀ ਅਗਰ ਕੋਈ ਚੇਂਜ ਕਰਨੀ ਵੀ ਸੀ ਤਾਂ, ਪਰ ਇਹਨਾਂ ਨੇ ਉਹਨਾਂ ਚੋਂ ਕੋਈ ਕੰਮ ਨਹੀਂ ਕੀਤਾ। ਫਿਰ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜੈਕਟਿਵ ਦੀ ਮੀਟਿੰਗ ਬੁਲਾ ਕੇ ਔਰ ਉਹਨਾਂ ਦੇਸ਼ ਦੇਤਾ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਕਿ ਤੁਸੀਂ ਇਸ ਨੂੰ ਅਕਾਲ ਤਖ਼ਤ ਤੋਂ ਲਾਗੂ ਕਰ ਦਿਓ ਜੀ, ਜਿਹੜਾ ਰਿਵਾਈਜ਼ ਹੈਗਾ। ਅਸੀਂ ਇੱਕੋ ਗੱਲ ਚਾਹੁੰਦੇ ਹਾਂ ਕਿ ਇਹ ਫੈਸਲਾ ਸਮੁੱਚੇ ਪੰਥ ਦੀ ਸਹਿਮਤੀ ਦੇ ਨਾਲ ਬਣਨਾ ਚਾਹੀਦਾ। ਅਸੀਂ 2003 ਦਾ ਕੈਲੰਡਰ ਲਾਗੂ ਕਰਨ ਦੇ ਪੂਰੀ ਤਨਦੇਹੀ ਨਾਲ ਲਾਗੂ ਕੀਤਾ ਔਰ ਜਿਹੜੀਆਂ ਛੇ ਮਹੀਨੇ 7 ਮਹੀਨੇ ਪਹਿਲੇ ਚੋਣਾਂ ਹੋਈਆਂ ਨੇ, ਸਾਨੂੰ ਇਹਦੇ ਲਈ ਖਮਿਆਜ਼ਾ ਵੀ ਭੁਗਤਣਾ ਪਿਆ ਕਿਉਂਕਿ ਬਾਦਲ ਦਲ ਨੇ ਬੜਾ ਪ੍ਰੋਪੇਗੰਡਾ ਕੀਤਾ ਸੀ ਕਿ ਇਹਨਾਂ ਨੇ ਅਕਾਲ ਤਖ਼ਤ ਸਾਹਿਬ ਦੇ ਹੁਕਮ ਦੀ ਉਲੰਘਣਾ ਕੀਤੀ ਔਰ ਅਕਾਲ ਤਖ਼ਤ ਦਾ ਹੁਕਮ ਨਹੀਂ ਹੈ ਮੰਨ ਰਹੇ, ਇਹ ਉੱਥੋਂ ਬਾਗੀ ਹੈਗੇ। ਪਰ ਅਸੀਂ ਨਾ ਅਕਾਲ ਤਖ਼ਤ ਸਾਹਿਬ ਤੋਂ ਬਾਗੀ ਹੋਏ ਹਾਂ, ਅਸੀਂ ਸਿਰਫ ਇਹੀ ਚਾਹੁੰਦੇ ਸਾਂ ਕਿ ਮਰਿਆਦਾ ਔਰ ਪਰੰਪਰਾਵਾਂ ਜਿਹੜੀਆਂ ਨੇ ਅਕਾਲ ਤਖ਼ਤ ਸਾਹਿਬ ਦੀਆਂ, ਉਹਨਾਂ ਨੂੰ ਕਾਇਮ ਰੱਖਿਆ ਜਾਏ, ਉਹਨਾਂ ਨੂੰ ਕਿਸੇ ਰਾਸ਼ਟਰੀ ਧਿਰ ਦੇ ਕਹਿਣ ਤੇ ਜਾਂ ਕਿਸੇ ਰਾਸ਼ਟਰੀ ਦਖਲ ਅੰਦਾਜ਼ੀ ਵਿੱਚ ਛੇੜਿਆ ਨਾ ਜਾਵੇ। ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੋਈ ਹੈ, ਮੈਂ ਜ਼ਿਆਦਾ ਸਮਾਂ ਨਹੀਂ ਲੈਂਦਾ, ਤੁਸੀਂ ਮੈਨੂੰ ਕਿਹਾ 4-5 ਮਿੰਟ ਦੀ ਟਾਈਮ ਹੈਗਾ ਜੀ। ਮੈਂ ਸਿਰਫ ਇਹ ਬੇਨਤੀ ਕਰਨੀ ਚਾਹੁੰਦਾ ਕਿ ਤੁਸੀਂ ਇੱਕ ਜਿਹੜੀ 26 ਅਕਤੂਬਰ ਦੀ ਜਿਹੜਾ ਤੁਸੀਂ ਉੱਥੇ ਸੈਮੀਨਾਰ ਬਣਾਇਆ ਜਾਂ ਕਾਨਫਰੰਸ ਕਰ ਰਹੇ ਹੋ, ਉਹਦੇ ਵਿੱਚ ਤੁਸੀਂ ਇਹਨਾਂ ਨੂੰ ਨਿਉਤਾ ਦਿਓ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਵੀ ਬੁਲਾਓ, ਕੇਸਗੜ ਸਾਹਿਬ ਦੇ ਨੂੰ ਬੁਲਾਓ, ਆਪਣਾ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੂੰ ਬੁਲਾਓ, ਜਿਨ੍ਹਾਂ ਨੇ ਜਦ ਮੈਂ ਹੁਣ ਪੇਸ਼ ਹੋਇਆ ਸੀ ਤੇ ਮੇਰੇ ਸਾਹਮਣੇ ਇਹ ਗੱਲ ਕਹੀ ਸੀ ਬਈ ਤੁਸੀਂ ਇਹਦਾ ਨਾਂ ਕੀ ਹੈ ਇਸ ਨੂੰ ਚੇਂਜ ਕਰਨ ਦੇ ਵਿੱਚ, ਉਹ ਲਫ਼ਜ਼ ਮੈਂ ਨਹੀਂ ਬੋਲ ਸਕਦਾ, ਮਤਲਬ ਉਹਨਾਂ ਨੇ ਥੋੜੇ ਸਖ਼ਤ ਲਫ਼ਜ਼ਾਂ ਦੀ ਵਰਤੋਂ ਕੀਤੀ ਸੀ, ਬੇਈਮਾਨੀ ਤੁਸੀਂ ਕੀਤੀ ਹੈ ਕੌਮ ਦੇ ਨਾਲ, ਔਰ ਇਸ ਦੇ ਲਈ ਮੈਂ ਕਹਾਂਗਾ ਵੀ ਸਾਰੇ ਖਿਲਾ ਕੇ ਇਹਦੇ ਸਮੁੱਚੇ ਪੰਥੀ ਪ੍ਰਵਾਨਗੀ ਹੋਣੀ ਚਾਹੀਦੀ ਹੈ। ਜਦ ਤੱਕ ਪ੍ਰਵਾਨਗੀ ਨਾ ਹੋਵੇ 2003 ਦਾ ਕੈਲੰਡਰ ਹੀ ਲਾਗੂ ਹੋਣਾ ਚਾਹੀਦਾ, ਸਾਡੀ ਤੇ ਇਹ ਰਾਏ ਹੈਗੀ। ਬਾਕੀ ਮੈਂ ਧੰਨਵਾਦੀ ਹਾਂ ਤੁਹਾਡਾ ਵੀ, ਬਾਕੀ
समुचे नॉर्थ अमेरिका की गुरुद्वारों का लीडरशिप का जिन्हों ने उपराला किया सानू तो इतने बैठे एक ही आस हैगी कि तुसी ही इस काम नू सिरे चाढ़ सकते हो और तुहाडे लियो स्टैंड ही सिख कौम की मर्यादा बम प्रवान की राखी कर सकते हैं। इसलिए साड़ियां बेस्ट विशेज तुहाडे नाल। बहुत बहुत धन्यवाद। ये संस्था परमजीत सिंह सरना दिल्ली गुरुद्वारा प्रबंधक कमेटी के तकरीबन बहुत लंबा समा दहाका तो वध उहदे प्रधान रहे ने और इन्होंने जिन्ना चिर उत्थे रहे ने कि नानक शाही कैलेंडर 2003 वाला उन्हें पूर्ण तौर दे उत्ते लागू किया और उन्हां दी गलबात तो सुनी है कि विदेशी सिखां दा इहदे विच बड़ा वड्डा हत्थ है। भाई पंतप्रीत सिंह खालसा भावें इत्थे आए ने बठिंडे दे विच जाके जिहड़े इन्हां ने सैमीनार करवाया बठिंडे दीआं सिख संगतां ने पूरे जिले ने यह गल मिथ ली है। जथेदार बलवंत सिंह नंदगढ़ जिहड़े कि तख्त श्री दमदमा साहब दे जथेदार ने उन्होंने बिल्कुल 2010 वाले कैलेंडर नूं नकारे है और हमेशा उन्होंने बयान अज भी कुछ पलों के हो सकता मेरे न शामिल हो परंतु इस वे सौजन ने लम्मा सफर करके आए ने। जथेदार जोगिंदर सिंह वेदांती जी नाल मेरी गलबात हुई सी परंतु वो इस मुद्दे के उत्ते गलबात नहीं करना चाहते स्विच कर लिया उन्होंने फोन अपना ऑफ कर लिया है इस करके कि हो सकता आने वाले समय के कदे उन्होंने वारी आ जाए। सो इस करके वो इस मुद्दे के उत्ते गल नहीं करना चाहते। एक कौम का फैसला करना साडे सत्कारयोग सिंह साहबान जथेदार साहबान नहीं है। जो जथेदार साहबान यह फैसला ना ले सकन तो कौम किन्ना चिर चुप करके बैठी रहेगी। आओ दूसरे साडे चश्मदीद गवाह नानक शाही कैलेंडर दे भावें जथेदार जोगिंदर सिंह वेदांती फोन नहीं चुक रहा है परंतु प्रतिपाल सिंह संधु जिहड़े उस वेले उन्होंने पीए सन और नानक शाही कैलेंडर दीआं ज्यादातर मीटिंगां दे विच और सारा कुछ इन्हां दे सामने ओह हुक्मनामे लागू होए ने। आओ उन्हां दा प्रोग्राम दे विच स्वागत करदे हां। सरदार प्रतिपाल सिंह जी प्रोग्राम दिलां दी सांझ रेडियो शेरे पंजाब ते तुहाडा बहुत बहुत स्वागत है जी। वाहिगुरू जी का खालसा वाहिगुरू जी की फतेह। वाहिगुरू जी की फतेह जी। हां जी सरना साहब की तुसीं गलबात सुनी है मेरे नाल भाई पंतप्रीत सिंह खालसा भाईपाल सिंह पुरेवाल सरदार सरबजीत सिंह सैक्रामेंटो ते उहदे नाल होर विद्वान अज दे इस प्रोग्राम दे विच मेरे नाल शामिल होणगे गलबात होएगी। तुसीं 2003 दे विच नानक शाही कैलेंडर जदों लागू होया उस वेले हालात की सन कौन कौन राजी सन ते कौन कौन उस वेले नाराज होए सन बाद दे विच उहनां नूं राजी करन दे लई की हथ कंडे वरते गए जी एदी जानकारी तुसीं चश्मदीद गवाह की कहना चाहोगे जी। मैं ते सिर्फ इदां ही कहना चाहुंदा जी कि बड़े लंबे समय तो यह मंग सी वी कौम का एक वखरा कैलेंडर होना चाहिए। कैलेंडर बनिया और कई अड़चना पईआं अखीर 2003 दे विच कैलेंडर जिहड़ा है वह लागू हो गया। जथेदार अकाल तख्त साहब वालों यह आदेश दिता गया श्रोमणी कमेटी नूं भी इहनूं कैलेंडर नूं जिहड़ा है इहनूं छाप के ते सिख संगतां विच इहदे मुताबक ही आउण वाले समय च जिहड़े भी गुरपुरब ने इतिहासिक दिहाड़े ने वह मनाए जाण। उस तों बाद बडूंगर साहब जिहड़े है वह प्रधान सीगे उस वेले कृपाल सिंह बडूंगर वह कैलेंडर जिहड़ा छापिया गया दमदमा साहब तों वह कैलेंडर जिहड़ा है साहब प्रकाश सिंह जी बादल बतौर अकाली दल दे प्रधान उन्हां ने रिलीज किया जिहड़ियां बकायदा जिहड़ा गुरद्वारा गजट है उहदे विच बकायदा फोटो भी छपियां सब कुछ है। फिर इत्थे वी गल खत्म नहीं तेजा सिंह समुंदरी हाल विच बहुत वड्डा जिहड़ा इकट्ठ जिहड़ा होया उस दे विच हाजिर सीगे सिंह साहब यानी जगतार सोरी भी हाजिर सी यानी बलवंत सोरी हाजिर सी फिर गुरभजन सोरी हाजिर सीगे मल सोरी भी हाजिर सी वेदांती हरी भी हाजिर सीगे जसविंदर सिंह हरी हैड ग्रंथी जिहड़े सी पिछे ओह भी उत्थे हाजिर सी। इह सारा जिहड़ा कैलेंडर आ उत्थे प्रवान कीता गया। फिर एक मता जिहड़ा है श्रोमणी गुरुद्वारा प्रबंधक कमेटी वालों यह भी प्रवान किया गया ते पाल सिंह पुरेवाल ते जिहड़े कैलेंडर दे विच शमूलियत जी नाल कीती जहदारा ने उन्हां दा सन्मान भी किया गया बकायदा मता पास किया गया। ते उस तों बाद 2003 तों लैके 2009 तक कैलेंडर जिहड़ा है ओह लागू भी रहा जिहड़ा नानक शाही कैलेंडर शाब्दी री श्रोमणी गुरुद्वारा प्रबंधक कमेटी समय समय जिहड़े प्रधान आउंदे रहे हुण वी जिहड़े मौजूदा प्रधान ने
ਆਪਣੇ ਮੱਕੜ ਸਾਹਿਬ ਇਹਨਾਂ ਦਾ ਬਕਾਇਦਾ ਨਾਰਕਸ਼ਾਹੀ ਕੈਲੰਡਰ ਕਿਉਂ ਤੇ ਕਿਵੇਂ ਇੱਕ ਤੇ ਇਹ ਸ਼ਬਦ ਆ ਰਿਹਾ ਤੇ ਇੱਕ ਉਸ ਜੰਤਰੀ ਦੇ ਮੁੱਢ ਦੇ ਉੱਤੇ ਭੂਮਿਕਾ ਵਜੋਂ ਇਹ ਜਿਹੜਾ ਕੌਮ ਦਾ ਆਪਣਾ ਵੱਖਰਾ ਕੈਲੰਡਰ ਆ ਜਿਹੜਾ ਕਿ ਬੜੇ ਸਿਆਣੇ ਵਿਦਵਾਨਾਂ ਨੇ ਬੜੇ ਸਾਲਾਂ ਦੀ ਘਾਲਣਾ ਦੇ ਨਾਲ ਇਹ ਤਿਆਰ ਕੀਤਾ ਹੈ ਇਹਨੂੰ ਰਿਲੀਜ਼ ਕਰਦੇ ਹਾਂ ਤੇ ਇਹਦੇ ਮੁਤਾਬਕ ਹੀ ਆਉਣ ਵਾਲੇ ਜਿਹੜੇ ਮੇਰੇ ਦਿਨ ਦਿਹਾੜੇ ਹੈ ਜਿਹੜੇ ਜਿਹੜੇ ਸਾਲ ਦਾ ਵੀ ਕੈਲੰਡਰ ਛਾਪਦੇ ਰਹੇ ਆ ਚਾਰ ਦਾ ਪੰਜ ਦਾ ਛੇ ਦਾ ਸੱਤ ਦਾ ਉਹਦੇ ਚ ਬਕਾਇਦਾ ਇਹ ਭੂਮਿਕਾ ਦੇ ਵਿੱਚ ਉਹਦੇ ਆਉਂਦਾ ਰਿਹਾ ਇਸ ਤਰ੍ਹਾਂ ਜੀ ਜੀ ਹੁਣ ਇਹ ਕਾਰਨ ਕੀ ਬਣ ਗਿਆ ਅਚਨਚੇਤ ਕੇ 2010 ਦੇ ਵਿਚ ਤਬਦੀਲੀ ਕਰਨੀ ਪਈ ਮੈਂ ਪਹਿਲਾਂ ਜ਼ਿਕਰ ਕਰ ਰਿਹਾ ਸਾਂ ਕਿ ਇਹਦੇ ਵਿਚ ਕਿਹੜੇ ਕਿਹੜੇ 2 ਦਰਜਨ ਤੋਂ ਵੱਧ ਯੂਨੀਵਰਸਿਟੀਆਂ ਦੇ ਸਕਾਲਰ ਸਿੱਖ ਹਿਸਟੋਰੀਅਨ ਸਰਦਾਰਪਾਲ ਸਿੰਘ ਪੁਰੇਵਾਲ ਇਹਨਾਂ ਸਾਰਿਆਂ ਦੀ ਸ਼ਮੂਲੀਅਤ ਤੇ ਵਿਚਾਰ ਗੋਸ਼ਟੀ ਕਰਨ ਤੋਂ ਬਾਅਦ ਸਾਰੀਆਂ ਸ਼ੰਗਰਾਂਦਾ ਸਾਰੇ ਗੁਰਪੁਰ ਮਿੱਥੇ ਗਏ ਅਚਨਚੇਤ 2010 ਦੇ ਵਿਚ ਕਿਹੜੀ ਐਡੀ ਪ੍ਰੋਬਲਮ ਆ ਗਈ ਕਿ ਨਹੀਂ ਜੀ ਇਹ ਸਾਨੂੰ ਮਨਜ਼ੂਰ ਨਹੀਂ ਕੀ ਸੰਤ ਸਮਾਜ ਜਾਂ ਸਾਧ ਯੂਨੀਅਨ ਹੀ ਸਿੱਖ ਧਰਮ ਦੀ ਪ੍ਰਤੀਨਿਧਤਾ ਕਰ ਰਹੀ ਹੈ ਜਾਂ ਸ੍ਰੀ ਅਕਾਲ ਤਖ਼ਤ ਸਾਹਿਬ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜੀ ਗੱਲ ਇਹ ਜੀ ਪਹਿਲਾਂ ਇੱਕ ਗੱਲ ਜਿਹੜੀ ਜ਼ਰੂਰੀ ਕਹਿ ਦੇਣੀ ਚਾਹੁੰਦਾ ਹੈ ਜਦੋਂ ਇਹ ਕੈਲੰਡਰ ਜਿਹੜਾ ਹੈ ਉਹ ਰਿਲੀਜ਼ ਕੀਤਾ ਗਿਆ ਤਿਆਰ ਕੀਤਾ ਗਿਆ ਤੇ ਉਦੋਂ ਬਕਾਇਦਾ ਅਕਾਲ ਤਖ਼ਤ ਸਾਹਿਬ ਵੱਲੋਂ ਜਥੇਦਾਰ ਵਿਦਾਂਤੀ ਜੀ ਵੱਲੋਂ ਤੇ ਦੂਜੇ ਸਿੰਘ ਸਾਹਿਬ ਵੱਲੋਂ ਮਤਾ ਵੀ ਕੀਤਾ ਗਿਆ ਕਿ ਇਹ ਜਿਹੜਾ ਕੈਲੰਡਰ ਆ ਜੇ ਇਹਦੇ ਚ ਕੋਈ ਕਿਸੇ ਕੋਈ ਸਿਧਾਂਤਕ ਤੌਰ ਤੇ ਕੋਈ ਤਬਦੀਲੀ ਕਰਨ ਦੀ ਲੋੜ ਹੋਊਗੀ ਕਿਸੇ ਵੇਲੇ ਤਬਦੀਲੀ ਜਿਹੜੀ ਹੈ ਕਰਾਉਣ ਬਾਰੇ ਆਪਣੇ ਵਿਚਾਰ ਜਿਹੜੇ ਪਿੰਡ ਚ ਭੇਜੇ ਜਾਣ ਉਹਦੇ ਚ ਸਾਹਿਬ ਨੇ ਕਿਹਾ ਜੀ ਅਸੀਂ ਤੇ ਕੋਈ ਇਹਦੇ ਚ ਕੋਈ ਵਿਚਾਰ ਨੀ ਭੇਜ ਰਹੇ ਉਹਨਾਂ ਬਾਈਕਾਟ ਵਾਲੀ ਗੱਲ ਕੀਤੀ ਬਕਾਇਦਾ ਅਕਾਲ ਤਖ਼ਤ ਵੱਲੋਂ ਚਿੱਠੀ ਵੀ ਅਕਾਲ ਤਖ਼ਤ ਸਾਹਿਬ ਵੱਲੋਂ ਭੇਜੀ ਗਈ ਉਸ ਵੇਲੇ ਦੇ ਬਾਬਾ ਜੀ ਸਰ ਉਹਨਾਂ ਨੂੰ ਬਾਪੂ ਠਾਕਰ ਸਿੰਘ ਹਰਾਂ ਨੂੰ ਕਿ ਬਾਬਾ ਜੀ ਅਖਬਾਰਾਂ ਚ ਬਿਆਨਬਾਜ਼ੀ ਠੀਕ ਨੀ ਹੈਗੀ ਤੇ ਤੁਸੀਂ ਇਹ ਜਿਹੜਾ ਕੈਲੰਡਰ ਆ ਇਹਦੇ ਬਾਰੇ ਆਪਣੇ ਨੁਮਾਇੰਦੇ ਭੇਜੋ ਤੇ ਈਵਨ ਉੱਥੇ ਨੁਮਾਇੰਦੇ ਵੀ ਜਿਹੜੇ ਹੈ ਅਜੈਬ ਸਿੰਘ ਵਿਆਸੀ ਮੁਕਮ ਸਿੰਘ ਹਰੀ ਇਹ ਉਸ ਵੇਲੇ ਦੋ ਮੀਟਿੰਗ ਸਾਲ ਦੇ ਜਿਹੜੇ ਨੁਮਾਇੰਦੇ ਸੀ ਉਹ ਵੀ ਉਸ ਮੀਟਿੰਗ ਵਿੱਚ 28 ਮਾਰਚ ਜਿਹੜੀ 2003 ਨੂੰ ਸੀ ਉਹਦੇ ਵਿੱਚ ਉੱਥੇ ਹਾਜ਼ਰ ਸਨ ਪਰ ਇੱਕ ਗੱਲ ਜਿੱਥੇ ਮੈਂ ਦੱਸ ਦਵਾਂ ਕਿ ਜਦੋਂ ਇਹ ਨਾਨਕਸ਼ਾਹੀ ਕੈਲੰਡਰ ਦੀ ਗੱਲ ਚੱਲਦੀ ਸੀ ਤੇ ਜਿਹੜੇ ਬੀਜੇਪੀ ਦੇ ਕਾਰਕੁਨ ਸੀ ਜਿਸ ਤਰ੍ਹਾਂ ਚਾਵਲਾ ਸਾਹਿਬ ਸੀ ਸਾਬਕਾ ਮੰਤਰੀ ਇੱਕ ਸਾਬਕਾ ਐਮ ਪੀ ਸੀਗੇ ਉੱਥੋਂ ਦੇ ਉਹ ਬਕਾਇਦਾ ਲਗਾਤਾਰ ਹੀ ਵਿਦਾਂਤੀਆਂ ਨੂੰ ਇਹ ਆ ਕੇ ਆਉਂਦੇ ਸੀ ਕਿ ਇਹਦੇ ਨਾਲ ਜੀ ਕੌਮ ਵਿੱਚ ਫੁੱਟ ਪੈਜੂਗੀ ਇਹਦੇ ਚ ਵਖਰੇਵਾਂ ਪੈਦਾ ਹੋ ਜਾਊਗਾ ਵਿਦਾਂਤੀ ਸਾਹਿਬ ਬੜੇ ਡੱਟ ਕੇ ਆਉਂਦੇ ਸੀ ਵੀ ਹਰ ਧਰਮ ਦਾ ਆਪਣਾ ਆਪਣਾ ਕੈਲੰਡਰ ਆ ਤੇ ਉਹ ਕੈਲੰਡਰ ਦਾ ਮਕਸਦ ਇਹ ਹੀ ਹੁੰਦਾ ਹੈ ਕਿ ਉਸ ਧਰਮ ਦੇ ਜਿਹੜੇ ਦਿਹਾੜੇ ਨੇ ਧਾਰਮਿਕ ਉਹਨਾਂ ਦੇ ਪੀਰਾਂ ਦੇ ਪੈਗੰਬਰਾਂ ਦੇ ਗੁਰੂਆਂ ਦੇ ਉਹਦੇ ਮੁਤਾਬਕ ਮਨਾਏ ਜਾਣੇ ਆ ਇਸ ਕਰਕੇ ਤੁਹਾਨੂੰ ਇਹਦੇ ਨਾਲ ਕਾਫੀ ਫੁੱਟ ਪੈ ਜਾਣੀ ਆ ਪਰ ਉਹ ਲਗਾਤਾਰ ਹੀ ਉਹ ਤਾਕਤਾਂ ਉਦੋਂ ਤੋਂ ਹੀ ਜਿਹੜੀਆਂ ਤਾਕਤਾਂ ਹੈ ਉਹ ਭਾਈ ਦੌੜ ਕਰ ਰਹੀਆਂ ਸੀ ਸਰਗਰਮ ਸੀਗੀਆਂ ਉਹ ਵਿਦਾਂਤੀ ਘਰਾਂ ਵੇਲੇ ਤੇ ਉਹਨਾਂ ਦਾ ਵੱਸ ਨਹੀਂ ਚੱਲਿਆ ਤੇ ਮਗਰੋਂ ਜਦੋਂ ਨਵੇਂ ਜਥੇਦਾਰ ਸਾਹਿਬ ਆ ਗਏ ਤੇ ਉਹਨਾਂ ਤਾਕਤਾਂ ਨੇ ਜਿਹੜਾ ਸੰਤ ਸਮਾਜ ਸੀਗਾ ਜਿਹੜੇ ਸੰਗਰਾਂਦਾ ਦੀ ਦਿਹਾੜੀਆਂ ਆਪਣੇ ਪੂਰਨਮਾਸ਼ੀਆਂ ਦੀ ਗੱਲ ਕਰਦੇ ਸੀਗੇ ਉਹਨਾਂ ਨੇ ਦਬਾਅ ਪਾ ਕੇ ਤੇ ਉਹਨਾਂ ਸ਼ਰਤ ਵੀ ਇਹ ਰੱਖੀ ਪਹਿਲੋਂ ਔਰ ਉਹਨੇ ਅਖਬਾਰਾਂ ਚ ਵੀ ਖਬਰਾਂ ਛਪੀਆਂ ਕਿ ਅਸੀਂ ਤੇ ਤਾਂ ਕਰਾਂਗੇ ਕਿ ਵਿਦਾਂਤੀ ਹਰਾ ਨੂੰ ਜੇ ਤੋਂ ਲਾ ਦਿਓ ਜੇ ਨਸ਼ੀ ਤੋਂ ਮੁਕਤ ਕਰ ਦਿਓ ਇਹ ਸੀ ਜੀ ਗੱਲ ਜੀ ਇਹ ਸਨ ਪ੍ਰਿਥੀਪਾਲ ਸਿੰਘ ਰੰਧਾਵਾ ਜਿਹੜੇ ਕਿ ਉਸ ਵੇਲੇ ਸੰਧੂ ਮਾਫ ਕਰਨਾ ਜਿਹੜੇ ਜਥੇਦਾਰ ਜੋਗਿੰਦਰ ਸਿੰਘ ਵਿਦਾਂਤੀ ਉਹਨਾਂ ਦੇ ਪੀਏ ਸਨ ਵਿਦਾਂਤੀ ਸਾਹਿਬ ਨਾਲ ਮੇਰੀ ਕੁਝ ਪਲ ਪਹਿਲਾਂ ਗੱਲ ਹੋਈ ਹੈ ਪਰੰਤੂ ਉਸ ਤੋਂ ਬਾਅਦ ਟੈਲੀਫੋਨ ਸਵਿਚਡ ਆਫ ਹੈ ਸਰਦਾਰ ਪਰਮਜੀਤ ਸਿੰਘ ਸਰਨਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਸਰਦਾਰ ਪ੍ਰਿਥੀਪਾਲ ਸਿੰਘ ਸੰਧੂ ਜਿਹੜੇ ਕਿ ਪੀਏ ਰਹੇ ਨੇ ਵਿਦਾਂਤੀ ਸਾਹਿਬ ਦੇ ਹੁਣ ਮੇਰੇ ਨਾਲ ਪੰਥਕ ਵਿਦਵਾਨ ਸਰਦਾਰਪਾਲ ਸਿੰਘ ਪੁਰੇਵਾਲ ਤੋਂ ਬਾਅਦ ਜਿਹੜੇ ਉਪਰਾਲਾ ਕਰ ਰਹੇ ਨੇ ਸਰਦਾਰ ਸਰਬਜੀਤ ਸਿੰਘ ਸੈਕਰਾਮੈਂਟੋ ਬਹੁਤ ਕੁਛ ਇਹਨਾਂ ਨੇ ਲਿਖਿਆ 200 ਤੋਂ ਵੱਧ ਦੇ ਲੇਖ ਲਿਖ ਚੁੱਕੇ ਨੇ ਤਕਰੀਬਨ ਦਰਜਨਾਂ ਚਿੱਠੀਆਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਲਿਖੀਆਂ ਨੇ ਜਵਾਬ ਇੱਕ ਦਾ ਵੀ ਨਹੀਂ ਆਇਆ ਮੈਂ ਇਸ ਤੋਂ ਪਹਿਲਾਂ ਕਿ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਾਂ ਕਿਉਂਕਿ ਪੁਰੇਵਾਲ ਸਾਹਿਬ ਵੀ ਪ੍ਰੋਗਰਾਮ ਸੁਣ ਰਹੇ ਨੇ ਇੰਡੀਆ 'ਚ ਬੈਠੇ ਕੁਝ ਸਮੇਂ ਤੱਕ ਉਹਨਾਂ ਨੇ ਪਾਕਿਸਤਾਨ ਦੇ ਵਿੱਚ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਸ਼ਾਮ ਸਿੰਘ ਉਹਨਾਂ ਨੇ ਪੂਰਨ ਤੌਰ ਤੇ 2003 ਵਾਲਾ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕੀਤਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਿਛਲੇ ਵਰ੍ਹੇ ਤੱਕ ਨਾਨਕਸ਼ਾਹੀ ਕੈਲੰਡਰ ਲਾਗੂ ਰਿਹਾ ਪਰੰਤੂ ਹੁਣ ਨਵੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਵੇਂ ਪਿੱਛੋਂ ਫਰਮਾਨ ਆਇਆ
ਹੁਣ ਅੱਜ ਕੱਲ ਉੱਥੇ ਤਮੱਕੜਸ਼ਾਹੀ ਕੈਲੰਡਰ ਹੈ ਜਿਹੜਾ ਉਹ ਲਾਗੂ ਹੈ। ਇੱਕ ਜਥੇਦਾਰ ਅਵਤਾਰ ਸਿੰਘ ਉਹਨਾਂ ਨੇ ਸੁਨੇਹਾ ਕੱਲਿਆ ਸੀ 2009 ਦੇ ਕੈਲੰਡਰ ਦੇ ਸੰਬੰਧ ਵਿੱਚ, ਗੁਰੂ ਸਵਾਰੇ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਅਦੁੱਤੀ ਸ਼ਖਸੀਅਤ ਤੇ ਉਹਨਾਂ ਦੀ ਯਾਦ ਨੂੰ ਸਮਰਪਿਤ ਨਾਨਕ ਸ਼ਾਹੀ ਕੈਲੰਡਰ ਸੰਮਤ ਨਾਨਕ ਸ਼ਾਹੀ 541 ਜਾਰੀ ਕਰਦੇ ਆ। 25 ਸਾਲ ਪੁਰਾਣੀ ਕੌੜੀ ਯਾਦ ਮਨ ਨੂੰ ਵਿਚਲਿਤ ਕਰ ਜਾਂਦੀ ਹੈ। ਸਿੱਖ ਕੌਮ ਦਾ ਜਾਨੀ ਤੇ ਮਾਲੀ ਨੁਕਸਾਨ ਤਾਂ ਦੋਵਾਂ ਘੱਲੂ ਘਾਰਿਆਂ ਚ ਬਹੁਤ ਹੋਇਆ, ਪਰ 1984 ਦੇ ਵਿਚ ਜੂਨ ਤੇ ਨਵੰਬਰ ਮਹੀਨੇ ਚ ਵਾਪਰੀਆਂ ਘਟਨਾਵਾਂ ਨੂੰ ਚੇਤੇ ਕਰਦੇ ਆ ਮਨ ਖੂਨ ਦੇ ਹੰਝੂ ਰੋਂਦਾ ਹੈ। ਅੱਖਾਂ ਸਾਹਮਣੇ ਅੱਜ ਵੀ ਭਾਰਤੀ ਫੌਜ ਦੀਆਂ ਤੋਪਾਂ ਤੇ ਟੈਂਕ ਮੀਰੀ ਪੀਰੀ ਦੇ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬਰੂਦ ਉਗਰਦੇ ਤੇ ਦੁਨੀਆਂ ਭਰ ਨੂੰ ਸ਼ਾਂਤੀ, ਸਿਮਰਨ, ਸੇਵਾ ਭਰਾਤਰੀ ਤੇ ਮਾਨਵੀ ਬਰਾਬਰੀ ਦਾ ਸੰਦੇਸ਼ ਦੇ ਰਿਹਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਅੰਨੇਵਾਹ ਗੋਲੀਆਂ ਨਾਲ ਵਿੰਨਿਆ ਜਾਣਾ ਦਿਖਾਈ ਦਿੰਦਾ। ਜੂਨ ਮਹੀਨੇ ਦੀ ਅੱਤ ਦੀ ਗਰਮੀ ਚ ਭੁੱਖੇ ਪਿਆਸੇ ਨਿਹੱਥੇ ਨੌਜਵਾਨ, ਬਜ਼ੁਰਗ, ਔਰਤਾਂ ਤੇ ਬੱਚੇ ਭਾਰਤੀ ਫੌਜ ਦੀ ਬੁਰਛਾਗਰਦੀ ਦਾ ਸ਼ਿਕਾਰ ਹੁੰਦੇ ਨਜ਼ਰ ਆਉਂਦੇ ਨੇ। ਇਸੇ ਸਾਲ ਨਵੰਬਰ ਮਹੀਨੇ ਚ ਹਿੰਦੁਸਤਾਨ ਦੇ ਵੱਡੇ ਵੱਡੇ ਸ਼ਹਿਰਾਂ ਚ ਸੜਕਾਂ ਤੇ ਘਰਾਂ, ਬੱਸਾਂ ਤੇ ਗੱਡੀਆਂ ਦੇ ਅੰਦਰ ਸਿੱਖਾਂ ਦੇ ਨਸਲਕੁਸ਼ੀ ਦੇ ਮਨਸੂਬੇ ਤਹਿਤ ਉਨ੍ਹਾਂ ਦਾ ਕਤਲੇਆਮ ਕਰਨ ਦਾ ਦ੍ਰਿਸ਼ ਮਨ ਨੂੰ ਅਜਿਹੀ ਪੀੜਾ ਦੇ ਜਾਂਦਾ ਹੈ ਜੋ ਲਾ ਇਲਾਜ ਹੈ। ਗਲਾਂ ਚ ਟਾਇਰ ਪਾ ਕੇ ਜਿਉਂਦੇ ਸਾੜੇ ਜਾ ਰਹੇ ਸਿੱਖਾਂ ਦੇ ਇਹ ਫਿਕਰੇ ਕਿ ਦੇਖੋ ਕੈਸੇ ਡਾਂਸ ਕਰਤਾ ਹੈ, ਔਰ ਦੇਸ਼ ਦੇ ਸਭ ਤੋਂ ਜ਼ਿੰਮੇਵਾਰ ਵਿਅਕਤੀ ਦੇ ਇਹ ਬੋਲ ਕਿ ਜਬ ਬੜਾ ਦਰਖਤ ਗਿਰਤਾ ਹੈ ਤੋ ਧਰਤੀ ਹਿਲਤੀ ਹੈ, ਮੇਰੀ ਆਤਮਾ ਨੂੰ ਹਿਲਾ ਕੇ ਰੱਖ ਦਿੰਦੇ ਨੇ। ਜਿਹੜੀ ਸਰਕਾਰ 25 ਸਾਲ ਪਹਿਲਾਂ ਚੋਰੀ ਕੀਤਾ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਨਾਯਾਬ ਖਜ਼ਾਨਾ ਵਾਪਸ ਕਰਨ ਤੋਂ ਕਤਰਾ ਰਹੀ ਹੈ, ਉਸ ਤੋਂ ਇਨਸਾਫ਼ ਦੀ ਕੀ ਆਸ? ਸਤਿਗੁਰੂ ਅੱਗੇ ਜੋਦਰੀ ਹੈ ਕਿ ਉਹ ਆਪਣੇ ਸੇਵਕਾਂ ਦੀ ਵਾਰਸ ਬਣਨ, ਮਾਰਗ ਦਰਸ਼ਨ ਕਰਨ, ਤਾਂ ਜੋ ਸਿੱਖ ਕੌਮ ਇਹ ਦਰਸਾ ਸਕੇ ਕਿ ਮਨੂ ਆ ਸਾਡੀ ਦਾਤਰੀ, ਅਸੀਂ ਮਨੂ ਦੇ ਸੋਏ, ਜਿਉਂ ਜਿਉਂ ਮਨੂ ਵੱਢਦਾ ਅਸੀਂ ਦੂਣ ਸਵਾਏ ਹੋਏ, ਸਰਬੱਤ ਦਾ ਭਲਾ, ਗੁਰੂ ਪੰਥ ਦਾ ਦਾਸ। ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਕਮੇਟੀ ਸ੍ਰੀ ਅੰਮ੍ਰਿਤਸਰ, ਇਹ ਸੰਦੇਸ਼ ਉਹਨਾਂ ਨੇ ਜਾਰੀ ਕੀਤਾ ਸੀ, ਪਰ ਸੰਦੇਸ਼ ਤੇ ਆਪ ਕਿੰਨੇ ਚੱਲੇ ਨੇ ਇਹਦਾ ਅੰਦਾਜ਼ਾ ਤੁਸੀਂ ਆਪ ਲਾ ਸਕਦੇ ਹੋ। ਸਰਦਾਰ ਸਰਬਜੀਤ ਸਿੰਘ ਜੀ, ਪ੍ਰੋਗਰਾਮ ਦਿਲਾਂ ਦੀ ਸਾਂਝ ਰੇਡੀਓ ਸ਼ੇਰੇ ਪੰਜਾਬ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਨਾਨਕ ਸ਼ਾਹੀ ਕੈਲੰਡਰ ਦੇ ਉੱਤੇ ਜਿੱਥੇ ਸਰਦਾਰ ਪਾਲ ਸਿੰਘ ਪੁਰੇਵਾਲ ਉਹਨਾਂ ਨੇ ਬਹੁਤ ਖੋਜ ਕੀਤੀ ਹੈ ਤੇ ਸਾਨੂੰ ਮਾਣ ਹੈ ਕਿ ਉਸ ਤੋਂ ਬਾਅਦ ਤੁਸੀਂ ਬੜਾ ਵਧੀਆ ਉਪਰਾਲਾ ਕਰ ਰਹੇ ਉਹਨਾਂ ਦੇ ਨਕਸ਼ੇ ਕਦਮਾਂ ਦੇ ਉੱਤੇ ਚੱਲਦੇ ਹੋਏ, ਨਾਨਕ ਸ਼ਾਹੀ ਕੈਲੰਡਰ 2003 ਤੇ 2010 ਦੇ ਵਿੱਚ ਤੁਹਾਨੂੰ ਕੀ ਅੰਤਰ ਜਾਪਿਆ ਜੀ? ਕਿਉਂ 2010 ਵਾਲੇ ਕੈਲੰਡਰ ਨੂੰ ਜਿਹੜਾ ਬਾਅਦ ਦੇ ਵਿੱਚ ਜਿਹਨੂੰ ਸੋਧਾਂ ਦੇ ਨਾਮ ਦੇ ਉੱਤੇ ਲਾਗੂ ਕੀਤਾ ਗਿਆ, ਕੌਮ ਨੂੰ ਥੋਪਿਆ ਗਿਆ, ਕੀ ਕਾਰਨ ਹੈ ਕਿ ਉਹਨੂੰ ਵਿਦੇਸ਼ਾਂ ਚ ਬੈਠੀਆਂ ਸਿੱਖ ਸੰਗਤਾਂ ਨਕਾਰ ਰਹੀਆਂ ਨੇ ਤੇ ਪੰਜਾਬ ਦੇ ਵਿੱਚ ਬਠਿੰਡਾ ਜ਼ਿਲ੍ਹੇ ਚ ਲਾਗੂ ਹੋ ਚੁੱਕਾ ਹੈ ਜੀ? ਭਾਈ ਕੁਲਦੀਪ ਸਿੰਘ ਜੀ, ਤੁਹਾਡੇ ਸਮੂਹ ਸਰੋਤਿਆਂ ਨੂੰ, ਦੁਨੀਆਂ ਭਰ ਵਿੱਚ ਵਸ ਰਹੇ ਜਿਹੜੇ ਪ੍ਰੋਗਰਾਮ ਸੁਣ ਰਹੇ ਆ ਉਹਨਾਂ ਨੂੰ, ਉਹਨਾਂ ਦੀ ਜਾਣਕਾਰੀ ਦੇ ਲਈ ਬਹੁਤ ਕੁਝ ਤੁਸੀਂ ਦੱਸ ਦਿੱਤਾ ਔਰ ਵਿਦਵਾਨਾਂ ਦੇ ਰਾਹੀਂ ਦੱਸ ਦਿੱਤਾ, ਭਾਈ ਅਵਤਾਰ ਸਿੰਘ ਹੁਣਾਂ ਦਾ ਸੰਦੇਸ਼, ਤੇ ਮੇਰੇ ਖਿਆਲ ਚ ਜਿੰਨੀ ਜਾਣਕਾਰੀ ਟੈਕਨੀਕਲ ਸਰਦਾਰ ਪਾਲ ਸਿੰਘ ਪੁਰੇਵਾਲ ਹੁਣਾਂ ਨੂੰ ਸੀਗੀ ਇਹਦੇ ਬਾਰੇ ਜਾਂ ਉਸ ਕਮੇਟੀ ਨੂੰ ਸੀ, ਉਸ ਤੋਂ ਕਿਤੇ ਵੱਧ ਜਾਣਕਾਰੀ ਜਿਹੜੀ ਸੀਗੀ ਉਹ ਭਾਈ ਪ੍ਰਿਥੀਪਾਲ ਸਿੰਘ ਸੰਧੂ ਜਿਹੜੇ ਕਿ PA ਸੀਗੇ ਉਹਨਾਂ ਨੂੰ ਖਾਸ ਤੌਰ ਤੇ ਦੋਨਾਂ ਪਾਸਿਆਂ ਦੀ ਜਾਣਕਾਰੀ ਉਹਨਾਂ ਦੇ ਕੋਲ ਸੀਗੀ ਔਰ ਉਹ ਸਭ ਕੁਝ ਦੱਸ ਚੁੱਕੇ ਆ। ਹੁਣ ਜਿਹੜਾ ਸਵਾਲ ਤੁਹਾਡਾ ਹੈਗਾ ਆ ਵੀ ਦੋ ਕੈਲੰਡਰਾਂ ਦੇ ਵਿੱਚ ਫਰਕ ਕੀ ਹੈ, 2000 ਜਾਂ ਆਪਾਂ ਇਹ ਕਹਿ ਲਈਏ ਵੀ 2003 ਚ ਬਣਾਇਆ ਕਿਉਂ ਗਿਆ ਸੀ ਤੇ 2010 ਦੇ ਵਿੱਚ ਸੋਧਿਆ ਕਿਉਂ ਗਿਆ ਆ, ਇਹ ਜਿਹੜਾ ਹੈਗਾ ਆ ਗੱਲ ਅਸਲ ਦੇ ਵਿੱਚ ਕੁਦਰਤ ਦੇ ਕੁਝ ਨਿਯਮ ਬਣੇ ਹੋਏ ਨੇ, ਕੁਦਰਤ ਦੇ ਨਿਯਮਾਂ ਦੇ ਮੁਤਾਬਕ ਆ ਧਰਤੀ ਆਪਣੇ ਧੁਰੇ ਦੁਆਲੇ ਘੁੰਮਦੀ ਆ, ਧਰਤੀ ਸੂਰਜ ਦੁਆਲੇ ਘੁੰਮਦੀ ਆ ਔਰ ਜਿਹੜਾ ਚੰਦ ਹੈ ਉਹ ਧਰਤੀ ਦੇ ਦੁਆਲੇ ਘੁੰਮਦਾ ਹੈ। ਇਹਨਾਂ ਤਿੰਨਾਂ ਦਾ ਜਿਹੜਾ ਆਪਸੀ ਰਿਸ਼ਤਾ ਕੁਦਰਤ ਨੇ ਨਿਰਧਾਰਿਤ ਕੀਤਾ ਆ, ਇਹਨੂੰ ਸਮਝ ਕੇ ਵਿਦਵਾਨਾਂ ਨੇ ਕੈਲੰਡਰ ਬਣਾਏ ਆ ਔਰ ਜਿਉਂ ਜਿਉਂ ਜਾਣਕਾਰੀ ਚ ਵਾਧਾ ਹੁੰਦਾ ਗਿਆ ਉਹਦੇ ਵਿੱਚ ਸੋਧ ਹੁੰਦੀ ਗਈ ਆ। ਅਸੀਂ ਇਹ ਨਹੀਂ ਕਹਿ ਸਕਦੇ ਕਿ ਚੰਦ ਦਾ ਕੈਲੰਡਰ ਜਿਹੜਾ ਉਹ ਗਲਤ ਆ, ਪਰ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਅੱਜ ਤੋਂ 2000 ਸਾਲ ਪਹਿਲਾਂ ਉਹ ਕੈਲੰਡਰ ਬਣੇ ਸੀਗੇ, ਉਦੋਂ ਅੱਜ ਵਾਲੇ ਸਾਧਨ ਨਹੀਂ ਸੀਗੇ, ਉਹ ਅੱਜ ਵੀ ਚੱਲੀ ਜਾਂਦੇ ਆ, ਤਾਂ ਮਤਲਬ ਉਹਦੇ ਵਿੱਚ ਵੀ ਕੋਈ ਗੁਣ ਹੈਗੇ ਆ। ਪਰ ਹੁਣ ਜਦੋਂ ਸਾਡੇ ਕੋਲੇ ਅੱਜ ਨਵੀਂ ਟੈਕਨੋਲੋਜੀ ਆ ਗਈ ਆ, ਨਵੇਂ ਸਾਧਨ ਆ ਗਏ ਆ, ਤੇ ਕਿਉਂ ਨਾ ਇਹ ਕੁਦਰਤ ਦੇ ਨਿਯਮਾਂ ਨੂੰ ਸੌਖੇ ਤਰੀਕਿਆਂ ਦੇ ਨਾਲ ਸਮਝ ਕੇ ਅਪਣਾ ਲਿਆ ਜਾਵੇ, ਗੱਲ ਸਿਰਫ ਇੰਨੀ ਆ ਇਹਦੇ ਵਿੱਚ। ਔਰ 2003 ਦੇ ਵਿੱਚ ਜਿਹੜੀ ਮੇਨ ਰੀਜਨ ਸੀਗਾ ਕੈਲੰਡਰ ਬਣਾਉਣ ਦਾ ਉਹ ਜਿਹੜਾ ਚੰਦ ਦਾ ਸਾਲ ਆ ਉਹਦੇ 354 ਦਿਨ ਆਪਾਂ ਗਿਣਨੇ ਆ ਮੋਟੇ ਤੌਰ ਤੇ, ਸੂਰਜੀ ਸਾਲ ਦੇ ਹੈਗੇ ਆ 365 ਦਿਨ।
ਉਹ ਜਿਹੜੇ 365 ਦਿਨਾਂ ਦੇ ਵਿੱਚ 353 ਦਿਨਾਂ ਨੂੰ ਫਿੱਟ ਕਰਨਾ ਆ ਉਹ ਆਮ ਬੰਦੇ ਦੇ ਬੱਸ ਦਾ ਆਮ ਬੰਦੇ ਦੇ ਬੱਸ ਦਾ ਕੀ ਮੈਂ ਕਹਿੰਦਾ ਉਹ ਵੱਡੇ ਵੱਡੇ ਵਿਦਵਾਨਾਂ ਦੇ ਬੱਸ ਦਾ ਨਹੀਂ ਉਹ ਬਹੁਤ ਖਾਸ ਵਿਦਵਾਨ ਨੇ ਜਿਹੜੇ ਇਹ ਕੰਮ ਕਰਦੇ ਆ ਔਰ ਉਹ ਪੀੜੀ ਦਰ ਪੀੜੀ ਉਹਨਾਂ ਦਾ ਚੱਲ ਰਿਹਾ ਕੰਮ ਇਹ ਉਸ ਚੀਜ਼ ਤੋਂ ਅਸੀਂ ਥੋੜਾ ਜਿਹਾ ਬਾਹਰ ਨਿਕਲੇ ਆ ਔਰ ਜਿਹੜਾ ਸੂਰਜੀ ਕੈਲੰਡਰ ਹੈ ਜਿਹਨੂੰ ਆਪਾਂ ਸੰਗਰਾਂਦ ਦੇ ਤੌਰ ਤੇ ਮਨਾਉਂਦੇ ਹਾਂ ਚੇਤ ਵਿਸਾਖ ਵਾਲਾ ਇਹਦੇ ਜਿਹੜਾ ਸਾਲ ਦੀ ਲੰਬਾਈ ਆ ਉਹ ਇੱਕ ਹੋਰ ਲੰਬਾਈ ਆ ਉਦੋਂ ਜਿਹੜਾ ਗੁਰੂ ਕਾਲ ਵੇਲੇ ਚੱਲਦਾ ਸੀਗਾ ਉਹਦੀ ਲੰਬਾਈ ਕੁਝ ਹੋਰ ਸੀ ਫਿਰ ਹਿੰਦੂ ਵਿਦਵਾਨਾਂ ਨੇ 1964 ਵਿੱਚ ਇਹਦੇ ਵਿੱਚ ਸੋਧ ਕੀਤੀ ਆ ਉਹਦੀ ਲੰਬਾਈ ਹੋਰ ਹੈ ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਸੀ ਕਿ ਧਰਤੀ ਸੂਰਜ ਦੇ ਦੁਆਲੇ ਚੱਕਰ ਲਾਉਂਦੀ ਆ ਇਹ ਜਿਹੜਾ ਕੁਦਰਤ ਦਾ ਨਿਰਧਾਰਿਤ ਕੀਤਾ ਆ ਸਾਲ ਇਹਦੀ ਲੰਬਾਈ ਹੋਰ ਆ ਹੁਣ ਜੇ ਤੁਹਾਡੀ ਦੋ ਤਿੰਨਾਂ ਸਾਲਾਂ ਦੇ ਵੱਖਰੇ ਵੱਖਰੇ ਸਿਸਟਮਾਂ ਦੇ ਵਿੱਚ ਲੰਬਾਈ ਦਾ ਅੰਤਰ ਆਊਗਾ ਤੇ ਤੁਹਾਡੇ ਜਿਹੜੇ ਕੈਲੰਡਰ ਦੇ ਸਾਲ ਹੈਗੇ ਆ ਉਹ ਦਿਨ ਹੈਗੇ ਆ ਉਹ ਮੌਸਮੀ ਸਾਲ ਜਾਂ ਕੁਦਰਤੀ ਸਾਲ ਦੇ ਨਾਲੋਂ ਸਾਲ ਦੀ ਲੰਬਾਈ ਵੱਧ ਹੋਣ ਕਰਕੇ ਕੋਈ 60 ਸਾਲੀ ਇੱਕ ਦਿਨ ਅੱਗੇ ਹੋ ਜਾਂਦਾ ਕੋਈ 72 ਸਾਲੀ ਇੱਕ ਦਿਨ ਅੱਗੇ ਹੋ ਜਾਂਦਾ ਆ ਜੂਲੀਅਨ ਜਿਹੜਾ ਸੀਗਾ ਇਹ 128 ਸਾਲੀ ਅੱਗੇ ਹੋ ਜਾਂਦਾ ਸੀ ਜਿਨ੍ਹਾਂ ਦਾ ਕੈਲੰਡਰ 128 ਸਾਲੀ ਅੱਗੇ ਹੁੰਦਾ ਸੀ ਉਹਨੇ 1582 ਦੇ ਵਿੱਚ ਆਪਣਾ ਕੈਲੰਡਰ ਸੋਧ ਕੇ ਗ੍ਰੈਗੋਰੀਅਨ ਬਣਾ ਲਿਆ ਅੱਜ ਗ੍ਰੈਗੋਰੀਅਨ ਦੀ ਲੰਬਾਈ ਕੁਦਰਤੀ ਸਾਲ ਦੀ ਲੰਬਾਈ ਦੇ ਕਾਫੀ ਨੇੜੇ ਹੋਣ ਕਰਕੇ ਇਹ ਲਗਭਗ 3300 ਸਾਲ ਬਾਅਦ ਇੱਕ ਦਿਨ ਦਾ ਫਰਕ ਪਾਊਗਾ ਦੂਜੇ ਪਾਸੇ ਜਿਹੜੇ ਅਸੀਂ ਇਹ ਟਾਰਾ ਮਾਰਦੇ ਨਹੀਂ ਥੱਕਦੇ ਕਿ ਸਾਡਾ ਧਰਮ ਵਿਗਿਆਨਕ ਆ ਸਾਡਾ ਜਿਹੜਾ ਹੈਗਾ 21ਵੀਂ ਸਦੀ ਦਾ ਸਾਰੀ ਦੁਨੀਆਂ ਦਾ ਇਹ ਧਰਮ ਹੋਊਗਾ ਇਹ ਜਿਹੜੇ ਕੈਲੰਡਰ ਅਸੀਂ ਵਰਤੀ ਜਾਂਦੇ ਹਾਂ ਇਹ 60 ਸਾਲੀ 1964 ਤੋਂ ਪਹਿਲਾਂ ਇੱਕ ਦਿਨ ਅੱਗੇ ਹੋਈ ਜਾਂਦਾ ਸੀ ਤੇ ਅੱਜ ਇਹ 72 ਸਾਲੀ ਇੱਕ ਦਿਨ ਅੱਗੇ ਹੋਈ ਜਾਂਦਾ ਸਾਨੂੰ 21ਵੀਂ ਸਦੀ ਚ ਉਹ ਗੱਲ ਸਮਝ ਨਹੀਂ ਆ ਰਹੀ ਜਿਹੜੀਆਂ ਦੂਜੀਆਂ ਕੌਮਾਂ ਨੇ 1582 ਵਿੱਚ ਸਮਝ ਲਈ ਸੀ ਇਹ ਹੈ ਸਾਡਾ ਦੁਖਾਂਤ ਜੀ ਹੁਣ ਮੈਂ ਥੋੜੀ ਜਿਹੀ ਬੇਨਤੀ ਇਹ ਕਰਦੇ ਹਾਂ ਵੀ ਜਿਹੜਾ ਚੰਦ ਦਾ ਕੈਲੰਡਰ ਆ ਇੱਕ ਜੰਤਰੀ ਅੱਜ ਅਸੀਂ ਗੁਰਦੁਆਰੇ ਸਾਰਿਆਂ ਨਹੀਂ ਜਾਣਾ ਜੀ ਔਰ ਉੱਥੇ ਗ੍ਰੰਥੀਆਂ ਦੇ ਕੋਲ ਇੱਕ ਜੰਤਰੀ ਹੁੰਦੀ ਆ ਜੀ ਖਾਲਸਾ ਹੀਰਾ ਜੰਤਰੀ ਉਹਦੇ ਮੁਤਾਬਕ ਹੀ ਉਹਨੂੰ ਉਹ ਬੋਰਡ ਦੇ ਉੱਤੇ ਅੱਜ ਪੁੰਨਿਆ ਹੈ ਅੱਜ ਮੱਸਿਆ ਦਾ ਸ਼ੁਭ ਦਿਹਾੜਾ ਹੈ ਤੇ ਅੱਜ ਸੰਗਰਾਂਦ ਦਾ ਹੈ ਉਹਨੂੰ ਪੜ੍ਹ ਕੇ ਉਹ ਉੱਥੇ ਲਿਖਦੇ ਆ ਅਕਤੂਬਰ ਮਹੀਨੇ ਦੇ ਵਿੱਚ ਮੈਂ ਉਸ ਕੈਲੰਡਰ ਦਾ ਇੱਕ ਤੁਹਾਨੂੰ ਥੋੜਾ ਜਿਹਾ ਨਮੂਨਾ ਦਿਖਾਲਣ ਲੱਗਾ ਜੀ ਅਕਤੂਬਰ ਜਿਹੜਾ ਹੈਗਾ ਆ ਉਹ ਪਹਿਲੀ ਤਰੀਕ ਮੰਗਲਵਾਰ ਨੂੰ ਸੀਗੀ ਉਦਣ ਅੱਸੂਬਦੀ 12 ਸੀਗੀ ਜਿਹੜੀ ਚੰਦ ਦੀ ਤਰੀਕ ਆ ਜੀ ਤੇ ਹੁਣ ਸਾਡੇ ਹਿਸਾਬ ਦੇ ਨਾਲ ਜੇ 1 ਤਰੀਕ ਨੂੰ ਚੰਦ ਦੀ 12 ਤਰੀਕ ਆ ਤੇ 2 ਨੂੰ 13 ਹੋ ਗਈ 3 ਨੂੰ 14 ਹੋ ਗਈ ਤੇ 4 ਨੂੰ 15 ਹੋ ਗਈ ਇੱਦਾਂ ਹੀ ਗਿਣਾਂਗੇ ਨਾ ਆਪਾਂ ਤਾਂ ਜੀ ਜੀ ਪਰ ਉੱਥੇ ਤੁਸੀਂ ਹੁਣ ਗੁਰਦੁਆਰੇ ਜਾ ਕੇ ਗ੍ਰੰਥੀਆਂ ਦੇ ਕੋਲੋਂ ਜੰਤਰੀ ਲੈ ਕੇ ਦੇਖ ਲਿਓ ਅੱਜ ਅੱਸੂ ਦੀ ਮੰਗਲਵਾਰ ਨੂੰ ਹੈਗੀ ਆ ਚੰਦ ਦੀ 12 ਬੁੱਧਵਾਰ ਨੂੰ 13 ਵੀਰਵਾਰ ਨੂੰ ਫਿਰ 13 ਔਰ ਸ਼ੁੱਕਰਵਾਰ ਨੂੰ 14 ਤੇ 15 ਦੋ ਇਕੱਠੀਆਂ ਇੱਕ ਦਿਨ ਦੇ ਵਿੱਚ ਇਹ 3 ਵਾਰੀ ਇਹ ਇਸੇ ਮਹੀਨੇ ਦੇ ਵਿੱਚ ਘਟਨਾ ਵਾਪਰਦੀ ਆ ਇੱਕ ਦਿਨ ਦੇ ਵਿੱਚ 2 ਤਰੀਕਾਂ ਜਾਂ 2 ਦਿਨਾਂ ਦੇ ਵਿੱਚ 1 ਤਰੀਕ ਹੁਣ ਜਿਹੜੇ ਕੈਲੰਡਰ ਦੀ ਅਸੀਂ ਘਰ ਬੈਠ ਕੇ ਜੰਤਰੀ ਤੋਂ ਬਿਨਾਂ ਤਰੀਕ ਨਹੀਂ ਦੇਖ ਸਕਦੇ ਆਇਆ ਅੱਜ 21ਵੀਂ ਸਦੀ ਸਾਨੂੰ ਉਸ ਕੈਲੰਡਰ ਦੀ ਲੋੜ ਹੈ ਇਸ ਦੇ ਵਿੱਚ ਮਹੀਨੇ 12 ਆਉਣੇ ਆ ਕਿ 13 ਆਉਣੇ ਆ ਇਹ ਅਸੀਂ ਘਰ ਬੈਠ ਕੇ ਨਹੀਂ ਦੇਖ ਸਕਦੇ ਕਿ ਸਾਨੂੰ ਉਸ ਕੈਲੰਡਰ ਦੀ ਅੱਜ ਲੋੜ ਹੈ ਦੁਨੀਆ ਸਾਰੀ ਦੇ ਵਿੱਚ ਆ ਕੈਲੰਡਰ ਲਾਗੂ ਹੈ ਸੂਰਜ ਦਾ ਸਾਲ ਜਿਹੜਾ 365 ਦਿਨਾਂ ਦਾ ਹੈ ਕਿ ਅੱਜ ਸਾਨੂੰ 353 ਦਿਨਾਂ ਵਾਲੇ ਕੈਲੰਡਰ ਦੀ ਲੋੜ ਹੈ ਇਹ ਕੁਝ ਸਵਾਲ ਨੇ ਜਿਹੜੇ ਸਾਡੇ ਸਾਹਮਣੇ ਆਏ ਨੇ ਔਰ ਇਹਨਾਂ ਨੂੰ ਮੁੱਖ ਰੱਖ ਕੇ ਵਿਦਵਾਨਾਂ ਨੇ ਕੈਲੰਡਰ ਬਣਾਏ ਨੇ ਔਰ ਪੰਥ ਨੇ ਪ੍ਰਵਾਨ ਕੀਤਾ ਔਰ ਜਿਨ੍ਹਾਂ ਨੇ ਸੋਧਿਆ ਹੈ ਉਹਨਾਂ ਦਾ ਹੁਣ ਆਹ ਜਿਹੜੀਆਂ ਗੱਲਾਂ ਬਾਤਾਂ ਹੈਗੀਆਂ ਇਹ ਚੰਗੇ ਭਲਿਆਂ ਨੂੰ ਤਾਂ ਮੀਟਰ ਦਿੰਦੀਆਂ ਘੁਮਾ ਇਹ ਜਿਹੜੇ ਬਹੁਤ ਵਿਦਵਾਨ ਹੈਗੇ ਆ ਉਹੀ ਸਮਝ ਸਕਦੇ ਆ ਮੈਂ ਯਤਨ ਕਰ ਰਿਹਾ ਵਿਦਵਾਨਾਂ ਦੇ ਲੇਖ ਪੜ੍ਹ ਪੜ੍ਹ ਕੇ ਕੁਝ ਸਿੱਖਣ ਦਾ ਇਹਦੇ ਬਾਰੇ ਕਿਉਂਕਿ ਆਹ ਹੀ ਸਵਾਲ ਜਿਹੜਾ ਹੁਣ ਤੁਸੀਂ ਕੀਤਾ ਮੇਰੇ ਦਿਮਾਗ 'ਚ 2 ਸਾਲ ਪਹਿਲਾਂ ਆ ਗਿਆ ਸੀ ਇੰਨੇ ਕੀ ਫਰਕ ਆ ਮੇਰਾ ਵੀ ਅੱਜ ਬਹੁਤ ਸੱਜਣਾਂ ਦੇ ਦਿਮਾਗ ਵਿੱਚ ਇਹ ਸਵਾਲ ਆ ਰਿਹਾ ਤੇ ਇਹ ਖਾਸ ਇੱਕ ਵਿਦਿਆ ਹੈਗੀ ਆ ਤੇ ਖਾਸ ਵਿਦਵਾਨਾਂ ਦਾ ਹੀ ਇਹਨੂੰ ਬਣਾਉਣਾ ਕੰਮ ਹੈਗਾ ਆ ਤੇ ਇਹਦਾ ਧਰਮ ਦੇ ਨਾਲ ਕੋਈ ਸੰਬੰਧ ਨਹੀਂ ਹੈਗਾ ਪਰ ਇਹ ਜਿਹਦੀ ਗਣਿਤ ਵਿਦਿਆ ਹੈ ਜਿਹੜੀ ਤੁਸੀਂ ਆਪ ਸਟੱਡੀ ਕੀਤੀ ਹੈ ਸਰਦਾਰਪਾਲ ਸਿੰਘ ਪੁਰੇਵਾਲ ਕਿਰਪਾਲ ਸਿੰਘ ਹਿਸਟੋਰੀਅਨ ਵਗੈਰਾ ਜਿਹੜੇ ਕਮਿਊਨਿਟੀ ਦੇ ਚੰਗੇ ਵਿਦਵਾਨ ਨੇ ਸਰ ਪੰਥਪ੍ਰੀਤ ਸਿੰਘ ਖਾਲਸਾ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਕਿਤਾਬਚਾ ਕੱਢਿਆ ਸੀ ਨਾਨਕਸ਼ਾਹੀ ਕੈਲੰਡਰ ਕਿਉਂ ਤੇ ਕਿਵੇਂ ਬੜੀ ਮਿਹਨਤ ਕਰਨੀ ਪੈਂਦੀ ਹੈ
सारा कुछ पढ़े लिखे व्यक्ति कुछ अनपढ़ व्यक्ति क्यों नकार रहे ने, कारण की है सरजीत सिंह जी? एदा कारण हुण जिहड़ा हैगा जी उह अपने भाई प्रिथीपाल सिंह संधू हुणी काफी विस्तार नाल ही दस गए, सारे आपां समझदे हैगे आ जिहड़ी साडी सियासत हैगी आ और ਉਹ ਧਰਮ ਦੇ ਉੱਤੇ ਹਾਵੀ ਹੋ ਗਈ ਆ ਔਰ ਸਾਡੀ ਸਿਆਸਤ ਨੂੰ ਕੌਣ ਕੰਟਰੋਲ ਕਰ ਰਿਹਾ ਇਹ ਵੀ ਅੱਜ ਕੋਈ ਗੁੱਝੀ ਗੱਲ ਨਹੀਂ ਹੈਗੀ। ਜੇ ਤੁਹਾਡਾ ਕੈਲੰਡਰ ਵੱਖਰਾ ਹੋ ਜਾਊਗਾ ਤੇ ਤੁਹਾਨੂੰ ਕਿਸੇ ਨੂੰ ਪੁੱਛਣਾ ਨਹੀਂ ਪਊਗਾ, ਸਾਡੇ ਬੱਚਿਆਂ ਨੂੰ ਦੁਨੀਆਂ ਭਰ ਦੇ ਵਿੱਚ ਬੈਠਿਆਂ ਨੂੰ, ਔਰ 24 ਘੰਟਿਆਂ ਦਾ ਫਰਕ ਹੈਗਾ ਆ ਦੁਨੀਆਂ ਦੇ ਵਿੱਚ, ਸੂਰਜ ਚੜ੍ਹਨ ਤੋਂ ਦੂਜੇ ਦਿਨ ਤੱਕ ਹਰ ਥਾਂ ਦੁਨੀਆਂ ਦੇ ਵਿੱਚ ਤਰੀਕ ਵੱਖਰੀ ਵੱਖਰੀ ਆ। ਹੁਣ ਆਪਣਾ ਜੇ ਪੰਜਾਬ ਦੇ ਨਾਲ ਹੀ ਦੇਖੀਏ ਤੇ 12 ਘੰਟਿਆਂ ਦਾ ਫਰਕ ਹੈਗਾ ਆ, ਕਿਤੇ 15 ਘੰਟਿਆਂ ਦਾ ਫਰਕ ਆ, ਆਸਟ੍ਰੇਲੀਆ ਦੇ ਨਾਲ ਟੋਟਲੀ ਆਪਣਾ ਟਾਈਮ ਦਾ ਡਿਫਰੈਂਟ ਫਰਕ ਹੈਗਾ ਆ। ਆਹ ਜਿਹੜੇ ਕੈਲੰਡਰ ਹੈਗੇ ਆ ਇਹਨਾਂ ਦਾ ਇੱਕ ਸ਼ਹਿਰ ਦੇ ਵਿੱਚ ਬਣਿਆ ਹੋਇਆ ਕੈਲੰਡਰ ਦੂਜੇ ਸ਼ਹਿਰ ਵਿੱਚ ਜਾ ਕੇ ਗਲਤ ਹੋ ਜਾਂਦਾ, ਇਹ ਗੱਲ ਤੱਥਾਂ ਦੇ ਆਧਾਰ ਤੇ ਮੈਂ ਕਹਿ ਰਿਹਾ, ਕਿਉਂਕਿ ਇਹਦਾ ਜਿਹੜਾ ਦਿਨ ਦਾ ਆਰੰਭ ਹੈ ਉਹ ਸੂਰਜ ਦੇ ਚੜ੍ਹਨ ਦੇ ਨਾਲ ਹੁੰਦਾ ਔਰ ਤੁਸੀਂ ਨੌਰਥ ਸਾਊਥ ਨੂੰ ਵੀ ਫਰਕ ਪੈ ਜਾਂਦਾ ਆ, ਜੇ ਈਸਟ ਵੈਸਟ ਨੂੰ ਆਪਾਂ ਦੇਖ ਲਈਏ ਤਾਂ ਬਹੁਤ ਫਰਕ ਪੈ ਜਾਂਦਾ ਆ, ਭਾਵਾਂ ਸ਼ਹਿਰ ਤੁਹਾਡੇ ਗੁਆਂਢੀ ਹੋਵੇ ਸੂਰਜ ਚੜ੍ਹਨ ਦਾ ਫਰਕ ਪੈ ਜਾਂਦਾ 10-20-50 ਮੀਲ ਤੇ ਜਾ ਕੇ ਹਰ ਸ਼ਹਿਰ ਚ, ਔਰ ਦੋ ਸ਼ਹਿਰਾਂ ਦੇ ਵਿੱਚ ਬੈਠ ਕੇ ਪੰਜਾਬ ਦੇ ਵਿੱਚ ਦੋ ਥਾਂ ਤੇ ਬੈਠ ਕੇ ਕੈਲੰਡਰ ਬਣੇ ਹੋਏ ਆ, ਜਲੰਧਰ ਤੇ ਕੁਰਾਲੀ ਦੇ, ਉਹਨਾਂ ਦੇ ਵਿੱਚ ਦੋ ਤਰੀਕਾਂ ਦਾ ਫਰਕ ਮੈਂ ਲੱਭਿਆ ਹੈਗਾ ਆ ਦੋ ਜੰਤਰੀਆਂ ਵੱਖ ਵੱਖ ਜੰਤਰੀਆਂ ਦੇ ਵਿੱਚੋਂ। ਸੋ ਇਹ ਕੈਲੰਡਰ ਸਾਡੇ ਲਈ ਵਿਵਹਾਰਿਕ ਨਹੀਂ ਹੈ ਅੱਜ ਦੇ ਜ਼ਮਾਨੇ ਦੇ ਵਿੱਚ। ਜਿਹੜਾ ਸੀਈ ਕੈਲੰਡਰ ਹੈ ਜਾਂ ਨਾਨਕ ਸ਼ਾਹੀ ਕੈਲੰਡਰ ਹੈ ਇਹਦੇ ਦਿਨ ਦਾ ਆਰੰਭ ਰਾਤ ਨੂੰ 12 ਵਜੇ ਹੁੰਦਾ ਆ, ਔਰ ਉਹ ਦੁਨੀਆਂ 'ਚ ਤੁਸੀਂ ਕਿਸੇ ਹਿੱਸੇ ਦੇ ਵਿੱਚ ਰਹੋ ਕਿਸੇ ਉੱਥੇ ਤੁਹਾਡੀ ਘੜੀ ਦੇ ਮੁਤਾਬਕ ਦਿਨ ਦਾ ਜਿਹੜਾ ਹੈਗਾ ਆ ਨਵੇਂ ਦਾ ਆਰੰਭ ਹੋ ਜਾਣਾ। ਇਹ ਗੱਲਾਂ ਜਿਹੜੀਆਂ ਹੈਗੀਆਂ ਆ ਜੇ ਅਸੀਂ ਮੰਨ ਲਈਏ, ਇੱਥੇ ਮੈਨੂੰ ਘਰ ਬੈਠੇ ਨੂੰ ਪਤਾ ਹੋਊਗਾ, ਇੱਥੇ ਤੁਹਾਨੂੰ ਘਰ ਬੈਠੇ ਨੂੰ ਪਤਾ ਹੋਊਗਾ, ਫਿਰ ਅਸੀਂ ਮੂੰਹ ਚੱਕ ਕੇ ਦੇਖਾਂਗੇ ਨਹੀਂ। ਆ ਪਿਛਲੇ ਹਫ਼ਤੇ 7 ਤਰੀਕ ਨੂੰ ਮੈਂ ਜਾਣ ਕੇ ਮੈਂ ਫੋਨ ਕਰਦਾ ਰਹਿੰਦਾ ਉੱਧਰ ਵਿਦਵਾਨਾਂ ਨੂੰ, ਜਲੰਧਰ ਮੈਂ ਫੋਨ ਕੀਤਾ, ਤੁਹਾਡੀ ਜੰਤਰੀ ਬਣ ਗਈ ਜੀ? ਨਹੀਂ, ਹਾਲੇ ਨਹੀਂ ਬਣੀ ਜੀ। ਹੁਸ਼ਿਆਰਪੁਰ ਫੋਨ ਕੀਤਾ, ਜੰਤਰੀ ਛਪ ਗਈ ਜੀ? ਹਾਲੇ ਨਹੀਂ ਬਣੀ ਜੀ। ਕੁਰਾਲੀ ਫੋਨ ਕੀਤਾ, ਜੰਤਰੀ ਛਪ ਗਈ ਜੀ? ਹਾਲੇ ਨਹੀਂ ਬਣੀ ਜੀ। ਹਾਲੇ ਉਹਨੀਂ ਜੰਤਰੀਆਂ ਨਹੀਂ ਬਣਾਈਆਂ, ਹੁਣ ਉਹ ਦੁਸਹਿਰੇ ਤੋਂ ਦੀਵਾਲੀ ਦੇ ਦਰਮਿਆਨ ਦੇ ਵਿੱਚ ਜੰਤਰੀਆਂ ਆਉਂਦੀਆਂ ਆ, ਹੁਣ ਉਹ ਜੰਤਰੀਆਂ ਆਉਣੀਆਂ ਆ, ਕਿਤਾਬਾਂ ਵਾਲਿਆਂ ਨੇ ਛਾਪਣੀਆਂ, ਫਿਰ ਸਾਨੂੰ ਪਤਾ ਲੱਗੂਗਾ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਅਗਲੇ ਸਾਲ 7 ਜਨਵਰੀ ਨੂੰ ਮਨਾਉਣਾ ਆ, ਜਿਹੜਾ ਇਸ ਸਾਲ ਅਸੀਂ 18 ਨੂੰ ਮਨਾਇਆ ਸੀ। ਜੇ ਮੰਨ ਲਈਏ ਨਾਨਕ ਸ਼ਾਹੀ ਕੈਲੰਡਰ, ਅੱਜ ਤੋਂ 50 ਸਾਲ ਵੀ 5 ਜਨਵਰੀ ਰਹੂਗੀ, ਅੱਜ ਤੋਂ 100 ਸਾਲ ਵੀ 5 ਜਨਵਰੀ ਰਹੂਗੀ, ਇਹ ਚੀਜ਼ਾਂ ਸਾਨੂੰ ਪਤਾ ਲੱਗ ਜਾਣ। ਇਹ ਬਹੁਤੇ ਲੋਕਾਂ ਨੂੰ ਮਾਫਕ ਨਹੀਂ ਹੈਗੀਆਂ, ਉਹ ਵੀ ਸਾਡੇ ਭਾਈ ਭਰਾ ਹੀ ਆ, ਇਹ ਹੁਣ ਪਛਾਣ ਅਸੀਂ ਕਰਨੀ ਹੈ। ਸਰਬਜੀਤ ਸਿੰਘ ਜੀ ਸੈਕਰਾਮੈਂਟੋ, ਬਹੁਤ ਬਹੁਤ ਧੰਨਵਾਦ। ਤੇ ਮੇਰੇ ਨਾਲ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਸ਼ਾਮ ਸਿੰਘ ਇਸ ਵੇਲੇ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸ਼ਾਮਲ ਹੋ ਰਹੇ ਨੇ, ਆਓ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਦਾ ਸਵਾਗਤ ਕਰੀਏ। ਸਰਦਾਰ ਸ਼ਾਮ ਸਿੰਘ ਜੀ, ਪ੍ਰੋਗਰਾਮ ਦਿਲਾਂ ਦੀ ਸਾਂਝ ਰੇਡੀਓ ਸ਼ੇਰੇ ਪੰਜਾਬ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸਮਾਂ ਕੱਢਿਆ ਜੀ, ਤੁਹਾਡਾ ਬਹੁਤ ਧੰਨਵਾਦ। ਥੋੜਾ ਜਿਹਾ ਪੂਰੇ ਨੌਰਥ ਅਮਰੀਕਾ ਤੇ ਦੁਨੀਆਂ ਦੇ ਕੋਨੇ ਕੋਨੇ ਚ ਪ੍ਰੋਗਰਾਮ ਸੁਣਿਆ ਜਾ ਰਿਹਾ ਹੈ, ਮੈਂ ਚਾਹਾਂਗਾ ਕਿ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਕਿੰਨੇ ਕੁ ਗੁਰਦੁਆਰੇ ਨੇ ਜਿਹੜੇ ਉਸ ਪ੍ਰਬੰਧ ਦੇ ਵਿੱਚ ਤੁਸੀਂ ਉੱਥੇ ਚਲਾ ਰਹੇ ਹੋ ਜੀ? ਮੈਂ ਜੀ ਪਹਿਲੇ ਤੇ ਆਪ ਜੀ ਨੂੰ ਦੱਸਾਂ, ਆਪ ਜੀ ਨੇ ਫਰਮਾਇਆ ਹੈ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ, ਸਾਡੀ ਕਮੇਟੀ ਦਾ ਨਾਮ ਹੈ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ। ਮਾਫੀ ਚਾਹੁੰਦਾ ਜੀ, ਬਹੁਤ ਧੰਨਵਾਦ ਜੀ। ਜੀ ਜੀ ਜੀ, ਨਹੀਂ ਇਹ ਹੋ ਜਾਂਦੀ ਹੈ ਭੁੱਲ ਚੁੱਕ, ਕੋਈ ਗੱਲ ਨਹੀਂ। ਯਾਨੀ ਸਿੱਖ ਦਾ ਵੀ ਵਿੱਚ ਨਾਂ ਹੈ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਇਹ ਅਸਲ ਸਾਡੀ ਕਮੇਟੀ ਦਾ ਨਾਂ ਹੈ। ਔਰ ਨਾਨਕ ਸ਼ਾਹੀ ਕੈਲੰਡਰ ਪੁਰੇਵਾਲ ਜੀ ਤੇ ਹੋਰ ਗੁਰਸਿੱਖਾਂ ਨੇ ਰਲ ਮਿਲ ਕੇ ਅਕਾਲ ਤਖ਼ਤ ਦੇ ਹੁਕਮਨਾਮੇ ਦੇ ਤਹਿਤ ਜਿਹੜਾ ਨਿਯੁਕਤ ਕੀਤਾ ਸੀ, ਪੂਰਾ ਸਾਨੂੰ ਹੁਕਮ ਮਿਲਿਆ ਤੇ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਦੇ ਹੁਕਮਨਾਮੇ ਦੇ ਨਾਲ ਅਸੀਂ ਸਿਰ ਅੱਖਾਂ ਤੇ ਉਸ ਨੂੰ ਮੰਨਿਆ ਤੇ ਅੱਜ ਵੀ ਉਹਨੂੰ ਮੰਨ ਰਹੇ ਹਾਂ। ਪਾਕਿਸਤਾਨ ਦੇ ਵਿੱਚ ਜਿੰਨੇ ਵੀ ਗੁਰਪੁਰਬ ਮਨਾਏ ਜਾ ਰਹੇ ਨੇ ਉਹ ਨਾਨਕ ਸ਼ਾਹੀ ਕੈਲੰਡਰ ਦੇ ਤਹਿਤ ਹੀ ਉਹਦੀਆਂ ਤਰੀਕਾਂ, ਬਲਕਿ ਅਸੀਂ
ਅਸੀਂ ਕੈਲੰਡਰ ਵੀ ਛਾਪਨੇ ਆ, ਡਾਇਰੀਆਂ ਵੀ ਛਾਪਨੇ ਆ, ਔਰ ਉਹ ਸਾਰੀਆਂ ਨਾਨਕ ਸ਼ਾਹੀ ਕੈਲੰਡਰ ਦੇ ਤਹਿਤ ਹੀ ਚੱਲ ਰਹੀਆਂ ਨੇ। ਹਿੰਦੁਸਤਾਨ ਦੇ ਕੁਝ ਸਿੰਘਾਂ ਨੇ ਸਾਨੂੰ ਸਾਡੇ ਤੇ ਜ਼ੋਰ ਦਿੱਤਾ ਕਿ ਤੁਸੀਂ ਬਿਕਰਮੀ ਸਾਲ ਦੇ ਹਿਸਾਬ ਨਾਲ ਪਹਿਲੇ ਚਲਾਓ ਜਾਂ ਇੱਕ ਨਵਾਂ ਬਣਿਆ ਉਹ ਚਲਾਓ। ਅਸੀਂ ਕਿਹਾ ਜਿੰਨਾ ਚਿਰ ਸਾਨੂੰ ਅਕਾਲ ਤਖ਼ਤ ਅੰਮ੍ਰਿਤਸਰ ਦੇ ਹੁਕਮਨਾਮੇ ਔਰ ਸਮੂਹ ਖਾਲਸਾ ਸੰਗਤ ਦੇ ਹੁਕਮਨਾਮੇ ਨਾਲ ਸਾਨੂੰ ਨਹੀਂ ਚੇਤਾਵਨੀ ਦਿੱਤੀ ਜਾਏਗੀ, ਅਸੀਂ ਇਹੋ ਹੀ ਕੈਲੰਡਰ ਮੰਨਦੇ ਰਹਾਂਗੇ, ਅਸੀਂ ਕਿਸੇ ਦੂਸਰੇ ਕੈਲੰਡਰ ਨੂੰ ਜਾਂ ਪਹਿਲੇ ਕੈਲੰਡਰ ਨੂੰ ਮਾਨਤਾ ਨਹੀਂ ਦਿੰਦੇ ਤੇ ਨਾ ਦੇਵਾਂਗੇ। ਅਰਦਾਸ ਦੇ ਵਿਚ ਸਰਦਾਰ ਸ਼ਾਮ ਸਿੰਘ ਜੀ ਰੋਜ਼ਾਨਾ ਸਿੱਖ ਦੋਨੋ ਟਾਈਮ ਅਰਦਾਸ ਕਰਦਾ, ਜਿਨ੍ਹਾਂ ਗੁਰਦੁਆਰੇ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰੇ ਖਾਲਸਾ ਜੀ ਨੂੰ ਬਖਸ਼ੋ। ਕੀ ਅੱਜ ਖਾਲਸਾ ਜੀ ਨੂੰ ਖੁੱਲੇ ਦਰਸ਼ਨ ਦੀਦਾਰੇ ਉਹਨਾਂ ਗੁਰਦੁਆਰਾ ਸਾਹਿਬਾਨ ਦੇ ਹੋ ਰਹੇ ਨੇ ਜੀ? ਹਾਂ ਜੀ, ਜਿਹੜੇ ਗੁਰਦੁਆਰੇ ਪਹਿਲੇ ਮੈਨੇਜਮੈਂਟ ਕਮੇਟੀਆਂ ਤਹਿਤ ਸਨ, ਫਿਰ ਸਿੰਘ ਸਭਾਵਾਂ ਦੇ ਤਹਿਤ ਸਨ, ਫਿਰ ਕੁਝ ਉਹਨਾਂ ਦੇ ਵਿਚ ਜਿੱਥੇ ਮਹੰਤਾਂ ਨੇ ਤੇ ਆਰੀਆ ਸਮਾਜ ਹਿੰਦੂਆਂ ਨੇ ਕਬਜ਼ੇ ਕਰ ਲਏ ਸਨ ਤੇ ਆਪਣੇ ਤੌਰ ਤਰੀਕੇ ਨਾਲ ਅਰਦਾਸ ਕਰ ਲਏ ਸਨ, ਵਿਚ ਪੂਜਾ ਪਾਠ ਹੋਰ ਕਈ ਅਨੇਕ ਕੰਮ ਹੁੰਦੇ ਸਨ, ਉਹ ਸਿੰਘਾਂ ਨੇ ਬਲੀਆਂ ਕੁਰਬਾਨੀਆਂ ਦੇ ਕੇ ਜਿਹੜੇ ਅਰਦਾਸ ਕਰਾਏ ਸਨ 1906 ਤੋਂ ਲੈ ਕੇ ਤੇ 1920 ਤੱਕ ਤੇ ਫਿਰ 21-22 ਤੱਕ ਪਾਕਿਸਤਾਨ ਦੇ ਗੁਰਦੁਆਰੇ ਜਿਹੜੇ ਮਹੰਤਾਂ ਕੋਲੋਂ ਛੁਡਾਏ ਗਏ ਉਹਨਾਂ ਦੇ ਵਿਚ ਪੂਰੀ ਤਰ੍ਹਾਂ ਸੇਵਾ ਸੰਭਾਲ ਹੋ ਰਹੀ ਹੈ। ਔਰ ਜਿਸ ਵੇਲੇ ਯੂਰਪ ਤੋਂ ਔਰ ਦੂਸਰੀ ਦੁਨੀਆਂ ਤੋਂ ਸਿੰਘ ਆਉਂਦੇ ਨੇ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ। ਹਿੰਦੁਸਤਾਨ ਤੋਂ ਵੀ ਜਿਹੜੇ ਲੋਕ ਆਉਂਦੇ ਨੇ ਉਹ ਵੀ ਠੀਕ ਹੈ, ਪਰ ਅੱਜ ਜਦੋਂ ਦੀ ਸਾਡੀ ਕਮੇਟੀ ਬਣੀ ਹੈ ਸਾਡੇ ਨਾਲ ਸਰਨਾ ਜੀ ਦਿੱਲੀ ਆ ਰਹੇ ਤੇ ਹੋਰ ਜਿਹੜੇ ਹਿੰਦੁਸਤਾਨ ਦੇ 42-46 ਸੂਬਿਆਂ ਦੇ ਵਿੱਚੋਂ ਲੋਕ ਆਉਂਦੇ ਨੇ ਪੰਜਾਬ ਤੋਂ ਬਾਹਰ ਦੇ, ਉਹ ਜ਼ਿਆਦਾ ਸਹਿਯੋਗ ਕਰਦੇ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੇ ਨਾਲ ਪਹਿਲੇ ਤੇ 5 ਸਾਲ ਉਹਨਾਂ ਸਾਡਾ ਬਾਈਕਾਟ ਹੀ ਕਰ ਦਿੱਤਾ, ਫਿਰ ਜੇ ਉਹਨਾਂ ਨੇ ਆਉਣਾ ਸ਼ੁਰੂ ਕੀਤਾ ਤੇ ਉਹ ਆਪਣੇ ਆਪ ਨੂੰ ਵੱਡਾ ਸਮਝ ਕੇ ਸਾਨੂੰ ਲਤਾੜਦੇ ਰਹਿੰਦੇ ਨੇ। ਅਸੀਂ ਫੇਰ ਵੀ ਉਹ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਸਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਦੇ ਕੇ ਬਣਾਈ ਸੀ, ਲੇਕਿਨ ਅੱਜ ਉਹ ਦਿੱਲੀ ਸਰਕਾਰ ਦੇ ਅੰਡਰ ਨੇ ਤੇ ਦਿੱਲੀ ਜਿਹੜਾ ਵੀ ਉਥੋਂ ਦਾ ਕਮਿਸ਼ਨਰ ਹੈ ਉਹਦੇ ਹੀ ਉਪਰਾਲਿਆਂ ਦੇ ਨਾਲ ਉਹ ਸਾਰੇ ਚੱਲਦੇ ਨੇ। ਉਹ ਸਿੰਘਾਂ ਨੂੰ ਪਾੜੀ ਰੱਖਦਾ ਤੇ ਉਹ ਜਿਹੜੇ ਸਿੰਘਾਂ ਦੇ ਅਸਲ ਉਪਰਾਲੇ ਨੇ ਉਹ ਨਹੀਂ ਚੱਲਣ ਦਿੰਦਾ, ਉਹਨਾਂ ਦੇ ਵਿਚ ਜਿਹੜੇ ਮੁਲਾਜ਼ਮ ਰੱਖਦੇ ਨੇ ਸੇਵਾਦਾਰ ਰੱਖਦੇ ਨੇ ਉਹ ਵੀ ਅਸੀਂ ਦੇਖਿਆ। ਹੁਣ ਤੇ ਸਾਨੂੰ ਮੈਂ ਪਾਕਿਸਤਾਨੀ ਆ, ਸਾਨੂੰ ਵੀਜ਼ਾ ਨਹੀਂ ਮਿਲਦਾ ਕਿਉਂਕਿ 6 ਜੂਨ 84 ਤੋਂ ਬਾਅਦ ਦੰਗਿਆਂ ਤੋਂ ਬਾਅਦ ਸਾਨੂੰ ਉੱਥੇ ਜਾਣ ਦਾ ਜਿਵੇਂ ਕਿ ਯੂਰਪੀਨ ਮੁਮਾਲਕ ਵਿਚ ਵੀ ਸਾਡੇ ਸਿੰਘ ਰਹਿੰਦੇ ਨੇ ਉਹਨਾਂ ਨੂੰ ਵੀ ਵੀਜ਼ਾ ਨਹੀਂ ਮਿਲਦਾ, ਇਸ ਤਰ੍ਹਾਂ ਮੈਨੂੰ ਵੀ ਵੀਜ਼ਾ ਨਹੀਂ ਮਿਲਦਾ, ਲੇਕਿਨ ਜਿੰਨੇ ਵੀ ਸੇਵਾਦਾਰ ਨੇ ਉਹ ਪੂਰਨ ਸਿੰਘ ਘਰਾਣਿਆਂ ਦੇ ਨਹੀਂ ਹੈਗੇ। ਬਹੁਤੀਆਂ ਗੱਲਾਂ ਨਾ ਕਰਦੇ ਹੋਇਆ ਮੈਂ ਨਿੰਦਿਆ ਤੇ ਨਹੀਂ ਕਰਦਾ, ਲੇਕਿਨ ਜਿੰਨਾ ਚਿਰ ਸਾਡੇ ਜਿਹੜੇ ਸੇਵਾਦਾਰ ਨੇ ਉਹਨਾਂ ਦੇ ਪਰਿਵਾਰ ਪਿੱਛੋਂ ਨਾਨਕੇ ਦਾਦਕੇ ਸਹੁਰੇ ਪੇਕੇ ਸਿੰਘ ਨਹੀਂ ਹੋਣਗੇ ਤੇ ਸਿੱਖ ਨੂੰ ਉਹ ਕੀ ਦੇ ਸਕਦੇ ਨੇ ਜੀ, ਇਹ ਵੀ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ। ਬਹੁਤ ਬਹੁਤ ਧੰਨਵਾਦ ਸਰਦਾਰ ਸ਼ਾਮ ਸਿੰਘ ਜੀ, ਤੁਸੀਂ ਪ੍ਰੋਗਰਾਮ ਦੇ ਵਿਚ ਸ਼ਮੂਲੀਅਤ ਕੀਤੀ ਹੈ, ਦੇਰ ਰਾਤ ਤੁਹਾਡਾ ਬਹੁਤ ਬਹੁਤ ਧੰਨਵਾਦ। ਫਿਰ ਅੱਜ ਦੇ ਪ੍ਰੋਗਰਾਮ ਦੇ ਵਿਚ ਕੁਝ ਪਲਾਂ ਦੇ ਲਈ ਪੰਥ ਦੀ ਅਜੀਮ ਸ਼ਖਸੀਅਤ ਨਿਤਾਰਕ ਪ੍ਰਚਾਰਕ ਭਾਈ ਸਾਹਿਬ ਭਾਈ ਪੰਥਪ੍ਰੀਤ ਸਿੰਘ ਖਾਲਸਾ ਜਿਹੜੇ ਅਮਰੀਕਾ ਦੇ ਦੌਰੇ ਤੇ ਪਹਿਲੀ ਵਾਰੀ ਆਏ ਨੇ ਔਰ ਉਹ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਰਹੇ ਨੇ, ਜਿਨ੍ਹਾਂ ਨੇ ਬਠਿੰਡਾ ਦੇ ਵਿਚ ਇੱਕ ਸੈਮੀਨਾਰ ਕਰਵਾ ਕੇ ਤੇ ਖਾਸ ਕਰਕੇ ਨਾਨਕ ਸ਼ਾਹੀ ਕੈਲੰਡਰ ਦੇ ਉੱਤੇ ਉਚੇਚੇ ਤੌਰ ਤੇ
ਮਿਹਨਤ ਕੀਤੀ ਹੈ, ਆਓ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਦੇ ਹਾਂ। ਭਾਈ ਸਾਹਿਬ ਜੀ ਉਹ ਰੇਡੀਓ ਸ਼ੇਰੇ ਪੰਜਾਬ ਦੇ ਪ੍ਰੋਗਰਾਮ ਦਿਲਾਂ ਦੀ ਸਾਂਝ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਰੇਡੀਓ ਸ਼ੇਰੇ ਪੰਜਾਬ ਦੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਸਿੰਘ ਸਾਹਿਬ ਜੀ, ਤੁਸੀਂ ਵਿਚਾਰ ਸੁਣੇ ਨੇ, ਸ਼ਾਇਦ ਜੇ ਸਮਾਂ ਮਿਲਿਆ ਵਿਦਵਾਨਾਂ ਦੇ, ਸ਼ਾਮ ਸਿੰਘ ਉਹਨਾਂ ਦੇ, ਸਰਬਜੀਤ ਸਿੰਘ ਹੁਣੀ, ਬਾਅਦ ਵਿੱਚ ਦਾ ਪਾਲ ਸਿੰਘ ਪੁਰੇਵਾਲ, ਉਹਨਾਂ ਨੇ ਵੀ ਗੱਲਬਾਤ ਕਰਨੀ ਹੈ। ਨਾਨਕਸ਼ਾਹੀ ਕੈਲੰਡਰ ਦੀ ਅੱਜ ਸਿੱਖਾਂ ਨੂੰ ਆਪਣੀ ਅਲੱਗ ਪਹਿਚਾਣ ਦੇ ਉੱਤੇ ਇੰਨਾ ਜ਼ੋਰ ਦੇਣ ਦੇ ਲਈ ਕਿਉਂ ਇੰਨੀ ਮਿਹਨਤ ਕਰਨੀ ਪੈ ਰਹੀ ਹੈ, ਕਾਰਨ ਕੀ ਹੈ ਜੀ? ਦੇਖੋ, 2003 ਦੇ ਵਿੱਚ ਜੋ ਇਹ ਕੈਲੰਡਰ ਲਾਗੂ ਹੋਇਆ, ਆਪ ਸਾਰੇ ਭਲੀ ਭਾਤ ਜਾਣਦੇ ਹੋ, ਇਹ ਇੱਕ ਸਾਡੀ ਸਿੱਖਾਂ ਦੀ ਵਿਲੱਖਣ ਹੋਂਦ ਹਸਤੀ ਦਾ ਪ੍ਰਤੀਕ ਹੈ ਜੀ। ਪਰ ਰਾਜਨੀਤਿਕ ਕਾਰਨਾਂ ਕਰਕੇ 2010 ਦੇ ਵਿੱਚ ਇਸਦਾ ਕਤਲ ਕਰ ਦਿੱਤਾ ਗਿਆ। ਹੁਣੇ ਹੀ ਦੇਖੋ, ਪ੍ਰਿਥੀਪਾਲ ਸਿੰਘ ਜੀ ਆਪ ਨੂੰ ਆਨਲਾਈਨ ਇਹ ਗੱਲ ਦੱਸ ਕੇ ਗਏ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਲੀਡਰ ਅਕਾਲ ਤਖ਼ਤ ਸਾਹਿਬ ਤੇ ਜਾ ਕੇ ਬੇਨਤੀ ਸਾਹਿਬ ਨੂੰ ਇਹ ਕਹਿੰਦੇ ਰਹੇ ਵੀ ਇਹ ਜੀ ਫੁੱਟ ਪੈਂਦੀ ਹੈ, ਇਹ ਤੁਸੀਂ ਇੱਦਾਂ ਕਰੋ। ਚਲੋ, 2 ਦਿਨਾਂ ਨਹੀਂ ਚੱਲਿਆ ਤੇ ਇੱਥੋਂ ਸਿੱਧ ਹੋਇਆ ਕਿ 2010 ਦੇ ਵਿੱਚ ਰਾਜਨੀਤਿਕ ਕਾਰਨਾਂ ਕਰਕੇ ਇਹ ਕੈਲੰਡਰ ਦਾ ਕਤਲ ਕੀਤਾ ਗਿਆ ਜੀ। ਤੇ ਉਸ ਵੇਲੇ ਇਹ ਵੀ ਅਖਬਾਰਾਂ ਦੇ ਵਿੱਚ ਆਈ ਸੀ ਕਿ ਜਦੋਂ ਕਰਨੈਲ ਸਿੰਘ ਪੰਜੌਲੀ ਜੀ ਨੇ ਸੁਖਦੇਵ ਸਿੰਘ ਭੌਰ ਤੇ ਇੱਕ ਬੀਬਾ ਜੀ ਦਾ, ਮੈਨੂੰ ਹੁਣ ਨਾਂ ਨੀ ਯਾਦ ਆ ਰਿਹਾ, ਸ਼ਾਇਦ ਕਿਰਨਜੀਤ ਕੌਰ ਨਾਂ ਸੀ, ਕਿਰਨਜੀਤ ਕੌਰ ਨੀ, ਬੀਬੀ ਹੋਰ ਸੀ, ਹਾਂਜੀ ਇੱਕ ਬੀਬੀ ਸੀ ਜੀ, ਹਾਂਜੀ, ਚਲੋ ਮਾਫ ਕਰਨਾ, ਚਲੋ ਉਹ ਨਾਂ ਨੀ, ਇਹ ਉਹਨਾਂ ਨੇ ਮਤਲਬ ਜਿਸ ਵੇਲੇ ਵਾਕਆਊਟ ਕੀਤਾ ਤੇ ਨਾਲ ਉਸ ਵੇਲੇ ਦੇ ਮਤਲਬ ਇਹਨਾਂ ਅਵਤਾਰ ਸਿੰਘ ਮੱਕੜ ਨੂੰ ਵੀ ਕਿਹਾ ਵੀ ਇਹ ਤੁਸੀਂ ਕੀ ਕਰ ਰਹੇ ਹੋ, ਤੇ ਉਸ ਵੇਲੇ ਕਹਿੰਦੇ ਉਹਨਾਂ ਨੇ ਇਹ ਕਿਹਾ ਇਹ ਤਾਂ ਉੱਪਰੋਂ ਬਾਬਾ ਦਾ, ਬਾਬੇ ਦਾ ਹੁਕਮ ਆਇਆ, ਇਹ ਤਾਂ ਹੁਣ ਹੁਕਮ ਤਾਂ ਆਪਾਂ ਨੂੰ ਵਜਾਉਣਾ ਹੀ ਪੈਣਾ ਜੀ। ਵੀ ਉੱਥੋਂ ਇਸ਼ਾਰਾ ਆ ਰਿਹਾ ਸੀ ਵੀ ਇਹ ਤਾਂ ਰਾਜਨੀਤਿਕ ਕਾਰਨਾਂ ਕਰਕੇ ਸਾਰਾ ਕੁਛ ਹੋ ਰਿਹਾ। ਸੋ ਏਦਾਂ ਇਸ ਕੈਲੰਡਰ ਦਾ ਰਾਜਨੀਤਿਕ ਕਾਰਨਾਂ ਕਰਕੇ ਕਤਲ ਕੀਤਾ ਗਿਆ ਤੇ ਇਹ ਮੈਂ ਸਮਝਦਾ ਵੀ ਇੱਕ ਸਾਡਾ ਕੌਮੀ ਕਤਲ ਕੀਤਾ ਗਿਆ ਜੀ। ਤੇ ਇਹਨੂੰ ਬਹਾਲ ਕਰਾਉਣ ਵਾਸਤੇ ਜੋ ਹੁਣ ਮੁਹਿੰਮ ਸ਼ੁਰੂ ਕੀਤੀ ਆ ਸਾਰੇ ਵੀਰਾਂ ਨੇ ਰਲ ਮਿਲ ਕੇ, ਬਠਿੰਡੇ ਵੀ ਪਿੱਛੇ ਸੈਮੀਨਾਰ ਅਸੀਂ ਕਰਵਾਇਆ ਸੀਗਾ, ਪਾਲ ਸਿੰਘ ਪੁਰੇਵਾਲ ਜੀ, ਹੋਰ ਸਾਰੇ ਬਲਵਾਨ ਸੱਜਣ, ਅਸ਼ੋਕ ਸਿੰਘ ਵਾਗੜੀਆਂ, ਏਦਾਂ ਦੇ ਹੋਰ ਕਾਫੀ ਉੱਥੇ ਬਲਵਾਨ ਸਿੰਘ ਸੱਜਣ ਪਹੁੰਚੇ, ਕਾਫੀ ਸੰਗਤਾਂ ਪਹੁੰਚੀਆਂ। ਤੇ ਦੀਵਾਨਾਂ ਦੇ ਦੌਰਾਨ ਵੀ ਅਸੀਂ ਇੱਕ ਪਰਫਾਰਮਾ ਤਿਆਰ ਕੀਤਾ, ਉਹ ਹਰ ਪਿੰਡ ਦੀ ਸੰਗਤ ਨੂੰ ਅਸੀਂ ਪਰਫਾਰਮਾ ਦਿੰਦੇ ਹਾਂ ਤੇ ਉਹ ਗੁਰਦੁਆਰਾ ਕਮੇਟੀ ਵੱਲੋਂ ਮਤਾ ਪਾ ਕੇ ਅਕਾਲ ਤਖ਼ਤ ਸਾਹਿਬ ਦੇ ਉੱਤੇ, ਤਖ਼ਤ ਸ੍ਰੀ ਦਮਦਮਾ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਤਿੰਨਾਂ ਤਖ਼ਤਾਂ ਤੇ ਰਜਿਸਟਰੀਆਂ ਭੇਜ ਰਹੇ ਹੈ। ਤੁਸੀਂ ਇਹਨਾਂ ਨੂੰ ਫੋਨ ਕਰਕੇ ਪੁੱਛ ਸਕਦੇ ਹੋ ਜਥੇਦਾਰ ਨੂੰ ਵੀ ਕਿੰਨੀਆਂ ਰਜਿਸਟਰੀਆਂ ਕਿੰਨੇ ਪਿੰਡਾਂ ਤੋਂ ਤੁਹਾਡੇ ਕੋਲ ਪਹੁੰਚ ਚੁੱਕੀਆਂ, ਔਰ ਅਸੀਂ ਦਾਅਵਾ ਕਰਦੇ ਹਾਂ ਕਿ 100 ਤੋਂ ਵੱਧ ਰਜਿਸਟਰੀਆਂ ਪਿੰਡਾਂ ਦੇ ਵਿੱਚੋਂ ਮਤੇ ਪਾ ਪਾ ਕੇ ਵੀ 2003 ਵਾਲਾ ਨਾਨਕਸ਼ਾਹੀ ਕੈਲੰਡਰ ਬਹਾਲ ਕੀਤਾ ਜਾਵੇ। ਕਿੰਨੇ ਹੀ ਥਾਵਾਂ ਤੋਂ ਰਜਿਸਟਰੀਆਂ ਇਹ ਤਿੰਨੇ ਤਖ਼ਤ ਸਾਹਿਬਾਨ ਦੇ ਉੱਤੇ ਪਹੁੰਚ ਚੁੱਕੀਆਂ। ਹੁਣ ਇਹਨਾਂ ਤੋਂ ਪੁੱਛੋ ਵੀ ਤੁਸੀਂ ਇਹ ਜੋ ਸੰਗਤਾਂ ਨੇ ਤੁਹਾਨੂੰ ਮਤੇ ਪਾ ਕੇ ਭੇਜੇ ਹੈ, ਸੰਗਤ ਦੀ ਭਾਵਨਾ ਦਾ ਸਤਿਕਾਰ ਕਰਦੇ ਹੋ ਜਾਂ ਸੰਗਤਾਂ ਦੀਆਂ ਭੇਜੀਆਂ ਰਜਿਸਟਰੀਆਂ ਤੁਸੀਂ ਕੂੜਾਦਾਨ ਵਿੱਚ ਸਿੱਟਤੀਆਂ, ਇਹ ਤੁਸੀਂ ਪਲੀਜ਼ ਉਹਨਾਂ ਨੂੰ ਫੋਨ ਕਰਕੇ ਪੁੱਛੋ ਵੀ ਸਹੀ ਸਹੀ ਦੱਸੋ ਤੁਸੀਂ ਕਿੰਨੇ ਪਿੰਡਾਂ ਚੋਂ ਕਿੰਨੇ ਸ਼ਹਿਰਾਂ ਦੇ ਵਿੱਚੋਂ ਤੁਹਾਨੂੰ ਰਜਿਸਟਰੀਆਂ ਪਹੁੰਚ ਚੁੱਕੀਆਂ। ਤੇ ਅਸੀਂ ਜਦੋਂ ਹੁਣ ਵਾਪਸ ਗਏ ਪੰਜਾਬ, ਅਸੀਂ ਨਵੰਬਰ ਦੇ ਆਖਰ ਵਿੱਚ ਚਲੇ ਜਾਣਾ, ਫਿਰ ਅਸੀਂ ਰਜਿਸਟਰੀਆਂ ਦਾ ਸਿਲਸਿਲਾ ਸ਼ੁਰੂ ਕਰ ਦਿਆਂਗੇ। ਜਿਹੜਾ ਇਹ ਕਹਿੰਦੇ ਨੇ ਵੀ 2-4 ਅਗਿਆਨੀ ਸਿੱਖ ਰੌਲਾ ਪਾਉਂਦੇ ਆ, ਸੰਗਤਾਂ ਨੇ ਤਾਂ ਮੰਨ ਲਿਆ ਇਹ ਨਾਨਕਸ਼ਾਹੀ ਕੈਲੰਡਰ, ਸਾਰੇ ਪਿੰਡਾਂ ਦੇ ਵਿੱਚੋਂ ਸੰਗਤਾਂ ਮਤੇ ਪਾ ਪਾ ਕੇ ਭੇਜ ਰਹੀਆਂ ਇਹਨਾਂ ਨੂੰ ਵੀ 2003 ਵਾਲਾ ਕੈਲੰਡਰ ਤੁਸੀਂ ਬਹਾਲ ਕਰੋ, ਤੁਸੀਂ ਕੌਮੀ ਕਤਲ ਕੀਤਾ ਜੀ। ਇਹਦੇ ਵਿੱਚ ਭਾਈ ਸਾਹਿਬ ਜੀ, ਮੈਂ ਇੱਕ ਬੇਨਤੀ ਕਰਾਂਗਾ ਕਿ ਕੀ ਅਕਾਲ ਤਖ਼ਤ ਸਾਹਿਬ ਵੱਲੋਂ, ਕਿਉਂਕਿ ਵਿਦੇਸ਼ਾਂ ਦੇ ਵਿੱਚ ਮੈਨੂੰ ਯਾਦ ਹੈ ਜਦੋਂ ਇੱਥੇ ਕੁਰਸੀਆਂ ਤੇ ਤੱਪੜਾਂ ਦਾ ਇੱਕ ਵਾਰੀ ਰੌਲਾ ਪਿਆ ਸੀ ਤੇ ਸਿੱਖਾਂ ਨੇ ਉਸੇ ਵੇਲੇ ਉਸ ਹੁਕਮਨਾਮੇ ਨੂੰ ਮੰਨ ਕੇ ਬੜਾ ਵੱਡਾ ਵਿਵਾਦ ਪੈਦਾ ਹੋਇਆ, ਆਖਿਰ ਗੁਰੂ ਦੀ ਕਿਰਪਾ ਨਾਲ ਉਹ ਸਾਡੀ ਮੁਸ਼ਕਲ ਇੱਥੇ ਲੋਅਰ ਮੇਨਲੈਂਡ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸੈਟਲ ਹੋ ਗਈ। ਪਰੰਤੂ ਅਸੀਂ ਤਾਂ ਅਕਾਲ ਤਖ਼ਤ ਸਾਹਿਬ ਤੋਂ ਆਏ ਹੁਕਮ ਨੂੰ ਦਰਗਾਹੀ ਹੁਕਮ ਸਮਝਦੇ ਹਾਂ ਕਿ ਸਾਨੂੰ ਸਿਰ ਮੱਥੇ ਉਹਨੂੰ ਪ੍ਰਵਾਨ ਕਰਨਾ ਚਾਹੀਦਾ ਹੈ। ਕੀ ਐਸੀ ਕੋਈ ਵਿਧਾਨ ਵਿਧੀ ਹੈ ਕਿ ਅਕਾਲ ਤਖ਼ਤ ਸਾਹਿਬ ਤੋਂ ਜਿਹੜਾ ਹੁਕਮਨਾਮਾ ਆਇਆ ਹੈ ਉਹਨੂੰ ਅਮੈਂਡ ਕਰਨ ਦੇ ਲਈ ਉਸੇ ਤਰ੍ਹਾਂ ਜਿਵੇਂ ਪਹਿਲੇ ਵਿਦਵਾਨਾਂ ਦਾ ਇਕੱਠ ਹੋ ਕੇ ਉਹਨੂੰ ਪ੍ਰਵਾਨ ਕੀਤਾ ਗਿਆ, ਕੀ ਪੂਰੇ ਵਿਦਵਾਨਾਂ ਦੀ ਰਾਏ ਲੈਣ ਤੋਂ ਬਾਅਦ ਉਹਨੂੰ ਅਮੈਂਡ ਕਰਨਾ ਚਾਹੀਦਾ ਸੀ, ਜਾਂ 2 ਵਿਅਕਤੀ ਜਿਨ੍ਹਾਂ ਦੀ ਕੈਲੰਡਰ ਦੇ ਉੱਤੇ ਕੋਈ ਵਿਦਵਤਾ ਨਹੀਂ, ਕੋਈ ਉਹਨਾਂ ਦਾ ਗਿਆਨ ਨਹੀਂ, ਉਹ ਆ ਕੇ ਪਾਸ ਕਰ ਦੇਣ ਜੀ? ਦੇਖੋ, ਇਹ ਤਾਂ ਉਹ ਗੱਲ ਹੋ ਗਈ, ਪਿਛਲੇ ਦਿਨ ਵੀ ਅਸੀਂ ਗੱਲ ਇਹ ਕਹੀ ਸੀ ਵੀ ਜਿਵੇਂ ਫਰਜ਼ ਕਰੋ ਕਿਸੇ ਹਸਪਤਾਲ ਦੇ ਵਿੱਚ ਦਿਲ ਦੇ ਮਰੀਜ਼ਾਂ ਦੀ ਦਵਾਈ ਹਸਪਤਾਲ ਦਾ ਮੈਨੇਜਰ ਬਦਲ ਦੇਵੇ ਤੇ ਉਸ ਹਸਪਤਾਲ ਦੇ ਮਰੀਜ਼ਾਂ ਦਾ ਕੀ ਹਾਲ ਹੋਊਗਾ, ਉਹ ਸਾਡੀ ਅੱਜ ਕੌਮ ਦੀ ਹਾਲਤ ਹੋ ਰਹੀ ਹੈ। ਸੋ ਇੱਕ ਗੁਰਦੁਆਰਾ ਪ੍ਰਬੰਧ ਕਮੇਟੀ ਹੈ ਜੋ ਗੁਰਦੁਆਰਾ ਦਾ ਪ੍ਰਬੰਧ ਚਲਾਉਣ,
ਕੈਲੰਡਰ ਦਾ ਮਸਲਾ ਹੈ, ਇਹ ਇੱਕ ਵਿਦਵਾਨ ਸੱਜਣਾਂ ਦਾ ਕੰਮ ਹੈ, ਜਿਵੇਂ ਸਾਡੇ ਕੋਲ ਪਾਲ ਸਿੰਘ ਜੀ ਪੁਰੇਵਾਲ ਹੈ, ਵੀਰ ਸਰਭਜਨ ਸਿੰਘ ਜੀ ਸੈਂਕਟਾਮੈਂਟੋ ਵਾਲੇ ਹੈ, ਜਾਂ ਹੋਰ ਬੜੇ ਯਾਨੀ ਕਿ ਖੋਲ ਭੂਗੋਲ ਦੇ ਵਿਦਵਾਨ ਨੇ। ਸੋ ਇਹਨਾਂ ਨੇ ਪਹਿਲੀ ਗੱਲ ਤਾਂ ਇਹ ਹੈ ਸਾਡੀ ਕੌਮ ਦੀ ਹਾਲਤ ਹੈ ਜਿਹੜੀ ਉਸ ਹਸਪਤਾਲ ਦੇ ਮਰੀਜ਼ਾਂ ਵਾਲੀ ਹੈ ਜਿਸ ਹਸਪਤਾਲ ਦੇ ਮਰੀਜ਼ਾਂ ਦੀ ਦਵਾਈ ਹਸਪਤਾਲ ਦਾ ਮੈਨੇਜਰ ਸੈੱਟ ਕਰਦਾ ਹੋਵੇ। ਸੋ ਜਿੱਥੋਂ ਤੱਕ ਅਕਾਲ ਤਖ਼ਤ ਸਾਹਿਬ ਦੀ ਗੱਲ ਹੈ ਵੀ ਦੇਖੋ ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ, ਪਹਿਲੀ ਗੱਲ ਤਾਂ ਇਹ ਹੈ ਵੀ ਜੋ ਸਰਬੱਤ ਗੁਰੂ ਕੀ ਸੰਗਤ ਹੈ ਇਹ ਯਾਨੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੀ ਰੋਸ਼ਨੀ ਵਿੱਚ ਕੋਈ ਫੈਸਲਾ ਕਰਦੀ ਹੈ ਉਹ ਸੰਗਤ ਦੇ ਫੈਸਲੇ ਦੇ ਉੱਤੇ ਅਕਾਲ ਤਖ਼ਤ ਸਾਹਿਬ ਦੀ ਮੋਹਰ ਲੱਗਦੀ ਹੈ ਤੇ ਫਿਰ ਉਹ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੇ ਤੌਰ ਤੇ ਅਕਾਲ ਤਖ਼ਤ ਦਾ ਜਥੇਦਾਰ ਉਸ ਹੁਕਮਨਾਮੇ ਨੂੰ ਲਾਗੂ ਕਰਦਾ। ਕਿਹੜਾ ਹੁਕਮਨਾਮਾ? ਜੋ ਸੰਗਤ ਦਾ ਫੈਸਲਾ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੇ ਚਾਨਣ ਵਿੱਚ ਲਿਆ ਹੋਇਆ ਉਹਨੂੰ ਅਕਾਲ ਤਖ਼ਤ ਦਾ ਹੁਕਮਨਾਮਾ ਕਿਹਾ ਜਾਂਦਾ। ਸੋ ਅਕਾਲ ਤਖ਼ਤ ਸਾਹਿਬ ਦਾ ਯਾਨੀ ਕਿ ਇੱਕ ਬੁਲਾਰਾ ਕਹਿ ਲਓ ਆਪਾਂ ਜਥੇਦਾਰ ਸਾਹਿਬ, ਇਹ ਨਹੀਂ ਵੀ ਜਥੇਦਾਰ ਸਾਡਾ 11ਵਾਂ ਗੁਰੂ ਹੈ ਜਾਂ ਜੋ ਮਰਜ਼ੀ ਉੱਥੋਂ ਐਲਾਨ ਕਰੀ ਚੱਲਣ। ਸੋ ਇਹ ਪ੍ਰੋਪਰਲੀ ਬਾਕੀ ਦਾ ਵਿਧੀ ਵਿਧਾਨ ਬਣਾਉਣ ਵਾਲੇ ਤੁਹਾਨੂੰ ਪਤਾ ਹੋਵੇਗਾ ਕਿ ਜੋਗਿੰਦਰ ਸਿੰਘ ਨੇ ਵੀ ਇਹ ਲਿਖੀ ਸੀ ਸ਼੍ਰੋਮਣੀ ਕਮੇਟੀ ਨੂੰ ਚਿੱਠੀ ਮੇਰਾ ਖਿਆਲ 2000 ਦੇ ਵਿੱਚ ਕਿ ਅਕਾਲ ਤਖ਼ਤ ਸਾਹਿਬ ਦੇ ਯਾਨੀ ਕਿ ਜਥੇਦਾਰ ਦੇ ਮਤਲਬ ਕੀ ਫਰਜ਼ ਨੇ, ਉਹਦੇ ਕੀ ਕਾਰਜ ਵਿਧੀ ਕੀ ਹੈ, ਕਾਰਜ ਖੇਤਰ ਕੀ ਹੈ, ਕਿਵੇਂ ਨਿਯੁਕਤੀ ਹੋਵੇ, ਕਿਵੇਂ ਉਹਦੀ ਸੇਵਾ ਮੁਕਤੀ ਹੋਵੇ, ਕੋਈ ਵਿਧੀ ਵਿਧਾਨ ਬਣਾਇਆ ਜਾਵੇ। ਉਹ ਸ਼੍ਰੋਮਣੀ ਕਮੇਟੀ ਨੇ ਉਸ ਵੇਲੇ ਅਕਾਲ ਤਖ਼ਤ ਸਾਹਿਬ ਤੋਂ ਜੋ 2000 ਦੇ ਵਿੱਚ ਜੋਗਿੰਦਰ ਸਿੰਘ ਬਦਾਂਤੀ ਨੇ ਜੋ ਹੁਕਮਨਾਮਾ ਸ਼੍ਰੋਮਣੀ ਕਮੇਟੀ ਨੂੰ ਕੱਢਿਆ ਸੀ ਉਹ ਇਹਨਾਂ ਨੇ ਨਹੀਂ ਮੰਨਿਆ। ਸੋ ਕਹਿਣ ਦਾ ਭਾਵ ਕੀ ਹੈ ਵੀ ਹੁਣ ਜਿਸ ਤਰ੍ਹਾਂ ਨਾਨਕਸਾਹੀ ਕੈਲੰਡਰ ਹੈ ਦੇਖੋ ਇਹ ਜਨਰਲ ਬਾਡੀ ਨੇ ਪਾਸ ਕੀਤਾ ਸ਼੍ਰੋਮਣੀ ਕਮੇਟੀ ਦੇ ਨੇ, ਤੇ ਜਿਸ ਵੇਲੇ ਇਹਨੂੰ ਇਹਦਾ ਕਤਲ ਕੀਤਾ ਜਾ ਰਿਹਾ ਉਸ ਵੇਲੇ ਅੰਤਰੰਗ ਕਮੇਟੀ ਇਹਦਾ ਕਤਲ ਕਰ ਰਹੀ ਹੈ ਤੇ ਇਹਦੀ ਅੰਤਮ ਅਰਦਾਸ ਇਕੱਲਾ ਜਥੇਦਾਰ ਗੁਰਬਚਨ ਸਿੰਘ ਕਰ ਰਿਹਾ, ਉਸ ਵੇਲੇ ਸਾਰੇ ਜਥੇਦਾਰ ਨਹੀਂ ਬੁਲਾਏ। ਸੋ ਇਹ ਸਾਰਾ ਕੁਝ ਇਹਨਾਂ ਨੇ ਕਹਿਣ ਦਾ ਭਾਵ ਰਾਜਨੀਤਿਕ ਪ੍ਰੈਸ਼ਰ ਥੱਲੇ ਸਾਰਾ ਕੁਝ ਗਲਤ ਕੀਤਾ। ਅਕਾਲ ਤਖ਼ਤ ਸਾਹਿਬ ਦਾ ਜੋ ਵਿਧੀ ਵਿਧਾਨ ਹੈ, ਜੋ ਅਕਾਲ ਤਖ਼ਤ ਸਾਹਿਬ ਦਾ ਮਹਾਨ ਫਲਸਫਾ ਹੈ, ਉਹਨੂੰ ਵੀ ਇਹਨਾਂ ਨੇ ਢਾਹ ਲਾਈ ਹੈ। ਦੇਖੋ ਅਕਾਲ ਤਖ਼ਤ ਸਾਹਿਬ ਦੇ ਫਲਸਫੇ ਨੂੰ ਢਾਹ ਇਹ ਲਾਉਂਦੇ ਨੇ ਸਿਧਾਂਤ ਨੂੰ, ਪਰ ਜਿਹੜੇ ਯਾਨੀ ਕਿ ਸੱਚ ਦੀ ਗੱਲ ਕਰਦੇ ਆ ਉਹ ਕਹਿਣਗੇ ਅਕਾਲ ਤਖ਼ਤ ਸਾਹਿਬ ਨੂੰ ਵੀ ਮੰਨਦੇ ਨਹੀਂ, ਬਿਲਕੁਲ ਨਹੀਂ। ਅਸੀਂ ਕਹਿੰਦੇ ਅਕਾਲ ਤਖ਼ਤ ਸਾਹਿਬ ਮਹਾਨ ਹੈ, ਪਰ ਉਹ ਜੋ ਵਿਧੀ ਵਿਧਾਨ ਹੈ, ਜਿਹਦਾ ਅਕਾਲ ਸਾਹਿਬ ਦਾ ਫਲਸਫਾ ਹੈ, ਇਹਨੂੰ ਠੀਕ ਢੰਗ ਦੇ ਨਾਲ ਲਾਗੂ ਕੀਤਾ ਜਾਵੇ ਤੇ ਇੱਥੋਂ ਇੱਦਾਂ ਦੇ ਆਪ ਹੁਦਰੇ ਹੁਕਮਨਾਮੇ ਜਾਰੀ ਕਰਕੇ ਅਕਾਲ ਤਖ਼ਤ ਸਾਹਿਬ ਦੀ ਮਹਾਨ ਪਰੰਪਰਾ ਨੂੰ ਢਾਹ ਨਾ ਲਾਈ ਜਾਵੇ। ਅਕਾਲ ਤਖ਼ਤ ਸਾਹਿਬ ਮਹਾਨ ਹੈ, ਪਰ ਇਸ ਦੇ ਚੌਧਰੀਆਂ ਨੇ ਰੋਲੀ ਇਸ ਦੀ ਸ਼ਾਨ ਹੈ। ਭਾਈ ਸਾਹਿਬ ਜੀ, ਉਹ ਜਿਸ ਦ੍ਰਿੜਤਾ ਦੇ ਨਾਲ ਤੁਸੀਂ ਪ੍ਰਚਾਰ ਕਰ ਰਹੇ ਹੋ ਦੁਨੀਆਂ ਭਰ ਦੇ ਵਿੱਚ, ਸਿੱਖਾਂ ਦੇ ਵਿੱਚ ਬਹੁਤ ਜ਼ਿਆਦਾ ਜਾਗਰਤੀ ਆ ਰਹੀ ਹੈ, ਜਿਹੜੇ ਅੰਧ ਵਿਸ਼ਵਾਸ, ਕਰਮਕਾਂਡ, ਡੇਰਾਵਾਦ, ਡੰਮਵਾਦ, ਪਖੰਡਵਾਦ, ਇਸ ਬਾਬਤ ਤੁਸੀਂ ਗੱਲਬਾਤ ਕਰ ਰਹੇ ਹੋ, ਪਰ ਮੁਸ਼ਕਲ ਇਹ ਹੈ ਕਿ ਇੱਥੇ ਲੋਕਾਂ ਦੇ ਵਿੱਚ ਥੋੜਾ ਜਿਹਾ ਇਹ ਹਊਆ ਬਣ ਗਿਆ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਡੇ ਲਈ ਇੱਕ ਥਾਣੇਦਾਰ ਦਾ ਰੂਪ ਨੇ, ਜੇ ਥੋੜਾ ਜਿਹਾ ਉਹਦੇ ਖਿਲਾਫ਼ ਬੋਲੇ ਤੇ ਉਹਨਾਂ ਨੇ ਚੱਕ ਕੇ ਪੰਚੋ ਛੇਕ ਦੇਣਾ। ਕਿ ਪੰਚੋ ਛੇਕਣ ਦੀ ਵਿਧੀ ਵਿਧਾਨ ਪਹਿਲਾਂ ਵੀ ਹੁੰਦਾ ਸੀ ਜਾਂ ਹੁਣੇ ਸ਼ੁਰੂ ਹੋਇਆ ਕਿ ਜਿਹੜਾ ਸੱਚ ਬੋਲਦਾ ਉਹਨੂੰ ਪੰਚੋ ਕੱਢ ਕੇ ਪਾਸੇ ਮਾਰੋ? ਜੀ ਦੇਖੋ ਜੀ, ਪਹਿਲੀ ਗੱਲ ਤਾਂ ਇਹ ਅੱਜ ਫੋਨ ਫਾਜ ਕਰੋ, ਮੈਨੂੰ ਮੇਰੇ ਗੁਰੂ ਨਾਲੋਂ ਕੌਣ ਜੰਮਿਆ ਤੋੜਨ ਵਾਲਾ ਜੀ? ਪਹਿਲੀ ਗੱਲ ਤਾਂ ਇਹ ਹੈ ਵੀ, ਦੂਜੀ ਗੱਲ ਇਹ ਹੈ ਵੀ ਜਿਸ ਤਰ੍ਹਾਂ ਫਰਜ਼ ਕਰੋ ਜੇ ਕਿਸੇ ਤੋਂ ਕੋਈ ਗਲਤੀ ਹੁੰਦੀ ਉਹ ਸੰਗਤ ਵਿੱਚ ਆ ਕੇ ਆਪਣੀ ਗਲਤੀ ਨੂੰ ਮਹਿਸੂਸ ਕਰਦਾ ਵੀ ਹਾਂ ਮੈਥੋਂ ਗਲਤੀ ਹੋਈ ਹੈ, ਚਲੋ ਗਲਤੀ ਭੁੱਲ ਕਿਸੇ ਤੋਂ ਵੀ ਹੋ ਸਕਦੀ ਹੈ, ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ ਜੀ। ਸੋ ਭੁੱਲ ਦੇ ਤੌਰ ਦੇ ਉੱਤੇ ਸੰਗਤ ਉਸ ਨੂੰ ਕੋਈ ਜਿਸ ਤਰ੍ਹਾਂ ਵੀ ਆਪਾਂ ਕਹਿ ਲਓ ਵੀ ਯੋਗ ਯਾਨੀ ਕਿ ਉਸ ਨੂੰ ਸੇਵਾ ਲਾ ਦਿੰਦੀ। ਸੋ ਇਹ ਪਿੱਛੋਂ ਤੋਂ ਲੈ ਕੇ ਦੇਖੋ ਇਹ ਸਾਡੀ ਰਹਿਤ ਮਜਾਲਾ ਵਿੱਚ ਵੀ ਇਹੀ ਲਿਖਿਆ ਹੋਇਆ ਵੀ ਜਦੋਂ ਕੋਈ ਗਲਤੀ ਮਹਿਸੂਸ ਕਰਦਾ, ਫੀਲ ਕਰਦਾ ਸੰਗਤ ਉਹਦੀ ਗਲਤੀ ਮੁਤਾਬਕ ਉਹਨੂੰ ਕੋਈ ਯੋਗ ਸੇਵਾ ਲਾ ਦੇਵੇ ਤੇ ਉਹ ਯਾਨੀ ਕਿ ਜਿਹਨੇ ਉਹ ਸੇਵਾ ਨਿਭਾਉਣੀ ਹੈ ਉਹ ਵੀ ਹੱਥ ਨਾ ਕਰੇ, ਸੰਗਤ ਵੀ ਯਾਨੀ ਕਿ ਹੱਥ ਨਾ ਕਰੇ। ਸੋ ਇੱਦਾਂ ਦਾ ਇਹ ਸਾਰਾ ਵਿਧੀ ਵਿਧਾਨ ਸਾਡੀ ਰਹਿਤ ਮਜਾਲਾ ਵਿੱਚ ਲਿਖਿਆ ਹੋਇਆ। ਜਿੱਥੋਂ ਤੱਕ ਜਿਵੇਂ ਅੱਜ ਚੱਲ ਰਿਹਾ ਵੀ ਮਤਲਬ ਵੀ ਕਿਸੇ ਨੂੰ ਸੱਚ ਬੋਲਣ ਤੋਂ ਰੋਕਿਆ ਜਾ ਰਿਹਾ ਡੰਡਾ, ਤੇ ਇਹ ਨਹੀਂ ਏਦਾਂ ਡੰਡਾ, ਇਹ ਬਹੁਤ ਹੀ ਚਿਰ ਨਹੀਂ ਚੱਲਦਾ ਹੁੰਦਾ ਤੇ ਤੁਹਾਨੂੰ ਪਤਾ ਇਹ ਸਾਰਾ ਕੁਛ ਹੁਣ ਕਾਫੀ ਸੰਗਤਾਂ ਵਿੱਚ ਜਾਗਰਤੀ ਆ ਚੁੱਕੀ ਹੈ। ਸੋ ਇੱਦਾਂ ਇਹ ਛੇਕਣ ਛਕਾਉਣ ਵਾਲਾ ਜਿਹੜਾ ਹੈ ਨਾ, ਇਹ ਨਵਾਂ ਨਵਾਂ ਯਾਨੀ ਕਿ ਵਿਦਵਾਨਾਂ ਨੂੰ ਚੁੱਪ ਕਰਾਉਣ ਵਾਸਤੇ ਹੀ ਇਹ ਸਾਰਾ ਕੁਛ ਵਰਤਿਆ ਜਾ ਰਿਹਾ। ਇਹਦੇ ਵਿੱਚ ਜਿਹੜਾ ਤੁਸੀਂ ਬਠਿੰਡਾ ਦੇ ਵਿੱਚ ਭਾਈ ਸਾਹਿਬ ਜੀ ਉਹ ਸੈਮੀਨਾਰ ਕਰਵਾਇਆ ਸੀ, ਉਹਦੇ ਵਿੱਚ ਵਿਦਵਾਨ ਪਹੁੰਚੇ, ਸਾਰੀਆਂ ਧਾਰਮਿਕ ਜਥੇਬੰਦੀਆਂ ਲੋਕਲ ਬਠਿੰਡਾ ਜ਼ਿਲ੍ਹੇ ਦੀਆਂ ਪਹੁੰਚੀਆਂ, ਪੰਜਾਬ ਦੇ ਵਿੱਚ ਤੁਸੀਂ ਪ੍ਰਚਾਰ ਕਰ ਰਹੇ ਹੋ, ਤੁਹਾਨੂੰ ਕੀ ਲੱਗਦਾ ਕਿ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਇਸ ਤਰ੍ਹਾਂ ਮਤੇ ਪਾਸ ਕਰਕੇ ਕੋਈ ਇਹਨੂੰ ਪਰਮਾਨੈਂਟ ਤੌਰ ਤੇ ਕਿ ਅਸੀਂ ਜਿੰਨਾ ਚਿਰ ਤੁਸੀਂ ਅਮੈਂਡਮੈਂਟ ਨਹੀਂ ਕਰਦੇ ਉਹਨਾਂ ਚਿਰ ਅਸੀਂ 2003 ਵਾਲੇ ਕੈਲੰਡਰ ਨੂੰ ਹੀ ਮੰਨਾਂਗੇ? ਕਿੰਨਾ ਕੁ ਰੁਝਾਨ ਉੱਥੇ ਪੰਜਾਬ ਦੇ ਵਿੱਚ ਪਾਇਆ ਜਾ ਰਿਹਾ ਜਾਂ ਉੱਥੇ ਵੀ ਇੱਕ ਡਰ ਦਾ ਮਾਹੌਲ ਹੈ? ਜੇ ਨਹੀਂ, ਦੇਖੋ ਜੀ ਮੈਂ ਹੁਣ ਤੁਹਾਨੂੰ ਪਹਿਲਾਂ ਦੱਸ ਚੁੱਕੇ
ਵੀ ਤੁਸੀਂ ਇਹਨਾਂ ਤੋਂ ਖੁਦ ਪੁੱਛੋ ਵੀ ਕਿੰਨੇ ਪਿੰਡਾਂ ਚੋਂ ਕਿੰਨੇ ਸ਼ਹਿਰਾਂ ਚੋਂ ਮਤੇ ਪਾ ਪਾ ਕੇ ਇਹਨਾਂ ਕੋਲ ਭੇਜੇ ਜਾ ਚੁੱਕੇ ਨੇ, ਰਾਜਸਥਾਨ ਦੇ ਵਿੱਚੋਂ ਕਿੰਨੇ ਮਤੇ ਇਹਨਾਂ ਕੋਲ ਜਾ ਚੁੱਕੇ ਨੇ। ਅਸੀਂ ਅਸੀਂ ਸਾਰੇ ਜਿੱਥੇ ਜਿੱਥੇ ਵੀ ਅਸੀਂ ਜਾਂਦੇ ਹਾਂ ਦੀਵਾਨ ਲਾਉਂਦੇ ਹਾਂ, ਹਰ ਪਿੰਡ ਸ਼ਹਿਰ ਦੀਆਂ ਸੰਗਤਾਂ ਨੂੰ ਮਤੇ ਪਾ ਕੇ ਭੇਜ ਰਹੀਆਂ ਵੀ 2003 ਵਾਲਾ ਨਾਨਕਸ਼ਾਹੀ ਕੈਲੰਡਰ ਹੈ ਜਿਹੜਾ, ਤੁਸੀਂ ਇਹਨੂੰ ਬਹਾਲ ਕਰੋ, ਇਹਦਾ ਕਤਲ ਕੀਤਾ 2010 ਦੇ ਵਿੱਚ ਇਹਦਾ, ਇਹ ਆਪਣੀ ਗਲਤੀ ਨੂੰ ਤੁਸੀਂ ਮਹਿਸੂਸ ਕਰੋ। ਤੇ ਇਹ ਥਾਂ ਥਾਂ ਤੇ ਮਤੇ ਜਿਵੇਂ ਲੁਧਿਆਣਾ ਹੈ, ਮੋਗਾ ਇਲਾਕਾ ਹੈ, ਬਰਨਾਲਾ ਹੈ, ਮਹਿਲ ਕਲਾਂ ਹੈ, ਇਹ ਸਾਰੇ ਥਾਵਾਂ ਤੋਂ ਮਤੇ ਜਾ ਚੁੱਕੇ ਇਹਨਾਂ ਕੋਲੇ। ਸਰਦਾਰ ਪਾਲ ਸਿੰਘ ਪੁਰੇਵਾਲ ਭਾਵੇਂ ਪੰਜਾਬ ਚ ਬੈਠੇ ਨੇ ਪਰ ਉਹਨਾਂ ਨੇ ਇਹਦੀ 3000 ਵਾਲਾ ਨਾਨਕਸ਼ਾਹੀ ਕੈਲੰਡਰ ਖਾਲਸਾ 1301 1302 ਮੇਰੇ ਕੋਲ ਹੁਣੇ ਪਹੁੰਚਦਾ ਸਟੂਡੀਓ ਦੇ ਵਿੱਚ ਕੀਤਾ। ਸਤਿਕਾਰਯੋਗ ਸਾਡੇ ਵੀਰ ਉਹ ਸਟੂਡੀਓ ਦੇ ਵਿੱਚ ਮੇਰੇ ਕੋਲ ਖਾਸ ਕਰਕੇ ਇਸ ਕੈਲੰਡਰ ਨੂੰ ਦੇਣ ਦੇ ਲਈ ਅਮਰੀਕ ਸਿੰਘ ਸਹੋਤਾ ਸਾਡੇ ਸਤਿਕਾਰਯੋਗ ਵੀਰ ਜੀ ਆਏ ਨੇ, ਬਹੁਤ ਬਹੁਤ ਧੰਨਵਾਦ, ਕਿਉਂਕਿ ਇਹਦੇ ਨਾਲ ਸਾਡੇ ਕੋਲ ਅਥੈਂਟਿਕ ਪ੍ਰੂਫ ਹੈ ਕਿ ਅਸੀਂ ਨਾਨਕਸ਼ਾਹੀ ਕੈਲੰਡਰ ਮੁਤਾਬਕ ਕਿਵੇਂ ਕਿਵੇਂ ਸ਼ਿੰਗਰਾਂਦਾ ਨੇ, ਕਿਵੇਂ ਉਹਨਾਂ ਨੇ ਮਿਹਨਤ ਕੀਤੀ ਹੈ, 20 ਵਰ੍ਹਿਆਂ ਦੀ ਮਿਹਨਤ ਨੂੰ ਕੁਝ ਪਲਾਂ ਦੇ ਵਿੱਚ ਹੀ ਜਿਵੇਂ ਭਾਈ ਪੰਨਪ੍ਰੀਤ ਸਿੰਘ ਖਾਲਸਾ ਕਹਿ ਰਹੇ ਨੇ ਕਤਲ ਕਰ ਦੇਣਾ ਇੱਕ ਬਹੁਤ ਵੱਡਾ ਵਿਸ਼ਵਾਸਘਾਤ ਹੈ। ਜੇ ਨਾਨਕਸ਼ਾਹੀ ਕੈਲੰਡਰ ਮੁਤਾਬਕ ਤਰੀਕਾ ਨੂੰ ਦੇਖੀਏ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਗੁਰਪੁਰਬ 23/5 ਨੂੰ ਜਿੰਨਾ ਚਿਰ ਅਸੀਂ ਜਿਉਂਦੇ ਹਾਂ ਸਾਡੇ ਆਉਣ ਵਾਲੀਆਂ ਜਨਰੇਸ਼ਨ ਨੇ ਇਸੇ ਦਿਨ ਹੀ ਰਹਿਣਾ, ਜਿਵੇਂ ਕ੍ਰਿਸਮਿਸ ਡੇ ਆਉਂਦਾ। ਪਰੰਤੂ ਜਿਹੜਾ ਧਮਾਕੜਸ਼ਾਹੀ ਕੈਲੰਡਰ ਹੈ ਉਸ ਮੁਤਾਬਕ ਤਰੀਕਾਂ ਦੇ ਵਿੱਚ ਦੇਖੀਏ ਤੇ ਬਹੁਤ ਵੱਡਾ ਅੰਤਰ ਆ ਜਾਣਾ, ਕਦੇ ਜਨਵਰੀ 8 ਨੂੰ ਹੈ, ਕਦੇ ਦਸੰਬਰ 28 ਨੂੰ ਹੈ, ਇਸੇ ਤਰ੍ਹਾਂ ਇੱਕ ਵਰ੍ਹੇ ਦੇ ਵਿੱਚ ਹੈ ਹੀ ਨਹੀਂ ਤੇ ਕਈ ਵਰ੍ਹਿਆਂ ਦੇ ਵਿੱਚ 2-2 ਵਾਰੀ ਹੈ। ਇਹ ਕਿੱਡਾ ਵੱਡਾ ਸਾਡੇ ਨਾਲ ਵਿਸ਼ਵਾਸਘਾਤ, ਜਿਹਦੀ ਗੱਲਬਾਤ ਭਾਈ ਪੰਨਪ੍ਰੀਤ ਸਿੰਘ ਖਾਲਸਾ ਉਹਨਾਂ ਨੇ ਵੀ ਜ਼ਿਕਰ ਕੀਤਾ ਤੇ ਪ੍ਰਿਥੀਪਾਲ ਸਿੰਘ ਸੰਧੂ ਵੀ ਦੱਸ ਕੇ ਗਏ ਨੇ। ਆਓ ਇਸ ਗੱਲਬਾਤ ਨੂੰ ਇਸੇ ਤਰ੍ਹਾਂ ਅੱਗੇ ਤੋਰਦੇ ਹਾਂ, ਸਿਰਫ 4-5 ਮਿੰਟ ਹੋਰ ਭਾਈ ਪੰਨਪ੍ਰੀਤ ਸਿੰਘ ਖਾਲਸਾ ਗੱਲਬਾਤ ਕਰਨਗੇ ਤੇ ਉਸ ਤੋਂ ਬਾਅਦ ਦਾ ਪਾਲ ਸਿੰਘ ਪੁਰੇਵਾਲ। ਭਾਈ ਪੰਨਪ੍ਰੀਤ ਸਿੰਘ ਜੀ, ਇਹਦੇ ਨਾਲ ਨਾਲ ਜਿਹੜੀ ਗੱਲਬਾਤ ਨਾਨਕਸ਼ਾਹੀ ਕੈਲੰਡਰ ਦੇ ਉੱਤੇ ਅੱਜ ਦੁਨੀਆਂ ਭਰ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੈ ਕਿ ਸਿੱਖਾਂ ਦੀ ਆਪਣੀ ਅਲੱਗ ਹੋਂਦ ਹੋਣੀ ਚਾਹੀਦੀ ਹੈ, ਅਲੱਗ ਪਹਿਚਾਣ ਹੋਣੀ ਚਾਹੀਦੀ ਹੈ। ਉੱਥੇ ਪਿੰਡਾਂ ਦੇ ਵਿੱਚ ਇਹ ਉਪਰਾਲਾ ਬੜਾ ਵਧੀਆ ਸ਼ੁਰੂ ਹੋਇਆ ਹੈ, ਇੱਥੇ ਦੀਆਂ ਜਿਹੜੀਆਂ ਸਿੱਖ ਸੰਗਤਾਂ ਨੇ ਯੂਰਪ ਦੇ ਵਿੱਚ ਦੁਨੀਆਂ ਭਰ ਦੇ ਵਿੱਚ ਸਿੱਖ ਸੁਣ ਰਹੇ ਨੇ ਉਹਨਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਇਸ ਬਾਬ ਜੀ? ਦੇਖੋ ਉਹਨਾਂ ਨੂੰ ਵੀ ਮੇਰੀ ਤੇ ਇਹੀ ਬੇਨਤੀ ਹੈ ਵੀ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਸਾਰੇ ਪਿੰਡਾਂ ਸ਼ਹਿਰਾਂ ਦੇ ਵਿੱਚੋਂ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਅਕਾਲਤਾ ਸਾਹਿਬ ਤੇ ਮਤੇ ਪਾ ਕੇ ਭੇਜ ਰਹੀ ਹੈ, ਇੱਦੀ ਮੈਂ ਬੇਨਤੀ ਕਰੂੰਗਾ ਸਾਰੀ ਜੋ ਕੈਨੇਡਾ ਦੀਆਂ ਗੁਰਦੁਆਰਾ ਸਾਹਿਬ ਕਮੇਟੀਆਂ, ਆਪਣੇ ਜੋ ਅਮੈਰੀਕਾ ਦੀਆਂ ਗੁਰਦੁਆਰਾ ਕਮੇਟੀਆਂ, ਜੋ UK, ਜੋ ਵੀ ਜਿੰਨੇ ਦੇਸ਼ਾਂ ਦੀਆਂ, ਉਹ ਮਤੇ ਪਾ ਪਾ ਕੇ ਰਜਿਸਟਰੀਆਂ ਤੁਸੀਂ ਅਕਾਲ ਤਖ਼ਤ ਸਾਹਿਬ ਦੇ ਉੱਤੇ, ਤਸਦੀ ਦਮਦਮਾ ਸਾਹਿਬ, ਤਸਦੀ ਕੇਸਗੜ੍ਹ ਸਾਹਿਬ, ਇਹਨਾਂ ਤੇ ਭੇਜੋ ਤੁਸੀਂ, ਜੋ ਤੁਹਾਡੇ ਇੱਥੋਂ ਮਤੇ ਪੈ ਪੈ ਕੇ ਸਾਰੇ ਜਾਣਗੇ ਉੱਥੇ ਰਜਿਸਟਰੀਆਂ ਦੇ, ਤੇ ਉਹਨਾਂ ਦੇ ਉੱਤੇ ਆਟੋਮੈਟਿਕਲੀ ਉਹਨਾਂ ਦੇ ਉੱਤੇ ਪ੍ਰੈਸ਼ਰ ਪਊਗਾ। ਬੇਨਤੀ ਕਰੂ ਸਾਰੀਆਂ ਕਮੇਟੀਆਂ ਕੈਨੇਡਾ ਅਮਰੀਕਾ ਸਾਰੇ ਦੇਸ਼ਾਂ ਦੀਆਂ, ਉਹ ਮਤੇ ਪਾ ਪਾ ਕੇ ਤੁਸੀਂ ਉੱਥੇ ਭੇਜੋ। ਅਖੀਰ ਦੇ ਵਿੱਚ ਤੁਹਾਡੇ ਕੋਲ ਪੂਰੇ 3 ਮਿੰਟ ਨੇ ਜੀ, ਕੀ ਵਿਦੇਸ਼ਾਂ ਦੇ ਵਿੱਚ ਜਿਹੜੇ ਸਿੱਖ ਨੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਕਿ ਨਾਨਕਸ਼ਾਹੀ ਕੈਲੰਡਰ ਦਾ ਮੁੱਦਾ ਸਿੱਖਾਂ ਨੂੰ ਕਿਵੇਂ ਇਕੱਠਾ ਰੱਖ ਸਕਦਾ ਜੀ, ਕੀ ਕਹਿਣਾ ਚਾਹੋਗੇ? ਦੇਖੋ ਜੀ, ਕਹਿਣ ਦਾ ਭਾਵ ਇਹੀ ਹੈ ਵੀ ਜੋ ਇਹ ਸਾਡਾ ਕੈਲੰਡਰ ਹੈ, ਇਹ ਬਹਾਲ ਹੋਣਾ ਚਾਹੀਦਾ, ਸਾਡੀ ਇੱਕ ਮਤਲਬ ਵੱਖਰੀ ਪਛਾਣ ਦਾ ਪ੍ਰਤੀਕ ਹੈ ਇਹ, ਤੇ ਜਿੰਨਾ ਯੋਗਦਾਨ ਪਾ ਸਕਦਾ ਮਤੇ ਪਾ ਕੇ ਭੇਜਣੇ, ਆਪਣੇ ਆਸੇ ਪਾਸੇ ਜੋ ਆਪਣੇ ਭੈਣ ਭਰਾਵਾਂ ਨੂੰ ਇਹਦੇ ਬਾਰੇ ਅਵੇਅਰ ਕਰਨਾ ਵੀ ਇਹ ਸਾਡਾ ਮਸਲਾ, ਜਿਸ ਤਰ੍ਹਾਂ ਕਿ ਤੁਸੀਂ ਗੱਲ ਕੀਤੀ ਹੈ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ, ਇਹ ਜਿਹੜਾ ਸੁਦੀਆਂ ਬਦੀਆਂ ਦੇ ਮੁਤਾਬਕ ਇੱਕ ਸਾਲ ਦੇ ਵਿੱਚ 2 ਵਾਰੀ ਵੀ ਆ ਜਾਂਦਾ ਤੇ ਕਦੇ ਸਾਲ ਦੇ ਵਿੱਚ 1 ਵਾਰੀ ਨਹੀਂ ਆਉਂਦਾ, ਕਿੱਡਾ ਵੱਡਾ ਮਾਹੌਲ ਹੈ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਨਾਲ। ਮੰਨ ਲਓ ਜਿਹੜਾ ਕੋਈ ਵੀ ਆਪਣੇ ਬੱਚੇ ਦਾ ਜਨਮਦਿਨ ਮਨਾਉਂਦਾ, ਚਲੋ ਜਿਹੜਾ ਮਨਾਉਂਦਾ, ਜ਼ਰੂਰੀ ਤਾਂ ਨਹੀਂ ਮਨਾਉਣਾ ਉਹ ਕਦੇ ਕਿਸੇ ਨੇ 2 ਵਾਰੀ ਨਹੀਂ ਗੁਰਪੁਰਬ ਆਪਣਾ ਬਣਾਇਆ ਹੋਣਾ ਬੱਚਾ ਜਨਮ ਸਾਲ ਚ, ਤੇ ਅਸੀਂ ਗੁਰੂ ਸਾਹਿਬ ਦੇ ਗੁਰਪੁਰਬ ਦੇ ਨਾਲ ਕੀ ਮਾਹੌਲ ਕਰਦੇ ਪਏ ਹਾਂ। ਸੋ ਜਿਸ ਤਰ੍ਹਾਂ ਕਿ ਇੱਥੇ ਆ ਪਿੱਛੇ ਜੋ ਬਿਨਕਨਸਨ ਦੀ ਘਟਨਾ ਹੋਈ, ਉਸ ਤੋਂ ਬਾਅਦ ਅਮਰੀਕਾ ਸਰਕਾਰ ਨੇ ਕਿਹਾ ਵੀ ਤੁਸੀਂ ਆਪਣਾ ਕੋਈ ਮਤਲਬ ਕੋਈ ਫਿਕਸ ਦਿਨ ਦਿਓ ਆਪਣੇ ਬਾਨੀ ਗੁਰੂ ਦਾ, ਤੇ ਤਾਂ ਕਿ ਅਸੀਂ ਕੋਈ ਛੁੱਟੀ ਫਿਕਸ ਕਰ ਸਕੀਏ, ਤਾਂ ਕਿ ਸਿੱਖ ਕੌਮ ਦੀ ਇੱਥੇ ਇੱਕ ਪਛਾਣ ਬਣ ਸਕੇ।
ਤੇ ਉਸ ਵੇਲੇ ਮੈਨੂੰ ਇੱਥੋਂ ਵੀਰ ਮਿਲੇ ਸੀ ਅਮਰੀਕਾ ਦੇ ਕਾਫੀ, ਉਹ ਕਹਿੰਦੇ ਅਸੀਂ ਇੱਕ ਫਿਕਸ ਡੇਟ ਹਜੇ ਤੱਕ ਉਹਨੂੰ ਦੇ ਨਹੀਂ ਸਕੇ ਕਿਉਂਕਿ ਸਾਡਾ ਕੋਈ ਇੱਕ ਨਿਸ਼ਚਿਤ ਕੈਲੰਡਰ ਨਹੀਂ, ਉਹਦੇ ਮੁਤਾਬਕ ਸਾਡਾ ਨਿਸ਼ਚਿਤ ਦਿਨ ਨਹੀਂ, ਤੇ ਉਹ ਅਮਰੀਕਾ ਸਰਕਾਰ ਜੋ ਮੰਗਦੀ ਉਹਨੂੰ ਅਸੀਂ ਦੇ ਨਹੀਂ ਸਕਦੇ ਵੀ ਸਾਡੇ ਆਹਾ ਸਾਡੇ ਫਿਕਸ ਦਿਨ ਨੇ। ਹਾਂਜੀ, ਕਿਉਂਕਿ ਬੜਾ ਵੱਡਾ ਤੂਫਾਨ ਸਾਡਾ ਵਾਪਰਿਆ। ਭਾਈ ਸਾਹਿਬ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਮਾਂ ਕੱਢਿਆ ਕਿਉਂਕਿ ਸ਼ਾਮ ਦੇ ਦੀਵਾਨਾਂ ਦੇ ਵਿੱਚ ਤੇ ਦਿਨ ਦੇ ਦੀਵਾਨਾਂ ਦੇ ਵਿੱਚ ਤੁਹਾਡੀ ਬਹੁਤ ਜ਼ਿਆਦਾ ਰੁਝੇਵੇ ਨੇ। ਆਉਣ ਵਾਲੇ ਸਮੇਂ ਦੇ ਵਿੱਚ ਗੁਰੂ ਕਿਰਪਾ ਕਰਨ ਜਿੰਨਾ ਕੁ ਤੁਹਾਡੀ ਡਿਊਟੀ ਮਾਲਕ ਨੇ ਲਾਈ ਹੈ ਤੁਸੀਂ ਆਪਣੀ ਡਿਊਟੀ ਨਿਭਾ ਰਹੇ ਹੋ। ਰੇਡੀਓ ਸ਼ੇਰੇ ਪੰਜਾਬ ਜਿਹੜੀ ਇੱਕ ਪੰਥਕ ਆਵਾਜ਼ ਹੈ ਦੁਨੀਆ ਭਰ ਦੇ ਵਿੱਚ ਆਪਣਾ ਉਪਰਾਲਾ ਕਰ ਰਹੀ ਹੈ, ਤੁਹਾਡਾ ਬਹੁਤ ਬਹੁਤ ਧੰਨਵਾਦ। ਆਉਣ ਵਾਲੇ ਸਮੇਂ ਦੇ ਵਿੱਚ ਫੇਰ ਗੱਲਬਾਤ ਕਰਦੇ ਰਹਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਪੰਥਪ੍ਰੀਤ ਸਿੰਘ ਖਾਲਸਾ, ਪੰਥ ਦੇ ਮਹਾਨ ਵਿਦਵਾਨ, ਜਿਨ੍ਹਾਂ ਨੇ ਨਾਨਕਸ਼ਾਹੀ ਕੈਲੰਡਰ ਦੇ ਮੁੱਦੇ ਦੇ ਉੱਤੇ ਸਿੱਖਾਂ ਨੂੰ ਇਕੱਠੇ ਹੋ ਕੇ, ਘੱਟੋ ਘੱਟ ਸਾਡੇ ਕੋਲ ਕੋਈ ਨਾ ਕੋਈ ਮੁੱਦਾ ਜ਼ਰੂਰ ਹੋਣਾ ਚਾਹੀਦਾ ਜਿਹਦੇ ਉੱਤੇ ਅਸੀਂ ਇਕੱਠੇ ਹੋ ਕੇ ਗੱਲਬਾਤ ਕਰ ਸਕੀਏ। ਇਸ ਤੋਂ ਬਾਅਦ ਭਾਈ ਪਾਲ ਸਿੰਘ ਪੁਰੇਵਾਲ, ਜਿਨ੍ਹਾਂ ਨੇ ਪਾਕਿਸਤਾਨ ਦੇ ਵਿੱਚ ਉਚੇਚੇ ਤੌਰ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪਹੁੰਚਣਾ ਹੈ, ਅੱਜ ਕੱਲ੍ਹ ਭਾਰਤ ਗਏ ਹੋਏ ਨੇ, ਉਹਨਾਂ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹਾਂ। ਆਓ ਇਸ ਤੋਂ ਬਾਅਦ ਨਾਨਕਸ਼ਾਹੀ ਕੈਲੰਡਰ ਦੇ ਰਚੈਤਾ, ਜਿਨ੍ਹਾਂ ਨੇ ਤਕਰੀਬਨ ਆਪਣਾ ਸਾਰਾ ਜੀਵਨ ਇਸ ਪਾਸੇ ਲਾਇਆ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਤਪਾਲ ਸਿੰਘ ਪੁਰੇਵਾਲ, ਪੁਰੇਵਾਲ ਸਾਹਿਬ ਸਭ ਤੋਂ ਪਹਿਲਾਂ ਰੇਡੀਓ ਸ਼ੇਰੇ ਪੰਜਾਬ ਦੇ ਪ੍ਰੋਗਰਾਮ ਦਿਲਾਂ ਦੀ ਸਾਂਝ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਪੁਰੇਵਾਲ ਸਾਹਿਬ, ਤੁਹਾਡੇ ਵੱਲੋਂ ਲਾਇਆ ਜਿਹੜਾ ਸਿੱਖ ਕੌਮ ਨੂੰ ਇਕੱਠੇ ਕਰਨ ਵਾਲਾ ਬੂਟਾ ਹੈ, ਇਉਂ ਲੱਗਦਾ ਹੈ ਕਿ ਇਹਦੇ ਵਿੱਚ ਕੁਝ ਤਾਕਤਾਂ ਨੇ ਖਾਦ ਜ਼ਰੂਰ ਗਲਤ ਪਾਉਣ ਦਾ ਯਤਨ ਕੀਤਾ ਹੈ। ਬੂਟੇ ਦੀਆਂ ਜੜ੍ਹਾਂ ਬੜੀਆਂ ਡੂੰਘੀਆਂ ਨੇ ਕਿਉਂਕਿ ਗੁਰਮਤ ਅਨੁਕੂਲ ਹੈ, ਇਸ ਕਰਕੇ ਬੂਟਾ ਪ੍ਰਫੁੱਲਤ ਹੋਣਾ ਸ਼ੁਰੂ ਹੋ ਗਿਆ ਹੈ। ਇਸ ਬਾਬਤ ਮੈਂ ਤੁਹਾਨੂੰ ਮੁਬਾਰਕਬਾਦ ਦਿੰਦਾ ਕਿ ਜਿਹੜੀ ਮਾਲਕ ਨੇ ਡਿਊਟੀ ਤੁਹਾਡੀ ਲਾਈ ਹੈ ਉਸ ਡਿਊਟੀ ਦੇ ਵਿੱਚ ਤੁਸੀਂ ਪੂਰੀ ਤਰ੍ਹਾਂ ਕਾਮਯਾਬ ਰਹੇ ਹੋ। ਭਾਵੇਂ ਕੁਝ ਸ਼ਕਤੀਆਂ ਨੇ ਇਸ ਡਿਊਟੀ ਨੂੰ ਨਿਭਾਉਣ ਦੇ ਲਈ ਬੜੇ ਰੋੜੇ ਅਟਕਾਏ ਨੇ, ਭਾਰਤ ਦੇ ਵਿੱਚ ਤੁਸੀਂ ਪਹੁੰਚੇ ਹੋ। ਪਿਛਲੇ ਦਿਨਾਂ ਦੇ ਵਿੱਚ ਮੇਰੇ ਨਾਲ ਜਿਹੜੀ ਸੰਤ ਸਮਾਜ ਜਿਹਨੂੰ ਕਹਿੰਦੇ ਆ ਉਹਦੇ ਸਕੱਤਰ ਸਰਦਾਰ ਹਰੀ ਸਿੰਘ ਰੰਧਾਵਾ ਮੇਰੇ ਨਾਲ ਗੱਲਬਾਤ ਹੋਈ ਸੀ ਕਿ ਜਦੋਂ ਸਰਦਾਰ ਪਾਲ ਸਿੰਘ ਪੁਰੇਵਾਲ ਆਉਣ ਤੇ ਅਸੀਂ ਜ਼ਰੂਰ ਉਹਨਾਂ ਨਾਲ ਗੱਲਬਾਤ ਕਰਕੇ ਜਿਹੜੇ ਪਿਆ ਇਹ ਵਿਵਾਦ ਇਹਨੂੰ ਖਤਮ ਕਰਨ ਦਾ ਉਪਰਾਲਾ ਕਰਾਂਗੇ। ਤੁਹਾਨੂੰ ਤਕਰੀਬਨ ਮਹੀਨੇ ਦੇ ਲਾਗੇ ਹੋ ਚੱਲੇ ਆ, ਕਿਸੇ ਅਖਬਾਰਾਂ 'ਚ ਤੁਹਾਡਾ ਜ਼ਿਕਰ ਆ ਰਿਹਾ, ਸਾਰੇ ਪਾਸੇ ਤੁਹਾਡਾ ਪਤਾ ਲੱਗ ਰਿਹਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਕਿਸੇ ਤਖ਼ਤ ਸਾਹਿਬਾਨ ਦੇ ਜਥੇਦਾਰ ਜਾਂ ਕਿਸੇ ਸਾਧ ਯੂਨੀਅਨ ਦੇ ਨੁਮਾਇੰਦੇ ਵੱਲੋਂ ਤੁਹਾਡੇ ਨਾਲ ਗੱਲਬਾਤ ਕਰਨ ਦਾ ਕੋਈ ਉਪਰਾਲਾ ਕੀਤਾ ਗਿਆ ਕਿ ਇਸ ਮਸਲੇ ਨੂੰ ਹੱਲ ਕਰੀਏ ਜੀ? ਉਪਰਾਲਾ ਨਹੀਂ ਹੋਇਆ। ਅੱਜ ਦਾ ਜਿਹੜਾ ਪ੍ਰੋਗਰਾਮ ਆ ਇਹ ਬਹੁਤ ਹੀ ਵਧੀਆ ਪ੍ਰੋਗਰਾਮ ਹੋਇਆ ਆ, ਬਹੁਤ ਸਾਰੀ ਜਾਣਕਾਰੀ ਸੰਗਤਾਂ ਨੂੰ ਦਿੱਤੀ ਗਈ ਆਪਦੇ ਰੇਡੀਓ ਸਟੇਸ਼ਨ ਤੋਂ ਜੀ। ਉਸ ਦੇ ਵਿੱਚ ਸਰਦਾਰ ਸਰਬਜੀਤ ਸਿੰਘ ਸੈਕਰਾਮੈਂਟ ਤੋਂ ਉਹਨਾਂ ਵੱਲੋਂ ਕਾਫੀ ਟੈਕਨੀਕਲ ਜਾਣਕਾਰੀ ਦਿੱਤੀ ਗਈ ਹੈ ਕੈਲੰਡਰਾਂ ਦੇ ਸੰਬੰਧ ਦੇ ਵਿੱਚ, ਤੇ ਜਿਹੜਾ ਉਹਨਾਂ ਨੇ ਜ਼ਿਕਰ ਕੀਤਾ ਸੀ ਕਿ 12 ਸਾਲਾਂ ਵਿੱਚ ਇੱਕ ਦਿਨ ਦਾ ਫਰਕ ਪੈ ਜਾਂਦਾ ਹੈ, ਤੇ ਆਪਣੇ ਭਾਈ ਸਾਹਿਬ ਭਾਈ ਪੰਥਪ੍ਰੀਤ ਸਿੰਘ ਉਹਨਾਂ ਨੇ ਜ਼ਿਕਰ ਕੀਤਾ ਗੁਰਬਾਣੀ ਦੇ ਆਦੇਸ਼ ਅਨੁਸਾਰ ਅਸੀਂ ਕੈਲੰਡਰ ਤਿਆਰ ਕੀਤਾ ਸੀਗਾ। ਇਹ ਗੱਲਾਂ ਬੜੀਆਂ ਮਹੱਤਵਪੂਰਨ ਨੇ ਦੋਨਾਂ ਦਾ ਗੁਰਬਾਣੀ ਨਾਲ ਸੰਬੰਧ ਹੈ। ਪਹਿਲੇ ਤਾਂ ਇਹ ਵੀ ਸਾਨੂੰ ਕੀ ਫਰਕ ਪੈਂਦਾ ਹੈ ਜੇ 12 ਸਾਲਾਂ ਦੇ ਵਿੱਚ ਇੱਕ ਦਿਨ ਦਾ ਫਰਕ ਪੈ ਜਾਵੇ ਕੈਲੰਡਰ ਦੇ ਵਿੱਚ। ਹਾਂਜੀ, ਤੋ ਹਾਂ ਇਹ ਇੰਪੋਰਟੈਂਟ ਗੱਲ ਹੈਗੀ ਆ। ਕਈ ਕਹਿ ਦਿੰਦੇ ਨੇ ਜੀ ਫੇਰ ਕੀ ਹੋ ਗਿਆ, ਫੇਰ ਇਹ ਬਹੁਤ ਇੰਪੋਰਟੈਂਟ ਹੈ। ਗੁਰਬਾਣੀ ਗੁਰੂ ਮਹਾਰਾਜ ਦੇ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਜਿਹੜੀ ਹੈ ਤੁਹਾਰੀ ਰਾਗ, ਤੇ ਪੰਚਮ ਪਾਤਸ਼ਾਹ ਦੀ ਬਾਰਾਂਮਾਹ ਮਾਝ ਤੇ ਪੰਚਮ ਪਾਤਸ਼ਾਹ ਦੀ ਬਾਣੀ ਰਾਮਖਲੀ ਰਾਗ ਦੇ ਵਿੱਚ ਰੁੱਤੀ ਸਲੋਕ, ਇਹਨਾਂ ਬਾਣੀਆਂ ਦੇ ਵਿੱਚ ਮੌਸਮਾਂ ਰੁੱਤਾਂ ਦਾ ਜ਼ਿਕਰ ਆ, ਹੈਡਿੰਗ ਹੀ ਰੁੱਤੀ ਸਲੋਕ ਆ, ਰੁੱਤਾਂ ਦਾ ਜ਼ਿਕਰ ਆ, ਮਹੀਨਿਆਂ ਦੇ ਨਾਲ ਸੰਬੰਧ ਜਿਹੜਾ ਉਹਨਾਂ ਦਾ ਗਰਮੀ ਸਰਦੀ ਵਗੈਰਾ ਤੇ ਬਰਸਾਤ ਦਾ ਜਿਹੜਾ ਹੈ ਜੀ। ਸੋ ਉਹ ਜਿਹੜਾ ਸੰਬੰਧ ਆ ਉਹ ਟੁੱਟਦਾ ਜਾ ਰਿਹਾ ਆ। ਤੁਹਾਡੇ ਕੋਲ ਜਿਹੜਾ 3000 ਸਾਲ ਦਾ ਮੇਰਾ ਬਣਾਇਆ ਹੋਇਆ ਕੈਲੰਡਰ ਜਿਹੜਾ ਮੈਂ ਪਹਿਲਾਂ ਬਠਿੰਡੇ ਵਿੱਚ ਰਿਲੀਜ਼ ਮੇਰੇ ਸਾਹਮਣੇ ਪਿਆ ਜੀ ਬਿਲਕੁਲ ਇਸ ਵੇਲੇ, ਹਾਂਜੀ, ਉਸ ਦੀ ਕਾਪੀ ਤੁਹਾਡੇ ਕੋਲ ਆ ਜੀ।
ਉਸ ਦੇ ਵਿੱਚ ਤੁਸੀਂ ਦੇਖੋ ਕਿ ਅੱਜ ਤੋਂ ਹਜ਼ਾਰ ਸਾਲ ਬਾਅਦ ਉਹ ਕੱਲੇ ਕੱਲੇ ਦਿਨ ਦਾ ਕੈਲੰਡਰ ਹੈ, ਉਸ ਦੇ ਵਿੱਚ ਹਜ਼ਾਰ ਸਾਲ ਬਾਅਦ ਜਿਹੜਾ ਆ ਦਸਮ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ 3 ਫਰਵਰੀ ਨੂੰ ਆ। ਫਰਵਰੀ ਦੇ ਸਾਹਮਣੇ ਦੇਖੋ ਬਿਕਰਮੀ, ਮੈਂ ਤਰੀਕ ਦਾ ਜ਼ਿਕਰ ਕਰ ਰਿਹਾ, 3 ਫਰਵਰੀ ਨੂੰ ਆ। ਉਹ ਦਸੰਬਰ ਤੇ ਜਨਵਰੀ ਨੂੰ ਹਟ ਕੇ ਤੇ ਜਨਵਰੀ ਦੇ ਐਂਡ ਤੇ ਫਰਵਰੀ ਵਿੱਚ ਇਹ ਚੱਲਦਾ ਜਾਵੇਗਾ। ਇਸੇ ਤਰ੍ਹਾਂ ਬਾਕੀ ਦੇ ਦਿਹਾੜੇ ਸੰਗਰਾਂਦਾਂ ਜਿਹੜੀਆਂ 12 ਦੀਆਂ 12 ਸੰਗਰਾਂਦਾਂ ਨਾਨਕ ਸ਼ਾਹੀ ਦੇ ਮਹੀਨੇ ਦੀ ਆਰੰਭਤਾ ਨਾਲੋਂ 2 ਹਫ਼ਤਿਆਂ ਦਾ ਫਰਕ ਆ। 14 ਅਪ੍ਰੈਲ ਨੂੰ ਵਿਸਾਖੀ ਸਾਡੀ ਪੱਕੇ ਤੌਰ ਤੇ ਨਿਸ਼ਚਿਤ ਆ ਤੇ ਇਸ ਕੈਲੰਡਰ ਵਿੱਚ ਤੁਸੀਂ ਦੇਖੋ 27 ਅਪ੍ਰੈਲ ਨੂੰ ਵਿਸਾਖੀ ਆ। ਬਿਲਕੁਲ ਜੀ, ਹਾਂਜੀ। ਤੇ ਬਾਕੀ ਦੀਆਂ 12 ਵਿੱਚ ਟਿਕਣੇ ਲੱਗੇ ਆ, ਤੁਸੀਂ ਦੇਖ ਸਕਦੇ ਹੋ ਵੀ 2-2 ਹਫ਼ਤਿਆਂ ਦਾ ਫਰਕ ਆ। ਇਹ ਤਾਂ ਇੱਕ ਦਿਨ ਦੀ ਗੱਲ ਕਰਦੇ ਆ, ਇਹ ਤਾਂ ਰੁੱਤਾਂ ਦੇ ਵਿੱਚ ਸਾਰਾ ਕੈਲੰਡਰ ਜਿਹੜਾ ਆ ਵਿਚਰ ਜਾਣਾ ਆ। ਇਹ ਬਿਕਰਮੀ ਕੈਲੰਡਰ ਦੇ ਜਿਹੜੇ ਵਿਦਵਾਨ ਪੰਡਿਤ ਹੈ ਉਹ ਇਸ ਤਰੁੱਟੀ ਨੂੰ ਮੰਨਦੇ ਆ, ਪਰ ਅਫਸੋਸ ਦੀ ਗੱਲ ਇਹ ਆ ਕਿ ਸਾਡੇ ਜਿਹੜੇ ਵਿਦਵਾਨ ਜਿਨ੍ਹਾਂ ਨੂੰ ਨਹੀਂ ਪਤਾ ਜਾਂ ਸੰਤ ਸਮਾਜ ਦੇ ਆਗੂ ਜਿਨ੍ਹਾਂ ਨੂੰ ਇਸ ਗੱਲ ਦਾ ਨਹੀਂ ਪਤਾ, ਉਹ ਐਵੇਂ ਹੀ ਇਤਰਾਜ਼ ਕਰੀ ਜਾ ਰਹੇ ਨੇ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ। ਅਗਸਤ ਦੇ ਮਹੀਨੇ ਮੈਂ ਇੰਗਲੈਂਡ ਗਿਆ ਸੀ, ਉੱਥੇ ਪੰਜਾਬ ਰੇਡੀਓ ਤੇ ਮੇਰੀ ਇੰਟਰਵਿਊ ਸੀ ਤੇ ਰੇਡੀਓ ਤੇ ਸੰਤ ਸਮਾਜ ਦੇ ਬੜੇ ਪ੍ਰਮੁੱਖ ਨੁਮਾਇੰਦੇ ਬਾਬਾ ਸੁਖਚੈਨ ਸਿੰਘ ਜੀ ਆ ਗਏ ਤੇ ਮੈਂ ਗੱਲ ਕਰ ਲਿਆ ਸੀਗਾ ਕਿ ਜਿਹੜਾ ਗੁਰੂ ਨਾਨਕ ਪਾਤਸ਼ਾਹ ਸਾਹਿਬ ਦਾ ਤੁਹਾਰੀ ਰਾਗ ਵਿੱਚ ਸਾਧ ਦੇ ਮਹੀਨੇ ਵਿੱਚ ਸ਼ਬਦ ਹੈ, ਉਸ ਦੀ ਤੌਕ ਰਾਤ ਫਿਰਾ ਛਾਇਆ ਤਨ ਤੱਕ ਟੀਂਡ ਲਵੈ ਮੰਝ ਬਾਰੇ, ਇਸ ਦੇ ਵਿੱਚ ਬਹੁਤ ਗੂੜੀ ਐਸਟ੍ਰੋਨੋਮੀ ਭਰੀ ਹੋਈ ਹੈ। ਕਈ ਇੱਕ ਵਾਰ ਮੈਨੂੰ ਇਹ ਵੀ ਸਵਾਲ ਕਿਸੇ ਨੇ ਕੀਤਾ ਵੀ ਗੁਰਬਾਣੀ ਦੇ ਵਿੱਚ ਐਸਟ੍ਰੋਲੋਜੀ ਆ, ਉਹਨਾਂ ਨੂੰ ਪਤਾ ਨਹੀਂ ਸੀ ਐਸਟ੍ਰੋਲੋਜੀ ਤੇ ਐਸਟ੍ਰੋਨੋਮੀ ਚ ਮਿਕਸ ਹੋਏ ਸੀ। ਗੁਰਬਾਣੀ ਵਿੱਚ ਐਸਟ੍ਰੋਨੋਮੀ ਬਹੁਤ ਹੈ, ਅਰਬਦ ਨਰਬ ਤੁੰਦੂਕਾਰਾ ਐਸਟ੍ਰੋਲੋਜੀ ਨਹੀਂ ਹੈ, ਪਾਤਾਲਾ ਪਾਤਾਲਾ ਕਾਗਾ ਸਾਗਾਸ ਆਦਿ ਬਹੁਤ ਕੰਮ ਮਿਲਦੀਆਂ ਨੇ ਜਿਹੜੀਆਂ ਸ੍ਰਿਸ਼ਟੀ ਦੇ ਰਚਨ ਦੇ ਸੰਬੰਧ ਦੇ ਵਿੱਚ ਆ ਤੇ ਐਸਟ੍ਰੋਨੋਮੀ ਦੇ ਸੰਬੰਧ ਵਿੱਚ। ਇਹ ਖਾਸ ਤੌਰ ਜਿਹੜੀ ਆ ਇਹ ਬਹੁਤ ਹੀ ਇੰਪੋਰਟੈਂਟ ਆ, ਇਸ ਤੋਂ ਸਾਨੂੰ ਨਾਨਕ ਸ਼ਾਹੀ ਕੈਲੰਡਰ ਦਾ ਸਾਲ ਮਿਲਦਾ ਆ। ਜਿਸ ਵੇਲੇ ਰੁੱਤ ਜਿਸ ਵੇਲੇ ਵੱਡੇ ਤੋਂ ਵੱਡਾ ਦਿਨ ਹੁੰਦਾ ਉਸਦੇ ਰਾਤ ਪਛਾਣ ਨੀ ਫਿਰਦਾ, ਜਾਂ ਛੋਟੇ ਤੋਂ ਛੋਟਾ ਦਿਨ ਹੁੰਦਾ ਉਦਣ ਵੀ ਰਾਤ ਮੁੜ ਕੇ ਸੂਰਜ ਦਾ ਵਾਪਸ ਆਉਂਦਾ, ਉਸ ਨੂੰ ਰਾਤ ਫਿਰਨਾ ਕਹਿੰਦੇ ਆ। ਤੇ ਇੱਕ ਮੂਮੈਂਟ ਐਸਾ ਜਦੋਂ ਰਾਤ ਫਿਰਿਆ ਉਦੋਂ ਅਗਲੇ ਸਾਲ ਜਦੋਂ ਫਿਰੂ ਉਸ ਨੂੰ ਰੁੱਤੀ ਸਾਲ ਕਹਿੰਦੇ ਆ। ਜਿਹੜੀ ਗੁਰੂ ਮਹਾਰਾਜ ਦੀ ਬਾਣੀ ਹੈ ਰੁੱਤੀ ਸਲੋਕ, ਰੁੱਤਾਂ ਬਣਨ ਵਾਸਤੇ ਕੇਵਲ ਤੇ ਕੇਵਲ ਸੂਰਜ ਤੇ ਚੰਦਰਮਾ ਦਾ ਸੂਰਜ ਤੇ ਧਰਤੀ ਗਿਣੀ ਜਾਂਦੀ ਹੈ ਰੁੱਤਾਂ ਦੇ ਵਿੱਚ, ਇਹਨਾਂ ਦੋਹਾਂ ਦਾ ਸੰਬੰਧ ਜਿਹੜਾ ਆ। ਪਰ ਜਿਹੜਾ ਬਿਕਰਮੀ ਕੈਲੰਡਰ ਦੇ ਵਿੱਚ ਸਾਲ ਆ ਉਸ ਦੇ ਵਿੱਚ 3 ਚੀਜ਼ਾਂ, ਇੱਕ ਧਰਤੀ ਆ, ਇੱਕ ਸੂਰਜ ਆ ਤੇ ਇੱਕ ਤਾਰਾ ਆ। ਉਹ ਫਿਕਸ ਤਾਰੇ ਤੋਂ ਜਾਂ ਸਟਾਰ ਤੋਂ ਈਅਰ ਗਿਣਦੇ ਨੇ, ਸਾਲ ਗਿਣਦੇ ਨੇ, ਮੁੜ ਕੇ ਜਦੋਂ ਧਰਤੀ ਸੂਰਜ ਦੇ ਦੁਆਲੇ ਘੁੰਮਦੀ ਹੋਈ ਉਸ ਸਿਤਾਰੇ ਦੇ ਸਾਹਮਣੇ ਆ ਰਹੇ। ਸੋ ਉਹ ਸਿਤਾਰੇ ਦਾ ਕੋਈ ਸੰਬੰਧ ਨਹੀਂ ਰੁੱਤਾਲੇ ਸਾਲ ਦੇ ਨਾਲ। ਸੋ ਇਸ ਵਾਸਤੇ ਇਹ ਜਿਹੜੀ 72 ਸਾਲ ਦਾ ਫਰਕ ਆ, ਹੁਣ ਤੁਸੀਂ ਇਸੇ 3000 ਕੈਲੰਡਰ ਵਿੱਚ ਮੈਂ ਤੁਹਾਨੂੰ ਇੱਕ ਬੜੀ ਵਿਸ਼ੇਸ਼ ਗੱਲ ਦੱਸਣੀ ਆ। ਇਹ ਤੁਸੀਂ ਜੂਨ ਦੇ ਮਹੀਨੇ ਵਿੱਚ ਦੇਖੋ, ਤਕਰੀਬਨ 20 ਜੂਨ ਦੇ ਨੇੜੇ ਤੁਸੀਂ ਦੇਖੋਗੇ ਕਿ ਜੇਠ ਬਿਕਰਮੀ ਕੈਲੰਡਰ ਵਿੱਚ ਜੇਠ ਦੀ ਕੋਈ ਤਰੀਕ ਆ 20-25, ਇੱਥੇ ਤੁਸੀਂ ਦੇਖ ਲਓ ਸਾਹਮਣੇ 20 ਖਾਨੇ ਦੇ ਥੱਲੇ। ਜੀ ਜੀ, ਜੂਨ ਦੀ 20 ਤਰੀਕ ਨੂੰ ਸ਼ੁੱਕਰਵਾਰ ਹੈ ਜੀ। ਨਹੀਂ, ਉਸ ਦੇ ਸਾਹਮਣੇ ਜਿਹੜੀ ਆ ਉਹ ਕਿੰਨੇ ਦਿਨ ਮਹੀਨਾ ਗਿਆ ਬਿਕਰਮੀ ਜੇਠ ਦਾ ਆ, ਉਹ ਪਿੱਛੇ ਜੇਠ ਦੀ ਸੰਗਰਾਂਦ ਆ ਬਿਕਰਮੀ ਦੀ, ਹਾਂਜੀ, ਪਿਛਲੇ ਮਹੀਨੇ ਵਿੱਚ, ਹਾਂਜੀ, 21-26 ਹੋਣੀ ਹੈ। 20 ਤਰੀਕ ਨੂੰ 24 ਹੈ ਜੀ, 20 ਜੂਨ ਨੂੰ 24 ਹੈ ਨਾ, ਹਾਂਜੀ, ਹਾਂ, ਇਹ ਜੇਠ ਦੀ ਆ। ਅੱਜ ਕੱਲ ਬਿਕਰਮੀ ਦਾ ਜਿਹੜਾ ਰਾਤ ਫਿਰਨ ਦੀ ਕਿਰਿਆ ਆ ਉਹ 7 ਹਾੜ ਨੂੰ ਹੁੰਦੀ ਆ, 7 ਆਥਾਰ, ਮਤਲਬ 7 ਹਾੜ, ਹਾਂਜੀ ਹਾਂਜੀ, ਉਹ 500 ਸਾਲ ਦੇ ਅੰਦਰ ਅੰਦਰ ਜੇਠ ਦੇ ਵਿੱਚ ਚਲੇ ਜਾਣੇ ਆ। ਤੇ ਮੈਂ ਇਹ ਸਟੇਟਮੈਂਟ ਉੱਥੇ ਇੰਗਲੈਂਡ ਰੇਡੀਓ ਤੇ ਦਿੱਤੀ ਸੀ ਤੇ ਬਾਬਾ ਸੁਖਚੈਨ ਸਿੰਘ ਉਹਨਾਂ ਨੂੰ ਕਿਹਾ ਸੀ ਵੀ ਨਹੀਂ ਜਾਣੀ ਗੁਰੇਵਾਲ ਸਾਹਿਬ, ਤੇ ਮੈਂ ਉਹਨਾਂ ਨੂੰ ਕਿਹਾ ਸੀ ਜਿਹੜੀ ਤੁਸੀਂ ਗੱਲ ਸ਼ੁਰੂ ਕੀਤੀ ਸੀ ਉਹ ਤੇ ਮੈਂ ਆਉਣਾ ਆ। ਮੈਂ ਉਹਨਾਂ ਨੂੰ ਕਿਹਾ ਸੀ ਬਾਬਾ ਜੀ ਮੈਂ ਇੰਡੀਆ ਜਾਣਾ, ਤੁਸੀਂ ਸੰਤ ਸਮਾਜ ਨੂੰ ਇਕੱਠਾ ਕਰ ਲਿਓ, ਹਿੰਦੁਸਤਾਨ ਦੇ ਸਾਇੰਸਦਾਨਾਂ ਨੂੰ ਇਕੱਠਾ ਕਰ ਲਿਓ, ਜੇ ਕੋਈ ਮੇਰੀ ਇਸ ਸਟੇਟਮੈਂਟ ਨੂੰ ਗਲਤ ਸਾਬਤ ਕਰ ਦੇਵੇ ਕਿ ਨਹੀਂ 7 ਹਾੜ ਹੀ ਰਹਿਣੀ ਆ
ਤੇ ਜੇਠ ਵਿਚ ਨਹੀਂ ਜਾਣੀ ਤਾਂ ਮੈਂ ਪੰਥ ਤੋਂ ਮਾਫ਼ੀ ਮੰਗ ਲਊਂਗਾ। ਨਹੀਂ ਫਿਰ ਉਹ ਤਾਂ ਕਰ ਲੈਣ ਜੀ, ਉਹਨਾਂ ਚ ਜਿੰਨਾ ਸੰਤ ਸਮਾਜ ਸਾਰੀ ਸਾਧ ਯੂਨੀਅਨ ਇਕੱਠੀ ਕਰਕੇ ਤੁਹਾਡੀ ਕਾਲੀ ਕੁਆਲੀਫਿਕੇਸ਼ਨ ਦੇ ਬਰਾਬਰ ਤਾਂ ਫਿਰ ਵੀ ਨਹੀਂ ਹੁੰਦੇ, ਕਿਉਂਕਿ ਉਹਨਾਂ ਚੋਂ ਬਹੁਤੇ ਇਹੋ ਜਿਹੇ ਨੇ ਜਿਹੜੇ ਸਕੂਲ ਦੀ ਕੰਧ ਦੇ ਲਾਗੇ ਵੀ ਨਹੀਂ ਲੰਘੇ ਤੇ ਉਹ ਗੱਲ ਕਰ ਰਹੇ ਨੇ ਵਿਦਵਤਾ ਦੀ ਤੇ ਗੱਲ ਕਰ ਰਹੇ ਨੇ ਗਣਿਤ ਵਿਦਵਾਨ ਦੀ। ਮੈਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਹੋ ਸਕਦਾ ਜੀ। ਹਾਂਜੀ, ਵੱਡੀ ਗੱਲ ਇਹ ਹੈ ਕਿ ਹਰ ਇੱਕ ਨੂੰ ਆਪਣੀ ਆਪਣੀ ਫੀਲਡ ਦੇ ਵਿੱਚ ਰਹਿਣਾ ਚਾਹੀਦਾ। ਜੇ ਬਸੰਤ ਮਹਾਂਪੁਰਖ ਨੇ, ਚਲੋ ਮੈਂ ਇਹ ਕਹਿ ਦੂੰਗਾ ਵੀ ਉਹ ਆਪਣੇ ਅਧਿਆਤਮਕ ਸਾਇੰਸ ਦੇ ਐਕਸਪਰਟ ਹੋ ਸਕਦੇ ਨੇ, ਪਰ ਇਹ ਹਾਂਜੀ ਹੋ ਸਕਦੇ ਨੇ, ਪਰ ਇਹ ਤਾਂ ਨੀ ਕਿ ਉਹ ਐਸਟ੍ਰੋਨੋਮੀ ਦੇ ਵੀ ਤੇ ਮੈਥਮੈਟਿਕਸ ਦੇ ਵੀ ਤੇ ਇਹਨਾਂ ਵਿਸ਼ਿਆਂ ਦੇ ਵੀ ਬ੍ਰਹਮ ਗਿਆਨੀ ਹੋ ਗਿਆ। ਇਹਨਾਂ ਵਿਸ਼ਿਆਂ ਦੇ ਬ੍ਰਹਮ ਗਿਆਨੀ ਤਾਂ ਜਿਹੜੇ ਕੈਪਲਰ ਨੇ, ਨਿਊਟਨ ਨੇ, ਗੈਲੀਲੀਓ ਨੇ, ਆਇਨਸਟਾਈਨ ਨੇ, ਜਿਹੜੇ ਸਾਇੰਸ ਦੇ ਨੇ ਬ੍ਰਹਮ ਗਿਆਨੀ ਜੀ। ਤੁਸੀਂ ਪੁਰੇਵਾਲ ਸਾਹਿਬ ਹੋਲਡ ਕਰਕੇ ਰੱਖਿਓ, ਗੱਲਬਾਤ ਆਪਾਂ ਇਸ ਤਰ੍ਹਾਂ ਜਾਰੀ ਰੱਖਾਂਗੇ। ਇਹਨਾਂ ਕੋਲ ਬ੍ਰਹਮ ਗਿਆਨ ਤਾਂ ਹੈ ਸਿਰਫ ਤੇ ਸਿਰਫ ਲੋਕਾਂ ਨੂੰ, ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜ ਕੇ ਆਪਣੇ ਪੈਰਾਂ ਨਾਲ ਕਿਵੇਂ ਜੋੜਨਾ, ਇਹਦੀ ਬ੍ਰਹਮ ਗਿਆਨ ਤਾਂ। ਬਾਕੀ ਗੁਰਮਤ ਦੀ ਜਾਂ ਗਣਿਤ ਵਿਦਿਆ ਦੀ, ਇਹ ਗਿਆਨ ਮੇਰਾ ਖਿਆਲ ਹੈ ਆਉਣ ਵਾਲੇ ਕਈ ਜਨਮਾਂ ਚ ਅਜੇ ਬੜਾ ਸਮਾਂ ਲੱਗਣਾ। ਪ੍ਰੋਗਰਾਮ ਦਿਲਾਂ ਦੀ ਸਾਂਝ ਸੁਣ ਰਹੇ ਹੋ, ਤੱਥਾਂ ਤੇ ਆਧਾਰਿਤ ਸਾਰੀ ਗੱਲਬਾਤ ਅੱਜ ਦੇ ਪ੍ਰੋਗਰਾਮ ਦਿਲਾਂ ਦੀ ਸਾਂਝ ਦੇ ਵਿੱਚ। ਮੇਰੇ ਕੋਲ ਪੂਰੇ 7 ਮਿੰਟ ਬਾਕੀ ਨੇ। ਸਰਦਾਰਪਾਲ ਸਿੰਘ ਪੁਰੇਵਾਲ ਨਾਨਕਸ਼ਾਹੀ ਕੈਲੰਡਰ ਦੇ ਰਚੈਤਾ ਨੇ, ਜਿਹੜੇ ਭਾਵੇਂ 26 ਤਰੀਕ ਦੇ ਅੰਤਰਰਾਸ਼ਟਰੀ ਜਿਹੜਾ ਨਾਨਕਸ਼ਾਹੀ ਕੈਲੰਡਰ ਦੇ ਉੱਤੇ ਸੰਮੇਲਨ ਹੋ ਰਿਹਾ ਉਹਦੇ ਵਿੱਚ ਨਹੀਂ ਪਹੁੰਚ ਸਕਦੇ, ਪਰੰਤੂ ਉਹਨਾਂ ਦੇ ਵਿਚਾਰ ਜਿਹੜੇ ਉਸ ਦਿਨ ਉੱਥੇ ਦੀ ਸੰਗਤਾਂ ਨੂੰ ਸੁਣਾਏ ਜਾਣੇ ਨੇ। ਅਖੀਰ ਦੇ ਵਿੱਚ ਪੁਰੇਵਾਲ ਸਾਹਿਬ ਕੀ ਕਹਿਣਾ ਚਾਹੋਗੇ ਨਾਨਕਸ਼ਾਹੀ ਕੈਲੰਡਰ ਦੇ ਬਾਬਤ, ਕਿ ਜਿਹੜਾ ਹੁੰਗਾਰਾ ਹੁਣ ਸੰਗਤਾਂ ਨੂੰ ਮਿਲਿਆ, ਸ਼ਾਇਦ ਉਸ ਵੇਲੇ ਇੰਨੀ ਅਵੇਅਰਨੈਸ ਨਹੀਂ ਸੀ, ਪਰੰਤੂ ਜਿੰਨੀ ਕੁ ਜਾਗਰਤੀ ਮੀਡੀਆ ਦੇ ਰਾਹੀਂ, ਅਖਬਾਰਾਂ ਦੇ ਰਾਹੀਂ, ਮੈਗਜ਼ੀਨ ਦੇ ਰਾਹੀਂ, ਜਾਂ ਫਿਰ ਹੋਰ ਲਿਖਤਾਂ ਨੇ, ਲੇਖ ਸਰਦਾਰ ਸਰਬਜੀਤ ਸਿੰਘ ਸੈਕਰਾਮੈਂਟੋ ਵਾਲੇ ਲਿਖ ਰਹੇ ਨੇ, ਇਹਨਾਂ ਨਾਲ ਮਿਲ ਰਹੀ ਹੈ, ਇਹਦੇ ਬਾਬਤ ਅਖੀਰ ਦੇ ਵਿੱਚ ਕੀ ਸੁਨੇਹਾ ਦੇਣਾ ਚਾਹੋਗੇ ਜੀ? ਦੇਖੋ ਜੀ, ਇਹ ਇੱਕ ਬਹੁਤ ਹੀ ਚੰਗੀ ਗੱਲ ਹੋਈ ਹੈ, ਜਿੰਨੀ ਅਵੇਅਰਨੈਸ ਜਾਗਰਤਾ ਆਈ ਹੈ ਇਸ ਵਿਸ਼ੇ ਬਾਰੇ, ਆਪ ਵਰਗੇ ਸਹਿਰਦ ਸੱਜਣਾਂ ਦੇ ਉਪਰਾਲੇ ਦੇ ਨਾਲ, ਤੇ ਸੈਨੀ ਦਾ ਰਾਹੀਂ, ਰੇਡੀਓ ਰਾਹੀਂ, ਟੀਵੀ ਰਾਹੀਂ ਤੇ ਅਖਬਾਰਾਂ ਰਾਹੀਂ, ਉਹ ਹਜੇ ਤੱਕ ਇੰਨੀ ਅੱਗੇ ਨਹੀਂ ਸੀ ਆਈ ਤੇ ਸੰਗਤਾਂ ਸਾਰੀਆਂ ਨੂੰ ਬਹੁਤ ਇਨਫੋਰਮੇਸ਼ਨ ਮਿਲੀ ਆ, ਜਿਹੜੀ ਕਿ ਸਹੀ ਪਾਸੇ ਵੱਲੋਂ ਸਾਡੀ ਜਿਹੜੀ ਮੂਵਮੈਂਟ ਹੈ ਇਹ ਨਾਨਕਸ਼ਾਹੀ ਕੈਲੰਡਰ ਨੇ 2003 ਵਾਲੇ ਨੂੰ ਦੁਬਾਰਾ ਲਾਗੂ ਕਰਨ ਦੀ, ਉਸ ਮੂਵਮੈਂਟ ਨੂੰ ਇਹ ਸਫਲਤਾ ਦੇ ਸਕੇ, ਸਫਲਤਾ ਵੱਲ ਤੋਰ ਸਕੇ। ਸੋ ਇਹ ਇੱਕ ਬਹੁਤ ਹੀ ਵਧੀਆ ਉਪਰਾਲਾ ਹੋਇਆ ਹੈ। ਨਾਨਕਸ਼ਾਹੀ ਕੈਲੰਡਰ ਜਿਹੜਾ ਉਹ ਗੁਰਬਾਣੀ ਅਨੁਕੂਲ ਬਣਾਇਆ ਗਿਆ ਹੈ, ਉਸ ਦਾ ਸਾਲ ਅਸਾਧ ਵਾਲੀ ਤੁਕ ਤੁਹਾਰੀ ਰਾਗ ਵਿੱਚ ਰਸ ਰਹਿ ਛਾਇਆ ਤੁਹਾਨੂੰ ਦੱਸਿਆ ਤੀਨ ਲਵੇ ਮੰਜ ਬਾਰੇ। ਦੂਜੀ ਗੱਲ ਇਹ ਕਿ ਸਾਡਾ ਆਪਣਾ ਕੈਲੰਡਰ ਨਹੀਂ ਸੀ ਹੁੰਦਾ, ਅਸੀਂ ਵਿਕਰਮੀ ਕੈਲੰਡਰ ਨੂੰ ਤਿਆਗ ਕੇ ਕੌਮੀ ਵਿਲੱਖਣਤਾ ਵਾਲਾ ਕੈਲੰਡਰ, ਜਿਹੜਾ ਕੌਮੀ ਵਿਲੱਖਣਤਾ ਦੀ ਪ੍ਰਤੀਕ ਹੈ, ਉਹ ਬਣਾਇਆ। ਦੂਸਰੀ ਗੱਲ ਇਹ ਆ, ਤੀਸਰੀ ਜਿਹੜੀਆਂ ਸੁਰੀਆਂ ਵਰੀਆਂ ਵਾਲੀਆਂ ਤਰੀਕਾਂ ਗਾਂਹ ਪਛਾਹ ਹੁੰਦੀਆਂ ਸੀ, ਉਹਨਾਂ ਨੂੰ ਛੱਡ ਕੇ ਸੂਲਜੀ ਤਰੀਕਾਂ ਵਿੱਚ ਬਦਲ ਕੇ ਤੇ ਬੜਾ ਸਰਲ ਤੇ ਆਸਾਨ ਯਾਦ ਕਰਨ ਲਈ ਤਰੀਕਾਂ ਨਿਸ਼ਚਿਤ ਕੀਤੀਆਂ ਨੇ। ਸੋ ਇਹ ਤਿੰਨ ਵੱਡੇ ਵੱਡੀਆਂ ਪ੍ਰਾਪਤੀਆਂ ਸਨ ਨਾਨਕਸ਼ਾਹੀ ਕੈਲੰਡਰ ਦੀਆਂ ਤਾਂ ਹਨ, ਤੇ ਅਸੀਂ ਆਸ ਕਰਦੇ ਹਾਂ ਕਿ ਸੰਗਤਾਂ ਜਿਹੜੀਆਂ ਬਹੁਤ ਹੀ ਭਰਵਾਂ ਹੁੰਗਾਰਾ ਦੇ ਕੇ, ਜਿਵੇਂ ਕਿ ਭਾਈ ਸਾਹਿਬ ਪੰਡਪ੍ਰੀਤ ਸਿੰਘ ਉਹਨਾਂ ਨੇ ਕਿਹਾ ਕਿ ਥਾਂ ਥਾਂ ਜਿਹੜੇ ਆ ਉਹ ਰੈਜੋਲੂਸ਼ਨ ਪਾਸ ਕਰ, ਰੈਜੋਲੂਸ਼ਨ ਪਾਸ ਕਰਕੇ ਖਾਲਸਾ ਸਾਹਿਬ ਨੂੰ ਭੇਜਣ, ਤੇ ਉਹ ਫਿਰ ਇਹ ਨਹੀਂ ਕਹਿ ਸਕਣਗੇ ਜਥੇਦਾਰ ਸਾਹਿਬ ਕਿ ਇੱਕ ਦੋ ਬੰਦਿਆਂ ਦਾ ਹੀ ਇਹ ਕੰਮ ਹੈ ਤੇ ਸਾਰੇ ਜਿਹੜੇ ਆ ਉਹ ਵਿਕਰਮੀ ਕੈਲੰਡਰ ਨੂੰ ਮੰਨ ਰਹੇ ਹਨ। ਜਿਹੜੀ ਬੋਟਮ ਲਾਈਨ ਹੈ ਉਹ ਸਾਡੇ ਸਾਹਮਣੇ ਸਵਾਲ ਆ, ਮੈਂ ਉਹ ਸਾਰੀਆਂ ਸਾਇੰਸਦਾਨ ਦੇ ਸਾਹਮਣੇ ਰੱਖਣਾ ਆ ਕਿ ਗੁਰਬਾਣੀ ਵਿਕਰਮੀ ਤੋਂ ਉੱਪਰ ਹੈ ਵਿਕਰਮੀ ਕੈਲੰਡਰ ਤੋਂ, ਜਾਂ ਵਿਕਰਮੀ ਕੈਲੰਡਰ ਗੁਰਬਾਣੀ ਤੋਂ ਉੱਪਰ ਹੈ। ਵਾਹ ਜੀ ਵਾਹ, ਹਰ ਸਿੱਖ, ਹਾਂਜੀ ਬਹੁਤ ਵਧੀਆ ਸਵਾਲ, ਹਰ ਸਿੱਖ, ਹਾਂਜੀ ਹਰ ਸਿੱਖ ਦਾ ਮੈਂ ਸੰਗ ਦਾ ਜਵਾਬ ਇਹੀ ਹੋਵੇਗਾ ਕਿ ਗੁਰਬਾਣੀ ਸਰਵ ਸ੍ਰੇਸ਼ਟ ਆ, ਵਿਕਰਮੀ ਕੈਲੰਡਰ ਤੋਂ ਬਿਲਕੁਲ ਉੱਪਰ ਹੈ, ਹਰ ਇੱਕ ਗੱਲ ਤੋਂ ਉੱਪਰ ਹੈ। ਇਹ
ਜਿਹੜੇ ਇਨਫੋਰਮੇਸ਼ਨ ਦਿੱਤੀ ਹੈ ਇਹ ਬੜੀ ਸਾਇੰਟਿਫਿਕ ਟੈਕਨੀਕਲ ਹੈ। ਸਰਬਜੀਤ ਸਿੰਘ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ, ਪੰਤਪ੍ਰੀਤ ਸਿੰਘ ਉਹਨਾਂ ਨੇ ਤੇ ਆਪਣੇ ਪਾਕਿਸਤਾਨ ਚੋਂ ਪ੍ਰਧਾਨ ਉਹਨਾਂ ਨੇ, ਇਹਨਾਂ ਨੂੰ ਮੈਂ ਸੁਣਿਆ ਹੈ ਤੇ ਇਹ ਬੜੀਆਂ ਪੋਜ਼ਿਟਿਵ ਅੱਜ ਗੱਲਾਂ ਹੋਈਆਂ ਨੇ। ਇਹ ਤੁਸੀਂ ਵੀ ਵਧਾਈ ਦੇ ਪਾਤਰ ਹੋ ਜਿਹਨਾਂ ਨੇ ਇਸ ਪ੍ਰੋਗਰਾਮ ਨੂੰ ਆਰਗੇਨਾਈਜ਼ ਇਸ ਢੰਗ ਦੇ ਨਾਲ ਕੀਤਾ ਹੈ ਤੇ ਬਹੁਤ ਪੋਜ਼ਿਟਿਵ ਇਸ ਦਾ ਅਸਰ ਹੋਵੇਗਾ ਜੀ। ਬਾਕੀ ਤੁਹਾਡਾ ਆ ਜਿਹੜਾ ਕੈਲੰਡਰ ਹੈ 2000-3000 ਸਾਲ ਵਾਲਾ, ਇਹਦੀਆਂ ਕਾਪੀਆਂ ਇੱਥੇ ਵੰਡੋ ਤੁਸੀਂ ਦਾਲੋ, ਜਿਹੜੇ ਸੰਤ ਮਹਾਂਪੁਰਖ ਆ ਉਹਨਾਂ ਸਾਰਿਆਂ ਨੇ ਮੂਹਰੇ ਰੱਖ ਦਿਓ, ਉਹਨਾਂ ਨੂੰ ਕਹੋ ਦਿਓ ਇਸ ਗੱਲ ਦਾ ਜਵਾਬ। ਪੁਰੇਵਾਲ ਸਾਹਿਬ ਮੇਰੀ ਡਿਕਸ਼ਨਰੀ ਦੇ ਵਿੱਚ ਸੰਤ ਮਹਾਂਪੁਰਸ਼ ਬੰਦੇ ਨੂੰ ਨਹੀਂ, ਸੰਤ ਮਹਾਂਪੁਰਸ਼ ਗੁਰੂ ਨੂੰ ਕਿਹਾ। ਸੋ ਇਸ ਧਰਤੀ ਦੇ ਉੱਤੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ। ਸੋ ਇਸ ਕਰਕੇ ਮਨੁੱਖ ਨੂੰ ਮੈਂ ਹਾਰਡ ਮਾਸ ਨਾੜੀ ਕੇ ਪਿੰਜਰ ਜਾਂ ਦੋ ਲੱਤਾਂ ਵਾਲੇ ਨੂੰ ਕਦੇ ਮੈਂ ਸੰਤ ਜਾਂ ਮਹਾਂਪੁਰਸ਼ ਕਿਹਾ ਨਹੀਂ ਤੇ ਨਾ ਹੀ ਜਿੰਨਾ ਚਿਰ ਸੁਆਸ ਨੇ ਕਹਿਣਾ। ਹਾਂ, ਪਹਿਲਾਂ ਜੀਵਨ ਦੇ ਵਿੱਚ ਭੁੱਲਾਂ ਹੁੰਦੀਆਂ ਰਹੀਆਂ ਨੇ, ਉਹਨੂੰ ਦੁਬਾਰਾ ਦੁਹਰਾਉਣ ਦਾ ਯਤਨ ਨਹੀਂ ਕਰਾਂਗੇ। ਗੁਰੂ ਕਿਰਪਾ ਕਰਨ ਤੁਹਾਡੇ ਵੱਲੋਂ ਕੀਤਾ ਜਿਹੜਾ ਉਪਰਾਲਾ ਹੈ। ਮੈਨੂੰ ਇੱਕ ਸਵਾਲ ਆਇਆ, ਸਮਾਂ ਸਿਰਫ ਇੱਕ ਮਿੰਟ ਹੈ ਤੁਹਾਡੇ ਕੋਲ। ਮੁਸਲਮਾਨਾਂ ਦਾ ਕੈਲੰਡਰ, ਮੁਸਲਮਾਨ ਵੀਰਾਂ ਦਾ, ਉਸ ਕਮਿਊਨਿਟੀ ਦਾ ਕੈਲੰਡਰ ਤੁਸੀਂ ਬਣਾਇਆ ਹੈ, ਉਹ ਕਹਿੰਦੇ ਨੇ ਵੀ ਈਦ ਅੱਗੇ ਪਿੱਛੇ ਆਉਂਦੀ ਹੈ, ਉਹਨਾਂ ਦੀ ਈਦ ਅੱਗੇ ਪਿੱਛੇ ਕਿਉਂ ਆਉਂਦੀ ਹੈ ਤੇ ਸਾਡੇ ਕੈਲੰਡਰ ਇੱਕੋ ਦਿਨ ਕਿਉਂ ਜੀ? ਦੇਖੋ ਜੀ, ਮੁਸਲਮਾਨਾਂ ਦਾ ਤੇ ਸਾਡੇ ਜਿਹੜਾ ਬਿਕਰਮੀ ਕੈਲੰਡਰ ਦਾ, ਆਪਾਂ ਸਾਡਾ ਕੈਲੰਡਰ ਨਹੀਂ ਬਿਕਰਮੀ ਕੈਲੰਡਰ ਦੀ ਗੱਲ ਕਰ ਲੈਂਦਾ। ਮੁਸਲਮਾਨਾਂ ਦਾ ਜਿਹੜਾ ਕੈਲੰਡਰ, ਹਾਂਜੀ, ਉਹ ਪਿਓਰਲੀ ਲੂਨਰ ਦਾ, ਪਿਓਰਲੀ ਲੂਨਰ ਦਾ ਮਤਲਬ ਉਸ ਨੂੰ ਕੋਈ ਐਡਜਸਟ ਕਰਕੇ ਸੂਰਜੀ ਕੈਲੰਡਰ ਨਾਲ ਮੇਲ ਕਰਨ ਦੀ ਕੋਈ ਯਤਨ ਨਹੀਂ ਕੀਤਾ ਜਾਂਦਾ, ਕਿਉਂਕਿ ਇਹ ਹਜ਼ਰਤ ਮੁਹੰਮਦ ਸਾਹਿਬ ਦਾ ਆਦੇਸ਼ ਆ, ਇਹ ਕੁਰਾਨ ਸ਼ਰੀਫ ਦੇ ਵਿੱਚ ਆਇਤ ਆ ਜਿਸ ਦੇ ਵਿੱਚ ਲਿਖਿਆ ਹੈ ਕਿ ਸਾਲ ਦੇ ਵਿੱਚ ਕੇਵਲ ਤੇ ਕੇਵਲ 12 ਮਹੀਨੇ ਹੋਣਗੇ। ਇਸ ਵਾਸਤੇ ਉਹਨਾਂ ਦੇ, ਕਿਉਂਕਿ ਚੰਦਰਮੀ ਮਹੀਨੇ ਆ, 12 ਹੀ ਹੋਣਗੇ ਤੇ 12 ਚੰਦਰਮਾ ਦੇ ਜਿਹੜੇ ਮਹੀਨੇ ਉਹਨਾਂ 354 ਦਿਨ ਹੁੰਦੇ ਆ, ਇਸ ਵਾਸਤੇ 10, 11 ਤੇ 12 ਇਹਨਾਂ ਤੋਂ ਦਿਨਾਂ ਦਾ ਜਿਹੜਾ ਸਾਲ ਛੋਟਾ ਸੂਰਜੀ ਸਾਲ ਨਾਲ ਹੁੰਦਾ, ਇਸ ਵਾਸਤੇ ਰੋਜ਼ੇ ਹਰ ਵਾਰੀ 11 ਦਿਨ ਪਹਿਲਾਂ ਆ ਜਾਂਦੇ, 33-34 ਸਾਲ ਦੇ ਵਿੱਚ ਇੱਕ ਸਾਲ ਦੇ ਵਿੱਚ ਉਹ ਚੱਕਰ ਕਰ ਜਾਂਦਾ ਆ। ਬਿਕਰਮੀ ਕੈਲੰਡਰ ਨਾਲ ਇਹ ਫਰਕ ਹੈ ਕਿ ਬਿਕਰਮੀ ਕੈਲੰਡਰ ਵਾਲੇ ਯਤਨ ਕਰਦੇ ਨੇ ਕਿ ਉਹ ਸੂਰਜੀ ਸਾਲ ਦੇ ਨੇੜੇ ਰੱਖਣ ਚੰਦਰਮਾ ਵਾਲੇ ਨੂੰ, ਪਰ ਉਹਨਾਂ ਦਾ ਯਤਨ ਜਿਹੜਾ ਆ ਉਹ ਬਿਲਕੁਲ ਨਿਕੰਮਾ ਯਤਨ ਆ, ਕਿਉਂਕਿ ਉਹਨਾਂ ਨੇ ਜਿਸ ਸੂਰਜੀ ਸਾਲ ਦੇ ਨਾਲ ਚੰਦਰਮਾ ਨੂੰ ਜੋੜਨ ਦਾ ਯਤਨ ਕੀਤਾ, ਉਹ ਸੂਰਜੀ ਸਾਲ ਆਪ ਰੁੱਤੀ ਸਾਲ ਨਹੀਂ। ਇਸ ਵਾਸਤੇ ਜਿਹੜੇ ਚੰਦਰਮਾ ਦੇ ਮਹੀਨੇ ਆ ਉਹ ਵੀ ਰੁੱਤਾਂ ਦੇ ਵਿੱਚ ਓਦਾਂ ਹੀ ਖਿਸਕਦੇ ਜਾਣਗੇ, ਸੂਰਜੀ ਉਹਨਾਂ ਦੇ ਬਿਕਰਮੀ ਕੈਲੰਡਰ ਵਿੱਚ ਜਿਵੇਂ ਸੂਰਜੀ ਕੈਲੰਡਰ ਦੇ ਉਹਨਾਂ ਦੇ। ਬਹੁਤ ਬਹੁਤ ਪਾਲ ਸਿੰਘ ਜੀ, ਪੁਰੇਵਾਲ ਸਾਹਿਬ ਤੁਹਾਡਾ ਧੰਨਵਾਦ ਅੱਜ ਦਾ ਪ੍ਰੋਗਰਾਮ ਦਿਲਾਂ ਦੀ ਸਾਂਝ ਇੱਥੇ ਸਮਾਪਤ ਕਰਨ ਦੀ ਆਗਿਆ ਦਿਓ। ਗੁਰੂ ਕਿਰਪਾ ਕਰਨ ਤੁਸੀਂ ਜਿੰਨਾ ਪਿਆਰ ਸਤਿਕਾਰ ਤੇ ਮਾਣ ਦਿੰਦੇ ਹੋ